ਨਾਨਕ ਸਿੰਘ ਦਾ ਨੋਵਲ ਨਾਸੂਰ ਦਾ 33ਵਾਂ ਅੰਗ। ਕੋਈ ਅਪੂਰਨਤਾ ਜਾਂ ਕੋਈ ਅਭਾਵ ਹੈ ਸਾਡੇ ਅੰਦਰ ਜਿਹੜਾ ਹਮੇਸ਼ਾ ਹੀ ਸਾਨੂੰ ਜਦੋਜਹਿਦ ਕਰਨ ਲਈ ਉਕਸਾਉਂਦਾ ਰਹਿੰਦਾ ਹੈ। ਜੇ ਮਨੁੱਖ ਦੇ ਅੰਦਰ ਇਹ ਨਾ ਹੁੰਦਾ ਤਾਂ ਸ਼ਾਇਦ ਸਾਰੀ ਮਨੁੱਖਾ ਜੂਨ ਸਿਲ ਪੱਥਰ ਬਣ ਜਾਂਦੀ। ਜਿੱਥੇ ਕੋਈ ਹੈ ਉੱਥੇ ਨਿਸਲ ਹੋ ਕੇ ਪਿਆ ਰਹਿੰਦਾ। ਕੋਈ ਕਿਸੇ ਵੱਲ ਅੱਖ ਚੁੱਕ ਕੇ ਨਾ ਤੱਕਦਾ। ਕਿਸੇ ਦੇ ਅੰਦਰ ਵੀ ਅਗਾਂਹ ਵਧਣ ਜਾਂ ਸਫਲਤਾ ਪ੍ਰਾਪਤ ਕਰਨ ਦੀ ਲਗਨ ਨਾ ਪੈਂਦੀ ਪੈਦਾ ਹੁੰਦੀ। ਸ੍ਰਿਸ਼ਟੀ ਦੀ ਇਹ ਵਿਸ਼ਾਲ ਵਰਕਸ਼ਾਪ ਖੜੀ ਖੜੀ ਜੰਗਾਲੀ ਜਾਂਦੀ। ਅਸੀਂ ਇੱਕ ਅਦਨਾ ਤੋਂ ਲੈ ਕੇ ਆਲਾ ਤੀਕ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਪੂਰਨਤਾ ਲਈ ਭੱਜਿਆ ਫਿਰਦਾ ਅਤੇ ਮਾਰੋ ਮਾਰ ਕਰਦਾ ਵੇਖਦੇ ਹਾਂ। ਅਤੇ ਇਹ ਤੋਂ ਸਾਫ਼ ਪ੍ਰਗਟ ਹੈ ਕਿ ਹਰ ਇੱਕ ਦੇ ਅੰਦਰ ਕੋਈ ਖਿਲਾ ਹੈ। ਗ੍ਰਸਤੀ ਨਿਰੀ ਨਹੀਂ, ਰੱਬ ਦੇ ਪਾਸੇ ਲੱਗੇ ਹੋਏ ਸਾਧੂ ਸੰਤ ਵੀ ਤਾਂ ਕਿਸੇ ਅਭਾਵ ਦੀ ਪੂਰਤੀ ਲਈ ਜਪ ਤਪ ਕਰਦੇ, ਧੂਣੀਆਂ ਤਾਪਦੇ, ਕਠਿਨ ਤਪੱਸਿਆ ਸਾਧਨਾ 'ਚ ਲੱਗੇ ਰਹਿੰਦੇ ਨੇ। ਮਨੁੱਖ ਛੱਡ ਕੇ ਪਸ਼ੂ ਪੰਛੀ ਵੀ ਇਸੇ ਨਿਯਮ ਅਨੁਸਾਰ ਆਪਣਾ ਜੀਵਨ ਜਿਉਂ ਰਹੇ ਨੇ। ਨਦੀਆਂ ਨਾਲੇ ਅੱਠੇ ਪੈਰ ਨਿਵਾਣ ਵੱਲ ਦੌੜੇ ਜਾ ਰਹੇ ਨੇ। ਇੱਥੋਂ ਤੱਕ ਕਿ ਰੁੱਖ ਵੀ ਬਿਰਛ ਵੀ ਕਿਸੇ ਅਭਾਵ ਦੀ ਪੂਰਤੀ ਲਈ ਹਰ ਵੇਲੇ ਪਰਿਵਰਤਿਤ ਹੁੰਦੇ ਰਹਿੰਦੇ ਨੇ। ਇਹੋ ਜਿਹਾ ਕੋਈ ਖਿਲਾ ਜਾਂ ਅਭਾਵ ਸ਼ਾਇਦ ਮੰਗਤੂ ਦੇ ਅੰਦਰ ਵੀ, ਜਿਹੜਾ ਹਮੇਸ਼ਾ ਤੋਂ ਉਹਦੀ ਜ਼ਿੰਦਗੀ ਨੂੰ ਨੀਰਸ ਅਤੇ ਸੱਖਣੀ ਸੱਖਣੀ ਰੱਖਦਾ ਸੀ, ਪਰ ਜਿਉਂ ਹੀ ਉਹਨੂੰ ਬਾਲੀ ਦਾ ਸਹਿਯੋਗ ਪ੍ਰਾਪਤ ਹੋਇਆ ਉਹਦੇ ਜੀਵਨ ਦਾ ਸੱਖਣਾਪਣ ਨਾ ਕੇਵਲ ਭਰਿਆ ਗਿਆ ਸਗੋਂ ਛਲਕਣ ਲੱਗ ਪਿਆ। ਹਰਿਦੁਆਰ ਜਾ ਕੇ ਜਦ ਇਹ ਜੋੜਾ ਮਾਸਟਰ ਬੇਲੀ ਰਾਮ ਨੂੰ ਮਿਲਿਆ ਤਾਂ ਇਸ ਤ੍ਰੇਗੜੇ ਦੀਆਂ ਖੁਸ਼ੀਆਂ ਦਾ ਕੋਈ ਪਾਰਾਵਾਰ ਨਾ ਰਿਹਾ। ਅਤੇ ਮਾਸਟਰਾਣੀ ਵੀ, ਉਹ ਵੀ ਤਾਂ ਮੰਗਤੂ ਨਾਲ ਕਾਫ਼ੀ ਹਿੱਤ ਰੱਖਦੀ ਸੀ, ਉਹਨੂੰ ਵੀ ਖੁਸ਼ੀ ਹੋਈ ਇਹ ਸੁਨੱਖਾ ਜੋੜਾ ਵੇਖ ਕੇ। ਅਤੇ ਉਹ ਤੋਂ ਦੂਜੇ ਦਿਨ ਮੰਦਰ ਜਾ ਕੇ ਵਿਆਹ ਦੀ ਰਸਮ ਅਦਾ ਕੀਤੀ ਗਈ। ਮਾਸਟਰ ਬੇਲੀ ਰਾਮ ਨੇ ਪਿਤਾ ਦੀ ਥਾਂ ਹੋ ਕੇ ਕੰਨਿਆਦਾਨ ਦੀ ਰਸਮ ਪੂਰੀ ਕੀਤੀ। ਮਾਸਟਰ ਨੇ ਸੈਂਟਰਲ ਹਕੂਮਤ ਪਾਸ ਆਪਣੇ ਯੂਨੀਅਨ ਦੇ ਮੁਤਾਲਬੇ ਲੈ ਕੇ ਜਾਣਾ ਸੀ, ਸੋ ਵਿਆਹ ਤੋਂ ਦੂਜੇ ਹੀ ਦਿਨ ਉਹ ਇਸ ਜੋੜੇ ਨੂੰ ਸ਼ੁਭੇੱਛਾ ਅਤੇ ਅਸੀਸਾਂ ਦੇ ਕੇ ਦਿੱਲੀ ਚਲਾ ਗਿਆ। ਅਤੇ ਇੱਕ ਅੱਧ ਦਿਨ ਹੋਰ ਹਰਿਦੁਆਰ ਗੁਜ਼ਾਰ ਕੇ ਇਹ ਦੋਵੇਂ ਡੇਰਾਦੂਨ ਪਹੁੰਚੇ। ਇਹਨਾਂ ਨੂੰ ਵੀ ਤਾਂ ਆਪੋ ਆਪਣੀਆਂ ਕਲਾਸਾਂ ਦਾ ਫਿਕਰ ਸੀ। ਜਨਮ ਜਨਮਾਂਤਰਾਂ ਦੀ ਕਮਾਈ ਸਫਲ ਹੋਣ ਤੋਂ ਬਾਅਦ ਜਦ ਆਪਣੀ ਦੁਲਹਨ ਸਮੇਤ ਮੰਗਤੂ ਵਾਪਸ ਆ ਰਿਹਾ ਸੀ ਤਾਂ ਕੇਵਲ ਇੱਕੋ ਗੱਲ ਕਿਸੇ ਕਿਸੇ ਵੇਲੇ ਉਹਦੇ ਸਵਾਦ 'ਚ ਕੁਝ ਵਿਘਨਕਾਰੀ ਹੁੰਦੀ ਕਿ ਵਿਆਹ ਉੱਤੇ ਉਹਨੇ ਆਪਣੀ ਮਾਸੀ ਮਾਸੜ ਨੂੰ ਨਹੀਂ ਸੱਦਿਆ, ਜਿਨ੍ਹਾਂ ਨੂੰ ਇਹ ਕਿੰਨੇ ਚਿਰ ਤੋਂ ਵਿਆਹ ਬਾਰੇ ਲਿਖਦਾ ਆ ਰਿਹਾ ਸੀ ਕਿ ਬੜੀ ਧੂਮਧਾਮ ਨਾਲ ਹੋਣ ਵਾਲਾ ਹੈ। ਘਰ ਪਹੁੰਚ ਕੇ ਉਹਨੇ ਸਭ ਤੋਂ ਪਹਿਲਾਂ ਮਾਸੀ ਨੂੰ ਵਿਆਹ ਬਾਰੇ ਚਿੱਠੀ ਲਿਖੀ, ਨਾਲ ਹੀ ਇਸ ਗੱਲ ਦੀ ਹਸਰਤ ਪ੍ਰਗਟ ਕੀਤੀ ਕਿ ਉਹਨਾਂ ਨੂੰ ਸੱਦ ਨਹੀਂ ਸਕਿਆ, ਜਿਹਦਾ ਕਾਰਨ ਕੀ ਹੈ ਇਸ ਬਾਰੇ ਕਈ ਨਿੱਕੇ ਮੋਟੇ ਬਹਾਨੇ ਤਰਾਸ਼ ਕੇ ਉਹਨੇ ਘਰ ਪੂਰਾ ਕਰ ਦਿੱਤਾ। ਮਨੁੱਖ ਲਈ ਵਿਆਹ ਇੰਨੀ ਸਹਾਇਕ, ਇੰਨੀ ਵਡਮੁੱਲੀ ਚੀਜ਼ ਹੈ, ਇਸ ਗੱਲ ਦਾ ਮੰਗਤੂ ਨੂੰ ਸੁਪਨੇ 'ਚ ਵੀ ਖਿਆਲ ਨਹੀਂ ਸੀ ਕਦੇ ਆਇਆ। ਉਹਦੀ ਕਲਪਨਾ 'ਚ ਇਹ ਗੱਲ ਸਮਾ ਹੀ ਨਹੀਂ ਸੀ ਸਕਦੀ ਕਿ ਇੱਕ ਮਨ ਮਰਜ਼ੀ ਦੀ ਸੁੰਦਰ ਕੁੜੀ ਨਾਲ ਦਿਲਾਂ ਦੀ ਸਾਂਝ ਏਡੇ ਕ੍ਰਿਸ਼ਮੇ ਦਿਖਾ ਦਿੰਦੀ ਹੈ। ਉਹਦੀ ਜੀਵਨ ਗੱਡੀ ਜਿਹੜੀ ਦੂਜੇ ਪਹੀਏ ਦੀ ਅਣਹੋਂਦ ਕਰਕੇ ਹਮੇਸ਼ਾ ਘਿਰਚੂੰ ਘਿਰਚੂੰ ਕਰਦੀ ਅਤੇ ਝੋਲ ਖਾਂਦੀ ਤੁਰੀ ਜਾ ਰਹੀ ਸੀ, ਦੂਜੇ ਪਹੀਏ ਦੇ ਫਿੱਟ ਹੁੰਦਿਆਂ ਹੀ ਇੰਨੀ ਇਕਸਾਰਤਾ ਨਾਲ ਅਤੇ ਇੰਨੀ ਸੁਖਦਾਈ ਤੋਰੇ ਤੁਰਨ ਲੱਗ ਪਈ ਕਿ ਮੰਗਤੂ ਦਾ ਜੀਵਨ ਧਨ ਹੋ ਗਿਆ। ਬਾਲੀ ਦਿਨੋਂ ਦਿਨ ਉਹਦੇ ਹਰ ਇੱਕ ਕੰਮ ਦੀ ਸਹਾਇਕ, ਉਹਦੀ ਹਰ ਮੰਜ਼ਿਲ ਲਈ ਆਰਾਮਗਾਹ ਅਤੇ ਉਹਦੀ ਹਰ ਖਾਬ ਦੀ ਤਾਬੀਰ ਬਣਦੀ ਜਾ ਰਹੀ ਸੀ। ਮਾਸੀ ਮਾਸੜ ਵੱਲੋਂ ਉਹਨੂੰ ਚਿੱਠੀ ਦਾ ਜਵਾਬ ਆਇਆ, ਵਧਾਈ ਦੀ ਚਿੱਠੀ, ਨਾਲੇ ਰੋਸਾ ਵੀ ਕਿ ਉਹਨੇ ਉਹਨਾਂ ਨੂੰ ਨਹੀਂ ਸੱਦਿਆ। ਬਾਲੀ ਜਦ ਤੋਂ ਦੁਲਹਨ ਦੇ ਰੂਪ 'ਚ ਮੰਗਤੂ ਦੇ ਜੀਵਨ 'ਚ ਪ੍ਰਵੇਸ਼ਿਤ ਹੋਈ ਤਦ ਤੋਂ ਹੀ ਮੰਗਤੂ ਦੇ ਦਿਮਾਗ 'ਚ ਕੁਝ ਨਵੇਂ ਨਵੇਂ ਖਿਆਲ, ਨਵੀਆਂ ਨਵੀਆਂ ਤਮੰਨਾਵਾਂ ਉਗੜ ਆਈਆਂ। ਇੱਕ ਚੰਗਾ ਅਤੇ ਖੂਬ ਖੁੱਲ੍ਹਾ ਮੋਕਲਾ ਘਰ ਹੋਵੇ, ਬਾਲੀ ਲਈ ਵੰਨ ਸੁਵੰਨੇ ਕੱਪੜੇ ਹੋਣ, ਕਿਸੇ ਚੀਜ਼ ਦੀ ਘਾਟ ਉਹਨੂੰ ਨਾ ਮਹਿਸੂਸ ਹੋਵੇ। ਪਰ ਇਸ ਤਰ੍ਹਾਂ ਦਾ ਐਸ਼ਵਰਜ਼ ਜਾਂ ਸੁੱਖ ਸਵਾਦ ਪ੍ਰਾਪਤ ਕਰਨ ਲਈ ਲੋੜ ਸੀ ਪੈਸਿਆਂ ਦੀ, ਅਤੇ ਇੱਧਰ ਮੰਗਤੂ ਦੀ ਆਮਦਨੀ ਵਿੱਚੋਂ ਤਾਂ ਮਸੇ ਦਾਲ ਰੋਟੀ ਚੱਲ ਸਕਦੀ ਸੀ। ਉਸ ਬੜੀ ਕੋਸ਼ਿਸ਼ ਕੀਤੀ ਆਪਣੀ ਆਮਦਨੀ ਵਧਾਉਣ ਦੀ, ਹੋਰ ਨਹੀਂ ਤਾਂ ਸਿਨੇਮਾ ਘਰ 'ਚ ਕੋਈ ਮਾੜੀ ਮੋਟੀ ਦੁਕਾਨ ਦਾ ਵੀ ਆਰ ਪਾਰ ਹੋ ਜਾਏ। ਰੇਹੜੀ ਦੀ ਆਮਦਨ ਦਾ ਤਾਂ ਉਹ ਹਾਲ ਸੀ ਕਿ ਉਹ ਜਿਉਂ ਜਿਉਂ ਸਿਆਲ ਉਤਰਦਾ ਆਉਂਦਾ ਉਹਦੀ ਗਾਹਕੀ ਘਟਦੀ ਜਾ ਰਹੀ ਸੀ। ਅਵਲ ਤਾਂ ਠੰਡ ਕਰਕੇ ਲੋਕ ਸਿਨੇਮਾ ਵੇਖਣ ਹੀ ਘੱਟ ਆਉਂਦੇ, ਇਸ ਉੱਤੇ ਮੰਗਤੂ ਦੀ ਰੇਹੜੀ ਹੁੰਦੀ ਹਾਤੇ ਤੋਂ ਬਾਹਰ, ਜਿੱਥੇ ਸਖ਼ਤ ਠੰਡੀ ਹਵਾ ਦੇ ਅਤੇ ਸਰਦੀ ਕਰਕੇ ਗਾਹਕ ਖਲੋਂਦਾ ਹੀ ਨਹੀਂ ਸੀ। ਅਤੇ ਇਹ ਹਾਲਤ ਮੰਗਤੂ ਦੀ ਨਿਰਾਸ਼ਾ ਵਧਾਉਣ ਲਈ ਕੁਝ ਘੱਟ ਨਹੀਂ ਸੀ। ਗਰਮੀਆਂ ਵਿੱਚ ਉਹਨੇ ਕੁਝ ਥੋੜ੍ਹੀ ਬਹੁਤੀ ਰਕਮ ਜੋੜ ਲਈ ਸੀ ਜੋ ਖਰਚੀਂਦੀ ਜਾ ਰਹੀ ਸੀ। ਇੱਕ ਮੰਦੇ ਦੇ ਦਿਨ, ਦੂਜਾ ਵਿਆਹ ਤੋਂ ਬਾਅਦ ਉਹਦੇ ਖਰਚਾਂ 'ਚ ਕੁਝ ਨਾ ਕੁਝ ਵਾਧਾ ਹੋ ਗਿਆ ਸੀ। ਬਾਲੀ ਭਾਵੇਂ ਹਰ ਹਾਲਤ 'ਚ ਸੰਤੁਸ਼ਟ ਸੀ, ਜਦਕਿ ਮੰਗਤੂ ਨੂੰ ਪਤੀ ਰੂਪ 'ਚ ਪ੍ਰਾਪਤ ਕਰਕੇ ਉਹ ਫੁੱਲੀ ਨਹੀਂ ਸੀ ਸਮਾਉਂਦੀ, ਪਰ ਮੰਗਤੂ ਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਸੀ। ਬਾਲੀ ਲਈ ਛਾਪ ਛੱਲਾ ਨਾ ਸਹੀ, ਦੋ ਚਾਰ ਕੱਪੜੇ ਹੀ ਸਹੀ, ਅਤੇ ਇਸ ਨਵੇਂ ਸੰਕਟ ਦੇ ਕਾਰਨ ਉਹ ਕਦੀ ਕਦੀ ਉਦਾਸ ਹੋ ਜਾਇਆ ਕਰਦਾ ਸੀ।
ਸਿਨਮੇ ਦਾ ਕੰਮ ਬਹੁਤ ਹੀ ਪਤਲਾ ਪੈ ਗਿਆ ਤਾਂ ਮੰਗਤੂ ਨੇ ਜ਼ਰਾ ਹੋਰ ਜਾਨ ਤੋੜ ਕੇ ਕੰਮ ਕਰਨ ਦੀ ਠਾਣ ਲਈ। ਉਹ ਪਹਿਲਾਂ ਵਾਂਗ ਹੀ ਸਵੇਰੇ ਸਬਜ਼ੀ ਮੰਡੀ ਜਾਂਦਾ, ਉੱਥੋਂ ਕੁਝ ਸਬਜ਼ੀ ਖਰੀਦ ਕੇ ਰੇਹੜੀ 'ਚ ਲੱਦ ਲੈਂਦਾ ਅਤੇ ਦੁਪਹਿਰਾਂ ਤੀਕ ਇਸ ਕੰਮੋਂ ਵਿਹਲਾ ਹੋ ਕੇ ਫਿਰ ਸਿਨਮੇ ਅੱਗੇ ਜਾ ਟੱਟਦਾ। ਇਸ ਤਰ੍ਹਾਂ ਕਰਨ ਨਾਲ ਭਾਵੇਂ ਉਹਦੀ ਆਮਦਨੀ 'ਚ ਕੋਈ ਤਸੱਲੀ ਬਖਸ਼ ਵਾਧਾ ਨਾ ਹੋਇਆ ਹੋਵੇ, ਪਰ ਕੁਝ ਨਾ ਕੁਝ ਫਰਕ ਅਵਸ਼ ਪੈ ਗਿਆ। ਉਸ ਪਾਸੋਂ ਦਿਲ ਬਹਿਲਾਵਾ ਇੱਕ ਵਾਰਗੀ ਛੁੱਟ ਗਿਆ ਬਸਤੀ ਦੇ ਮੁੰਡਿਆਂ ਨੂੰ ਪੜ੍ਹਾਉਣ ਦਾ। ਇੱਧਰ ਬਾਲੀ ਵੀ ਬੇਖਬਰ ਨਹੀਂ ਸੀ ਆਪਣੇ ਪਤੀ ਦੀ ਕਸ਼ਟਾਂ ਭਰੀ ਮੁਸ਼ਕਲ ਤੋਂ। ਜਿਹੜਾ ਦਿਨ ਚੜ੍ਹੇ ਘਰੋਂ ਨਿਕਲਦਾ ਅੱਧੀ ਰਾਤੀ ਮੁੜਦਾ ਸੀ, ਅਤੇ ਮੰਗਤੂ ਦੇ ਦਿਲ ਨੂੰ ਸਭ ਤੋਂ ਬਹੁਤਾ ਕਸ਼ਟ ਇਹ ਵੇਖ ਕੇ ਹੁੰਦਾ ਕਿ ਉਹਦੇ ਪਰਤਦਿਆਂ ਤੀਕ ਭਾਵੇਂ ਰਾਤ ਦੇ 12 ਵੱਜ ਜਾਣ, ਭਾਵੇਂ ਇੱਕ ਬਾਲੀ ਭੁੱਖਣ ਪਾਣੀ ਬੈਠੀ ਰਹਿੰਦੀ। ਮੰਗਤੂ ਦੇ ਆਉਂਦਿਆਂ ਅੱਗੇ ਚੁੱਲ੍ਹਾ ਗਰਮ ਹੁੰਦਾ, ਤਵਾ ਧਰਿਆ ਹੋਇਆ। ਇਸ ਗੱਲ ਤੋਂ ਕਦੀ ਕਦੀ ਉਹ ਛਿੱਥਾ ਵੀ ਪੈ ਜਾਂਦਾ। ਪਰ ਕਿੰਨੀ ਮਿੱਠੀ, ਕਿੰਨੀ ਅੰਮ੍ਰਿਤਮਈ ਹੁੰਦੀ ਦੰਪਤੀ ਦੀ ਇਹ ਲੜਾਈ। ਮੰਗਤੂ ਦਾ ਦਿਲ ਕਰਦਾ ਇਸ ਤਪੱਸਵਣੀ ਪਤਨੀ ਤੋਂ ਸਭ ਕੁਝ ਸਦਕੇ ਕਰ ਦੇਵੇ। ਖਾਸ ਕਰਕੇ ਇੱਕ ਹੋਰ ਦਿਨ ਤਾਂ ਮੰਗਤੂ ਦਾ ਹਿਰਦਾ ਬਾਲੀ ਦੀ ਸ਼ਰਧਾ ਨਾਲ ਲਬਰੇਜ਼ ਹੋ ਉੱਠਿਆ। ਜਦਨ ਘਰ ਆ ਕੇ ਉਹਨੇ ਇੱਕ ਨਵੀਂ ਗੱਲ ਵੇਖੀ। ਬਾਲੀ ਨੇ ਦੋਵਾਂ ਹੱਥਾਂ 'ਚ ਸਿਲਾਈਆਂ ਚੱਲ ਰਹੀਆਂ ਸਨ, ਇੱਕ ਛੋਟਾ ਜਿਹਾ ਸਵੈਟਰ ਹੁਣ ਰਹੀ ਸੀ। ਪੁੱਛਣ 'ਤੇ ਬਾਲੀ ਨੇ ਦੱਸਿਆ ਬਸਤੀ ਦੇ ਕਈ ਛੋਟੇ ਛੋਟੇ ਬੱਚੇ ਅੱਜ ਕੱਲ੍ਹ ਦੀ ਸੁੱਕੀ ਸਰਦੀ ਪੈਣ ਕਰਕੇ ਬਿਮਾਰ ਹੋਈ ਜਾ ਰਹੇ ਨੇ, ਜਿਨ੍ਹਾਂ ਨੂੰ ਠੰਡ ਤੋਂ ਬਚਾਉਣ ਲਈ ਉਹ ਹਰ ਦੂਜੇ ਦਿਨ ਇੱਕ ਸਵੈਟਰ ਤਿਆਰ ਕਰਿਆ ਕਰੇਗੀ। ਕਿੰਨਾ ਸੁੰਦਰ ਦਿਲ ਹੈ ਇਹਦਾ, ਮੰਗਤੂ ਨੇ ਦਿਲੀ ਦਿਲ 'ਚ ਬਾਲੀ ਨੂੰ ਨਮਸਕਾਰ ਕੀਤੀ। ਪਰ ਇਹਦੇ ਨਾਲ ਹੀ ਉਹਦੇ ਅੰਦਰ ਇੱਕ ਚਿੰਤਾ ਵੀ ਉਪਜੀ। ਇੰਨੀ ਉੱਨ ਕਿੱਥੋਂ ਆਏਗੀ? ਉਹਨੇ ਬਾਲੀ 'ਤੇ ਸਵਾਲ ਕਰਨਾ ਚਾਹਿਆ ਪਰ ਜ਼ਬਾਨ ਉਹਦੀ ਨਹੀਂ ਹਿੱਲੀ। ਸ਼ਾਇਦ ਐਸਾ ਕਰਨਾ ਉਹਨੂੰ ਬਾਲੀ ਦਾ ਨਿਰਾਦਰ ਜਾਪਿਆ। ਪਰ ਹੋਰ 2-4 ਦਿਨਾਂ ਬਾਅਦ ਬਿਨਾਂ ਪੁੱਛਣ ਤੋਂ ਹੀ ਮੰਗਤੂ ਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ। ਜਦ ਇੱਕ ਰਾਤੀ ਘਰ ਆ ਕੇ ਉਹਨੇ ਬਾਲੀ ਨੂੰ ਇੱਕ ਹੋਰ ਮੁਸ਼ਕਤ ਕਰਦਿਆਂ ਤੱਕਿਆ। ਉਹਦੇ ਸੱਜੇ ਪਾਸੇ ਬਹੁਤ ਸਾਰੇ ਢੱਕ ਦੇ ਪੱਤਰ ਰੱਖੇ ਸਨ ਅਤੇ ਸਾਹਮਣੇ ਇੱਕ ਅੱਧ ਕੱਟੇ ਹੋਏ ਪੀਪੇ ਵਿੱਚ ਤਮਾਕੂ ਅਤੇ ਉਹ ਪੱਤਿਆਂ ਦੀਆਂ ਬੀੜੀਆਂ ਬਣਾ ਬਣਾ ਕੇ ਉਹਨਾਂ 'ਚ ਤਮਾਕੂ ਭਰ ਰਹੀ ਸੀ। ਫਿਰ ਉਸ ਦੱਸਿਆ ਕਿ 5-10 ਦਿਨਾਂ ਤੀਕ ਜਦ ਉਹਦਾ ਹੱਥ ਜ਼ਰਾ ਚੰਗੀ ਤਰ੍ਹਾਂ ਚੱਲ ਪਏਗਾ, ਉਹ ਇਸ ਕੰਮ ਵਿੱਚੋਂ ਰੁਪਇਆ ਰੋਜ਼ ਕਮਾ ਲਿਆ ਕਰੇਗੀ, ਬੱਚਿਆਂ ਲਈ ਸਵੈਟਰ ਉਣਨੇ ਜਾਰੀ ਰੱਖ ਸਕੇਗੀ। ਉਹ ਉਸੇ ਵੀ ਦੱਸਿਆ ਕਿ ਬਸਤੀ ਦੀਆਂ ਕਈ ਹੋਰ ਜਨਾਨੀਆਂ ਵੀ ਬੀੜੀ ਬਣਾਉਣ ਦਾ ਕੰਮ ਕਰਦੀਆਂ ਨੇ, ਜਿਨ੍ਹਾਂ ਦੀ ਮਦਦ ਨਾਲ ਉਹਨੂੰ ਵੀ ਇਹ ਮਜ਼ਦੂਰੀ ਮਿਲ ਗਈ। ਔਰ ਬਾਲੀ, ਮੰਗਤੂ ਨੇ ਸਵਾਲ ਕੀਤਾ, ਔਰ ਉਹ ਲੜਕੀਆਂ ਪੜ੍ਹਾਉਣੇ ਕਾ ਕੰਮ? ਉਹ ਤੋਂ ਅਭੀ ਬੰਦ ਰਹੇਗਾ, ਸਬਸੇ ਪਹਿਲੇ ਉਨ ਲੋਗੋਂ ਕੇ ਪ੍ਰਾਣ ਬਚਾਉਣੇ ਕਾ ਸਵਾਲ ਹੈ, ਜਬ ਪ੍ਰਾਣ ਹੀ ਨਹੀਂ ਰਹੇਂਗੇ ਤੋ ਪੜ੍ਹਾਈ ਕੌਣ ਕਰੇਗਾ? ਪਰ ਬਾਲੀ, ਮੰਗਤੂ ਨੇ ਗਦਗਦ ਆਵਾਜ਼ 'ਚ ਪੁੱਛਿਆ, ਤੁਮਨੇ ਇੱਕਦਮ ਇਤਨਾ ਝੰਝਟ ਉਠਾ ਲਿਆ, ਰਾਤ ਭਰ ਬੀੜੀ ਬਣਾਉਣਾ ਔਰ ਦਿਨ ਭਰ ਸਿਲਾਈ ਚਲਾਉਣਾ, ਇਤਨਾ ਮਿਹਨਤ, ਇਤਨੀ ਮਿਹਨਤ ਕਰਤੇ ਕਰਤੇ ਤੋ ਤੁਮ ਬਿਮਾਰ ਪੜ ਜਾਓਗੀ? ਬਾਲੀ ਉਵੇਂ ਹੀ ਪੱਤਿਆਂ ਦੇ ਖੋਲ ਬਣਾਉਂਦੀ ਬੋਲੀ, ਅਬ ਨਹੀਂ ਮੈਂ ਬਿਮਾਰ ਹੋਣੇ ਕੀ, ਕਿਉਂ? ਭਗਵਾਨ ਕੋ ਜੋ ਬਸ ਮੇਂ ਕਰ ਲਿਆ, ਭਗਵਾਨ ਜੋ ਕਿਸੀ ਕੋ ਨਰਕ ਮੇਂ ਸੇ ਖੀਂਚ ਲਾ ਸਕਤਾ ਹੈ, ਮੌਤ ਸੇ ਛੁਡਾ ਸਕਤਾ ਹੈ, ਕਿਆ ਉਹ ਮੁਝੇ ਬਿਮਾਰੀ ਸੇ ਨਹੀਂ ਬਚਾ ਸਕਤਾ? ਬਾਲੀ, ਮੰਗਤੂ ਦਾ ਸਿਰ ਝੁਕ ਗਿਆ। ਉਹ ਪਤਾ ਨਹੀਂ ਕੀ ਕੁਝ ਕਹਿਣਾ ਚਾਹਿਆ ਬਾਲੀ ਦੇ ਉੱਤਰ ਵਿੱਚ, ਪਰ ਨੇਰਾ ਬਾਲੀ ਕਹਿ ਕੇ ਉਹਦੇ ਬੁੱਲ ਜੁੜ ਗਏ। ਸ਼ਰਧਾ ਤੇ ਅਣਮਾਪੇ ਪਿਆਰ ਦੀ ਡੂੰਘਾਈ 'ਚ ਉਹਦੀ ਬੋਲਣ ਸ਼ਕਤੀ ਡੁੱਬ ਚੁੱਕੀ ਸੀ। ਮੱਘਰ, ਪੋਹ, ਮਾਘ, ਸਰਦੀ ਦੇ 3 ਮਹੀਨੇ ਅੱਖਦੇ ਫੋਰ 'ਚ ਬੀਤ ਗਏ। 3 ਮਹੀਨੇ ਨਹੀਂ, ਜਿਵੇਂ 3 ਦਿਨ ਬਣ ਗਏ। ਇਹ ਦੰਪਤੀ ਜੋੜਾ ਦਿਨ ਰਾਤ ਆਪੋ ਆਪਣੇ ਰੁਝੇਵਿਆਂ 'ਚ ਖੱਚਤ ਰਹਿੰਦਾ। ਬਾਲੀ ਸਵੈਟਰਾਂ 'ਤੇ ਸਵੈਟਰ ਤਿਆਰ ਕਰੀ ਜਾਂਦੀ ਅਤੇ ਵੰਡੀ ਜਾਂਦੀ। ਮੰਗਤੂ ਜਦ ਕਦੀ ਉਹਦੀ ਇਸ ਨਿਰੰਤਰ ਮਿਹਨਤ ਤੋਂ ਘਬਰਾ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਬਾਲੀ ਇੱਕੋ ਸੰਖੇਪ ਜੀ ਗੱਲ ਕਹਿ ਕੇ ਉਹਦੀ ਜ਼ਬਾਨ ਬੰਦ ਕਰ ਦਿੰਦੀ ਸੀ। ਆਪ ਹੀ ਨੇ ਤੂੰ ਇਹ ਸਬਕ ਸਿਖਲਾਇਆ ਮੁਝੇ, ਫਿਰ ਅਬ ਕਿਉਂ ਰੋਕਦੇ ਹੋ? ਮੰਗਤੂ ਦੀ ਆਮਦਨੀ 'ਚ ਕੋਈ ਵਾਧਾ ਨਹੀਂ ਹੋ ਸਕਿਆ। ਉਹਦਾ ਗੁਜ਼ਾਰਾ ਪਹਿਲਾਂ ਵਾਂਗ ਹੀ ਤੰਗੀ ਤੁਰਸ਼ੀ ਨਾਲ ਚੱਲਦਾ, ਪਰ ਤੰਗੀ ਤੁਰਸ਼ੀ ਵਿੱਚ ਵੀ ਉਹਦੇ ਮਨ ਨੂੰ ਕਿੰਨਾ ਅਮਨ ਪ੍ਰਾਪਤ ਹੁੰਦਾ ਜਦੋਂ ਬਾਲੀ ਨੂੰ ਦਿਨ ਰਾਤ ਸੇਵਾ 'ਚ ਲੀਨ ਵੇਖਦਾ। ਬਾਲੀ ਦੀ ਪ੍ਰਾਪਤੀ ਨੇ ਜਿਵੇਂ ਉਹਦੇ ਜੀਵਨ ਦਾ ਢਾਂਚਾ ਹੀ ਬਦਲ ਦਿੱਤਾ। ਉਹਨੂੰ ਕਦੀ ਕਦੀ ਯਾਦ ਆਉਂਦੇ ਉਹ ਪਹਿਲੇ ਦਿਨ ਜਦੋਂ ਕੋਈ ਜ਼ਰਾ ਜਿੰਨੀ ਘਟਨਾ, ਕੋਈ ਮਾੜਾ ਜਿਹਾ ਵਾਕਿਆ ਵੀ ਉਹਦੇ ਮਰਮ ਸਥਲ ਉੱਤੇ ਝਰੀਟਾਂ ਫਿਰ ਜਾਇਆ ਕਰਦਾ ਸੀ। ਜਦੋਂ ਹੋਰ ਥੋੜ੍ਹੇ ਦਿਨਾਂ ਬਾਅਦ ਉਹਦੇ ਅੰਦਰ ਦਾ ਕੋਈ ਜ਼ਖਮ ਮਿਲਦਾ ਮਿਲਦਾ ਫਿਰ ਪਾਟ ਜਾਂਦਾ, ਜਿਹਦੀ ਪੀੜ ਨਾਲ ਉਹਦਾ ਅੰਗ ਅੰਗ ਉਹਦਾ ਲੂੰ ਲੂੰ ਕਰਾ ਉੱਠਦਾ ਸੀ। ਪਰ ਇੱਧਰ ਜਦੋਂ ਤੋਂ ਉਹਨੂੰ ਬਾਲੀ ਦੀ ਪ੍ਰਾਪਤੀ ਹੋਈ, ਕਿੰਨਾ ਪੁਰਅਮਨ, ਕਿੰਨਾ ਤਸੱਲੀ ਭਰਪੂਰ ਹੈ ਉਹਦਾ ਹਿਰਦਾ, ਜਿਵੇਂ ਪਹਿਲਾਂ ਸਭ ਕੁਝ ਸੁਪਨਾ ਹੋ ਗਿਆ ਹੋਵੇ। ਉਹ ਹੁਣ ਜਿਸ ਵੇਲੇ ਵੀ ਘਰ 'ਚ ਦਾਖਲ ਹੁੰਦਾ, ਉਹਦੇ ਹੋਠਾਂ ਉੱਤੇ ਇੱਕ ਮਧੁਰ ਜੀ ਮੁਸਕਾਨ ਹੁੰਦੀ, ਜਿਹਨੂੰ ਵੇਖ ਕੇ ਬਾਲੀ ਦੇ ਉਤਸ਼ਾਹ 'ਚ ਵਾਧਾ ਹੋਈ ਜਾਂਦਾ। ਇੱਕ ਦਿਨ ਜਦ ਮੰਗਤੂ ਘਰ ਆਇਆ ਤਾਂ ਬਾਲੀ ਨੂੰ ਸਦਾ ਤੋਂ ਉਲਟ ਉਹਦੇ ਚਿਹਰੇ ਉੱਤੇ ਕੁਝ ਵਿਖਾਦ ਜਿਹੇ ਦਾ ਰੰਗ ਨਜ਼ਰੀ ਆਇਆ, ਜਿਹਨੂੰ ਤੱਕਦਿਆਂ ਹੀ ਬਾਲੀ ਦਾ ਦਿਲ ਡੁੱਬਣ ਲੱਗ ਪਿਆ। ਫਿਰ ਉਹਦੇ ਪੁੱਛਣ 'ਤੇ ਮੰਗਤੂ ਨੇ ਇਸ ਵਿਖਾਦ ਦਾ ਕਾਰਨ ਸਾਫ਼ ਲਫ਼ਜ਼ਾਂ 'ਚ ਦੱਸ ਦਿੱਤਾ, ਅਰਥਾਤ ਅੱਜ ਇੱਕ ਛੋਟੀ ਜਿਹੀ ਘਟਨਾ ਹੋ ਗਈ ਸੀ। ਸਿਨੇਮਾ ਘਰ 'ਚ ਛੋਟੇ ਛੋਟੇ ਮੁੰਡੇ ਜਿਹੜੇ ਅੰਦਰ
ਫਿਰ ਕੇ ਚਾਹ ਫਲ ਆਦਿ ਵੇਚਿਆ ਕਰਦੇ ਸੀ। ਉਹਨਾਂ 'ਚੋਂ ਦੋ ਮੁੰਡਿਆਂ ਨੂੰ ਅੱਜ ਪੁਲਿਸ ਫੜ ਕੇ ਲੈ ਗਈ ਸੀ। ਇੱਕ ਮੁੰਡਾ ਦੂਸਰੇ ਨਾਲ ਗੈਰ ਫਿਤਰੀ ਤੌਰ 'ਤੇ ਬਦਫੈਲੀ ਕਰਦਾ ਫੜਿਆ ਗਿਆ ਸੀ। ਅਸਲ 'ਚ ਇਹ ਘਟਨਾ ਕੋਈ ਅਨੋਖੀ ਨਹੀਂ ਸੀ, ਸ਼ਹਿਰਾਂ 'ਚ ਇੱਦਾਂ ਦੇ ਵਾਕਿਆਤ ਹੁੰਦੇ ਹੀ ਰਹਿੰਦੇ ਨੇ, ਪਰ ਮੰਗਤੂ ਦੇ ਦਿਲ ਨੇ ਕੁਝ ਵਧੇਰੇ ਹੀ ਅਸਰ ਕਬੂਲਿਆ। ਉਹਦੇ ਅੰਦਰ ਬੜੇ ਅਜੀਬ ਅਜੀਬ ਖਿਆਲ ਉੱਠਣ ਲੱਗ ਪਏ ਸਨ, ਸ਼ਾਇਦ ਇਸ ਕਰਕੇ ਕਿ ਇਹਨਾਂ ਅਵਾਰਾ ਮੁੰਡਿਆਂ ਬਾਰੇ ਉਹ ਪਹਿਲਾਂ ਵੀ ਬੜਾ ਕੁਝ ਸੋਚਦਾ ਰਹਿੰਦਾ ਸੀ। ਸਿਨੇਮਾ ਘਰ ਲਾਗੇ ਜਦ ਤੋਂ ਉਹਨੇ ਕੰਮ ਸ਼ੁਰੂ ਕੀਤਾ, ਇੱਕ ਬੜੇ ਅਜੀਬ ਕਿਸਮ ਦੀ ਦੁਨੀਆ ਉਹਦੇ ਦੇਖਣ 'ਚ ਆਈ ਹੈ ਅਤੇ ਰੋਜ਼ ਕਿਸੇ ਨਾ ਕਿਸੇ ਸ਼ਕਲ ਵਿੱਚ ਇਸੇ ਦੁਨੀਆ ਦੇ ਨਕਸ਼ੇ ਉਹਦੇ ਦਿਮਾਗ 'ਚ ਚੱਕਰ ਲਾਉਂਦੇ ਰਹਿੰਦੇ ਨੇ। ਉਹਦੇ ਸਾਹਮਣੇ ਉਹ ਰੋਜ਼ ਅਣਗਿਣਤ ਆਦਮੀਆਂ ਦਾ ਗੁਜ਼ਰ ਹੁੰਦਾ, ਕਈਆਂ ਨਾਲ ਉਹਦਾ ਵਾਹ ਪੈਂਦਾ। ਸਿਨੇਮਾ ਵੇਖਣ ਵਾਲਿਆਂ 'ਚ ਉਹਨੂੰ ਕਈ ਕਿਸਮ ਦੇ ਆਦਮੀ ਦਿਖਾਈ ਦਿੰਦੇ, ਵੱਡੇ ਵੱਡੇ ਧਨੀ ਮਾਨੀ ਜਿਹੜੇ ਵੰਨ ਸੁਵੰਨੀਆਂ ਕਾਰਾਂ 'ਚ ਸਵਾਰ ਹੋ ਕੇ ਆਉਂਦੇ, ਜਿਨ੍ਹਾਂ ਦੇ ਨਾਲ ਉਹਨਾਂ ਦੀਆਂ ਸਾਥਣਾਂ ਅਤਰ ਲਵੈਂਡਰ ਦੀ ਮਹਿਕ ਛੱਡਦੀਆਂ ਹੋਈਆਂ ਲੰਘਦੀਆਂ। ਬੜੀ ਸ਼ਾਨ ਸ਼ੌਕਤ ਅਤੇ ਠਾਠ ਬਾਠ ਨਾਲ ਇਹ ਲੋਕ ਵੱਡੇ ਦਰਜਿਆਂ ਦੀਆਂ ਟਿਕਟਾਂ ਲੈ ਕੇ ਸੀਟਾਂ 'ਤੇ ਜਾ ਬਰਾਜਦੇ। ਦੂਜੇ ਪਾਸੇ 54-98 ਦਰਜੇ ਵਾਲਿਆਂ ਨੂੰ ਬੜੇ ਗੌਹ ਨਾਲ ਵੇਖਦਾ, ਜਿਹੜੇ ਘੰਟਿਆਂ ਬੱਧੀ ਟਿਕਟਾਂ ਦੀ ਬਾਰੀ ਅੱਗੇ ਭੀੜ ਲਾਈ ਰੱਖਦੇ। ਮੀਂਹ ਹੋਵੇ ਕੱਕਰ ਹੋਵੇ, ਇਹ ਲੋਕ ਬਰਾਬਰ ਡਟੇ ਰਹਿੰਦੇ। ਇਹਨਾਂ ਦੀ ਵਾਰੀ ਉਦੋਂ ਆਉਂਦੀ ਜਦੋਂ ਬਾਕੀ ਸਾਰੇ ਦਰਜੇ ਫੁੱਲ ਹੋ ਜਾਂਦੇ। ਜਿਨ੍ਹਾਂ ਨੂੰ ਟਿਕਟ ਮਿਲਦੀਆਂ ਉਹ ਵੀ ਕੱਪੜੇ ਪੜਵਾ ਕੇ ਅਤੇ ਬਾਰੀ ਦੀਆਂ ਸੀਖਾਂ ਨਾਲ ਘੰਟਿਆਂ ਬੱਧੀ ਘੋਲ ਕਰਕੇ। ਇਸ ਵਿਚਾਲੇ ਕਈ ਆਪੋ 'ਚ ਘਸੁੰਨਮੁੱਖੀ ਹੋ ਪੈਂਦੇ, ਇੱਥੋਂ ਤੱਕ ਕਿ ਕਦੀ ਤਾਂ ਲਹੂ ਲੁਹਾਨ ਤੱਕ ਨੌਬਤ ਆ ਜਾਂਦੀ। ਝਗੜਾ ਉਦੋਂ ਖਤਮ ਹੁੰਦਾ ਜਦੋਂ ਪੁਲਿਸ ਦਾ ਸਿਪਾਹੀ ਆ ਕੇ ਉੱਤੋਂ ਹੋਰ ਦੋ ਦੋ ਚਾਰ ਚਾਰ ਉਹਨਾਂ ਨੂੰ ਜੜ ਦਿੰਦਾ। ਇਸ ਬਦ ਇਖਲਾਕੀ ਦੀ ਫੌਜ ਨੂੰ ਵੇਖ ਕੇ ਕਈ ਵਾਰ ਮੰਗਤੂ ਦੇ ਮਨ ਦੀ ਟਿਕੀ ਹੋਈ ਸਤ੍ਹਾ ਵਿੱਚ ਹਲਚਲ ਜਿਹੀ ਮੱਚ ਜਾਂਦੀ। ਉਹ ਸੋਚਦਾ ਇਹ ਲੋਕ ਇੰਨੀ ਬੇਇੱਜ਼ਤੀ ਕਰਾਉਂਦੇ ਅਤੇ ਐਡੇ ਕਸ਼ਟ ਝਾਕਦੇ ਨੇ, ਫਿਰ ਵੀ ਸਿਨੇਮਾ ਵੇਖਣ ਤੋਂ ਬਾਜ਼ ਨਹੀਂ ਆਉਂਦੇ। ਆਖਿਰ ਇਹਨਾਂ ਨੂੰ ਲੱਭਦਾ ਕੀ ਹੈ ਕਿ ਸਿਨੇਮਾ ਐਡੀ ਜ਼ਰੂਰੀ ਚੀਜ਼ ਹੈ ਕਿ ਆਪਣੇ ਸਤਿਕਾਰ ਅਤੇ ਇੱਜ਼ਤ ਨੂੰ ਗੁਆ ਕੇ ਵੀ ਇਹਨੂੰ ਵੇਖਣਾ ਜ਼ਰੂਰੀ ਹੈ। ਇਸ ਤੋਂ ਛੋਟੀ ਇੱਕ ਹੋਰ ਐਸੀ ਚੀਜ਼ ਸੀ ਜਿਹੜੀ ਮੰਗਤੂ ਨੂੰ ਬੜਾ ਕੁਝ ਸੋਚਣ ਲਈ ਮਜਬੂਰ ਕਰਦੀ, ਅਤੇ ਇਹ ਸੀ ਇਹਨਾਂ ਮੁੰਡਿਆਂ ਦਾ ਟੋਲਾ ਜਿਹੜੇ ਹਾਊਸ ਦੇ ਅੰਦਰ ਜਾ ਕੇ ਸੌਦਾ ਵੇਚਦੇ ਸਨ, ਚਾਹ, ਸੋਡਾ, ਪਾਨ, ਸਿਗਰੇਟ, ਕੇਲੇ, ਸੰਤਰੇ, ਹੋਰ ਕਿੰਨਾ ਹੀ ਕੁਝ। ਇਹਨਾਂ ਵਿੱਚੋਂ ਅਕਸਰ ਮੁੰਡੇ ਰਿਫਿਊਜ਼ੀਆਂ ਦੇ ਸਨ, ਜਿਨ੍ਹਾਂ ਦੇ ਮਾਪੇ ਉਹਨਾਂ ਨੂੰ ਖੱਟਣ ਕਮਾਉਣ ਦੇ ਖਿਆਲੋਂ ਭੇਜ ਦਿੰਦੇ ਸਨ। ਕੁਝ ਗਿਣਤੀ ਐਸੀ ਮੁੰਡਿਆਂ ਦੀ ਸੀ ਜਿਹੜੇ ਸਿਨੇਮਾ ਵੇਖਣ ਦਾ ਸ਼ੌਕ ਪੂਰਾ ਕਰਨ ਖਾਤਰ ਇਹ ਕੰਮ ਕਰਦੇ ਸਨ। ਕਈ ਐਸੇ ਵੀ ਜਿਹੜੇ ਘਰੋਂ ਲੜ ਕੇ ਜਾਂ ਚੋਰੀ ਨੱਸ ਕੇ ਆਏ ਹੁੰਦੇ ਸਨ, ਅਤੇ ਹੋਰ ਕਈ ਕੰਮ ਰੁਜ਼ਗਾਰ ਨਾ ਲੱਭਣ ਕਰਕੇ ਇਸ ਫੌਜ 'ਚ ਭਰਤੀ ਹੋਏ ਸਨ। ਸ਼ੱਕ ਨਹੀਂ ਕਿ ਇਹਨਾਂ ਮੁੰਡਿਆਂ 'ਚ ਕਈ ਚੰਗੇ ਵੀ ਹੁੰਦੇ ਹੋਣਗੇ, ਪਰ ਇੱਥੋਂ ਦੀ ਫਿਜ਼ਾ 'ਚ ਕੁਝ ਚਿਰ ਰਹਿਣ ਤੋਂ ਬਾਅਦ ਲਗਭਗ ਸਾਰੇ ਇੱਕੋ ਰੰਗ 'ਚ ਰੰਗੇ ਜਾਂਦੇ ਸਨ। ਹੱਦ ਦਰਜੇ ਦੇ ਲਫੰਗੇ, ਅਵਾਰਾ, ਬਦ ਇਖਲਾਕ ਅਤੇ ਮੂੰਹ ਜ਼ੋਰ। ਸੌਦਾ ਵੇਚਣਾ ਤਾਂ ਇਹਨਾਂ ਲਈ ਕਾੜ ਹੁੰਦੀ ਸੀ, ਵੈਸੇ ਇਹਨਾਂ ਦਾ ਸ਼ੁਗਲ ਹੁੰਦਾ ਜਾਂ ਤਾਂ ਹਾਊਸ 'ਚ ਬੈਠੀਆਂ ਕੁੜੀਆਂ ਨੂੰ ਵੇਖਣਾ ਅਤੇ ਉਹਨਾਂ ਦੇ ਆਲੇ ਦੁਆਲੇ ਚੱਕਰ ਕੱਟਣੇ, ਅਤੇ ਜਾਂ ਆਪੋ 'ਚ ਗੰਦੀ ਕਿਸਮ ਦੀ ਛੇੜਛਾੜ, ਗਾਲੀ ਗਲੋਚ ਅਤੇ ਹੋਰ ਕਈ ਕਿਸਮ ਦੀ ਬੇਹੁਦਾ ਬਕਵਾਸ। ਕਿਉਂਕਿ ਅੱਧੀ ਅੱਧੀ ਰਾਤ ਤੱਕ ਇਹਨਾਂ ਨੂੰ ਖੁੱਲ੍ਹੇ ਫਿਰਨ ਦਾ ਮੌਕਾ ਹੁੰਦਾ ਸੀ, ਇਸ ਲਈ ਅਕਸਰ ਮੁੰਡੇ ਇੱਕ ਦੂਜੇ ਨਾਲ ਗੈਰ ਫਿਤਰਤੀ ਤੁਲਕ ਪੈਦਾ ਕਰ ਲੈਂਦੇ। ਇਸ ਤਰ੍ਹਾਂ ਆਪਣੇ ਬਚਪਨ 'ਤੇ ਆਉਣ ਵਾਲੀ ਜਵਾਨੀ ਦਾ ਸੱਤਿਆਨਾਸ਼ ਕਰਦੇ ਰਹਿੰਦੇ। ਜਦੋਂ ਵੀ ਸ਼ੋਅ ਸ਼ੁਰੂ ਹੋ ਜਾਣ ਤੋਂ ਬਾਅਦ ਇਹਨਾਂ ਦੀ ਢਾਣੀ ਨੂੰ ਮਿਲ ਕੇ ਬੈਠਣ ਦਾ ਮੌਕਾ ਮਿਲਦਾ ਅਤੇ ਜਾਂ ਤਾਂ ਸਿਨੇਮਾ ਵੇਖਣ ਆਈਆਂ ਕੁੜੀਆਂ ਦੇ ਰੰਗ ਰੂਪ ਅਤੇ ਉਹਨਾਂ ਦੀ ਚਾਲ ਢਾਲ 'ਤੇ ਪੜਚੋਲ ਕਰਦੇ ਰਹਿੰਦੇ, ਜਾਂ ਜਿਨਸੀ ਹਵਸ ਜਿਹੜੀ ਅਜੇ ਮਸੇ ਮਸੇ ਇਹਨਾਂ 'ਚ ਉਗਮੀ ਹੁੰਦੀ ਨੂੰ ਉਕਸਾਉਣ ਵਾਲੀਆਂ ਗੱਲਾਂ ਕਰਨ ਲੱਗ ਪੈਂਦੇ। ਮੰਗਤੂ ਬੜੀ ਗਹਿਰਾਈ ਨਾਲ ਇਹਨਾਂ ਮੁੰਡਿਆਂ ਦੀਆਂ ਗੱਲਾਂ, ਹਰਕਤਾਂ ਅਤੇ ਚਾਲ ਢਾਲ ਦਾ ਮੁਤਾਲਿਆ ਕਰਦਾ ਰਹਿੰਦਾ ਅਤੇ ਨਾਲੋ ਨਾਲ ਸੋਚਦਾ ਰਹਿੰਦਾ, ਇਹ ਜਿਹੜੇ ਇਸੇ ਉਮਰੇ 20ਵੀਂ ਸਦੀ ਦੇ ਮਜਨੂੰ ਅਤੇ ਮਿਰਜ਼ੇ ਬਣੇ ਫਿਰਦੇ ਨੇ, ਜਵਾਨੀ ਚੜ੍ਹਦਿਆਂ ਤੀਕ ਤਾਂ ਲਗਭਗ ਖਤਮ ਹੀ ਹੋ ਜਾਣਗੇ, ਅਤੇ ਇਸ ਸੰਗਤ ਦਾ ਫਲ ਰੂਪ ਇਹਨਾਂ 'ਚੋਂ ਕਈ ਵੱਡੇ ਵੱਡੇ ਗੰਢ ਕੱਪ, ਕਈ ਨਾਮੀ ਡਾਕੂ, ਕਈ ਚੋਰ ਖੂਨੀ ਅਤੇ ਹੋਰ ਐਬਾਂ ਦੇ ਪਲੰਦੇ ਬਣ ਜਾਣਗੇ। ਕਈ ਆਪਣੀ ਮਰਦਾਨਾ ਤਾਕਤ ਗੁਆ ਕੇ ਹਮੇਸ਼ਾ ਲਈ ਨਿਪੁੰਸਕ ਬਣ ਜਾਣਗੇ, ਜਿਨ੍ਹਾਂ ਦਾ ਭੈੜਾ ਅਸਰ ਸਾਡੀਆਂ ਆਉਣ ਵਾਲੀਆਂ ਨਸਲਾਂ 'ਤੇ ਪਏਗਾ। ਕੀ ਇਹ ਸਭ ਕੁਝ ਇੱਦਾਂ ਹੀ ਚੱਲਦਾ ਰਹੇਗਾ ਅਤੇ ਸਾਡੇ ਦੇਸ਼ ਦੇ ਅਣਗਿਣਤ ਹੋਣਹਾਰ ਗੱਭਰੂ ਇਸੇ ਤਰ੍ਹਾਂ ਬਦ ਇਖਲਾਕੀ ਦੇ ਇਹਨਾਂ ਸਕੂਲਾਂ 'ਚ ਤਾਲੀਮ ਪਾ ਪਾ ਨਿਕਲਦੇ ਰਹਿਣਗੇ? ਮੁੰਡਿਆਂ ਦੀ ਗ੍ਰਿਫਤਾਰੀ ਦੇ ਇਸ ਮਾਮਲੇ ਨੂੰ ਲੈ ਕੇ ਦੋਹਾਂ ਪਤੀ ਪਤਨੀ 'ਚ ਕਾਫੀ ਚਿਰ ਵਾਰਤਾਲਾਪ ਚੱਲਦਾ ਰਿਹਾ। ਬਾਲੀ ਦੇ ਦਿਮਾਗ 'ਚ ਇਹ ਗੱਲ ਨਹੀਂ ਸੀ ਬੈਠਦੀ ਕਿ ਉਹਦਾ ਪਤੀ ਕਿਉਂ ਇਸ ਰਾਹ ਜਾਂਦੀ ਚਿੰਤਾ 'ਚ ਆਪਣੇ ਆਪ ਨੂੰ ਔਖਿਆਂ ਕਰਦਾ ਹੈ, ਜਦਕਿ ਇਹਦਾ ਇਲਾਜ ਨਾ ਮੰਗਤੂ ਪਾਸ ਹੈ ਸੀ ਅਤੇ ਨਾ ਹੀ ਕਿਸੇ ਹੋਰ ਕੋਲ। ਮੰਗਤੂ ਬਰਾਬਰ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਰਿਹਾ ਕਿ ਇਹੋ ਜਿਹੀਆਂ ਸਾਰੀਆਂ ਅਧੋਗਤੀਆਂ ਅਤੇ ਬੁਰਾਈਆਂ ਦਾ
ਬੁਰਾਈਆਂ ਦਾ ਮੂਲ ਕਾਰਨ ਹੈ ਗਰੀਬੀ, ਅਤੇ ਗਰੀਬੀ ਦਾ ਮੂਲ ਕਾਰਨ ਹੈ ਸਮਾਜ 'ਚ ਪੈਸੇ ਦੀ ਇੱਕ ਪਾਸੀ ਵੰਡ। ਅਮੀਰਾਂ ਕੋਲ ਪੈਸਾ ਹੈ ਜਿਹਦੇ ਨਾਲ ਉਹ ਆਪਣੇ ਬੱਚਿਆਂ ਨੂੰ ਜੰਮਦਿਆਂ ਸਾਰੇ ਦਾਈਆਂ ਨਰਸਾਂ ਦੀ ਦੇਖਭਾਲ 'ਚ ਅਤੇ ਫਿਰ ਕਿੰਡਰਗਾਰਟਨ ਜਾਂ ਉੱਚੇ ਦਰਜੇ ਦੇ ਸਕੂਲਾਂ 'ਚ ਦਾਖਲ ਕਰਾ ਦਿੰਦੇ ਨੇ, ਜਿਹਦਾ ਫਲ ਰੂਪ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਅਤੇ ਤਹਿਜ਼ੀਬ ਤਮੱਦਨ ਸਿੱਖ ਕੇ ਵੱਡੇ ਵੱਡੇ ਅਹੁਦਿਆਂ ਤੱਕ ਜਾ ਪਹੁੰਚਦੇ ਨੇ। ਪਰ ਦੂਜੇ ਪਾਸੇ ਦੇਸ਼ ਦੇ 100 ਚੋਂ 80 ਬੱਚੇ ਨੇ ਜਿਨ੍ਹਾਂ ਦੀ ਪੜ੍ਹਾਈ ਸਿਖਲਾਈ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਛੋਟੀ ਉਮਰੇ ਅਵਾਰਗੀ 'ਚ ਪੈ ਜਾਂਦੇ ਨੇ। ਬਾਲੀ ਮੂੰਹ ਧਿਆਨੇ ਦੀਆਂ ਗੱਲਾਂ ਸੁਣੀ ਗਈ ਅਤੇ ਛੇਕੜੋ ਨੇ ਕਿਹਾ, ਪਰ ਜਿਸ ਕਾਮ ਕੀ ਚਿੰਤਾ ਸਰਕਾਰ ਕੋ ਕਰਨੀ ਚਾਹੀਏ ਉਸਕੀ ਹਮ ਲੋਕ ਕਿਉਂ ਕਰੇ, ਔਰ ਹਮਾਰੇ ਕਰਨੇ ਸੇ ਬਨਤਾ ਵਿਗੜਤਾ ਵੀ ਕਿਆ ਹੈ ਜੀ। ਤੁਮ ਨਹੀਂ ਸਮਝੀ ਬਾਲੀ, ਮੰਗਤੂ ਨੇ ਮੋਟੇ ਤੌਰ 'ਤੇ ਸਮਝਾਉਣਾ ਸ਼ੁਰੂ ਕੀਤਾ। ਸਰਕਾਰ ਕੋਈ ਅਸਮਾਨ ਸੇ ਥੋੜ੍ਹਾ ਉਤਰੀ ਹੈ, ਅਤੇ ਫਿਰ ਉਸ ਵਿਸਥਾਰ ਨਾਲ ਦੱਸਿਆ ਕਿ ਜੇ ਅਸੀਂ ਲੋਕ ਜਥੇਬੰਦ ਹੋ ਕੇ ਆਪਣੇ ਫਰਜ਼ਾਂ ਨੂੰ ਸੰਭਾਲਦੇ ਹੋਏ ਹਕੂਮਤ ਨੂੰ ਮਜਬੂਰ ਕਰੀਏ ਤਾਂ ਲਾਜ਼ਮੀ ਤੌਰ 'ਤੇ ਜਾਂ ਤਾਂ ਉਹਨੂੰ ਦੇਸ਼ ਦੀਆਂ ਮੰਗਾਂ ਕਬੂਲਣੀਆਂ ਪੈਣਗੀਆਂ, ਜਾਂ ਹਕੂਮਤ ਦਾ ਆਸਣ ਖਾਲੀ ਕਰਨਾ ਪਏਗਾ। ਤੋ ਆਪ ਕਿਆ ਕਰਨਾ ਚਾਹਤੇ ਹੈ ਇਸ ਮਾਮਲੇ ਮੇਂ, ਬਾਲੀ ਨੇ ਮੁੱਕਦੀ ਚੁੱਕਦੀ ਗੱਲ ਪੁੱਛੀ। ਮੈਂ, ਮੰਗਤੂ ਨੇ ਵੀ ਉਵੇਂ ਹੀ ਮੁੱਕਦਾ ਚੁੱਕਦਾ ਜਵਾਬ ਦਿੱਤਾ, ਮੈਂ ਚਾਹਤਾ ਹੂੰ ਕਿਸੀ ਨਾ ਕਿਸੀ ਸ਼ਕਲ ਮੇਂ ਮੈਂ ਵੀ ਆਪਣੇ ਦੇਸ਼ ਕੇ ਲੀਏ ਕੁਛ ਕਰ ਸਕੂੰ, ਮਗਰ ਕੈਸੀ। ਇਹਦੇ ਜਵਾਬ 'ਚ ਮੰਗਤੂ ਨੇ ਮਾਸਟਰ ਬੇਲੀ ਰਾਮ ਦਾ ਹਵਾਲਾ ਦਿੰਦਿਆਂ ਨੂੰ ਦੱਸਿਆ ਕਿ ਉਹ ਵੀ ਮਾਸਟਰ ਦੀ ਪਾਰਟੀ 'ਚ ਰਲ ਕੇ ਆਪਣੇ ਦੇਸ਼ ਦੀ ਸੇਵਾ ਲਈ ਕੋਈ ਠੋਸ ਕਦਮ ਉਠਾਉਣ ਦਾ ਚਾਅ ਰੱਖਦਾ ਹੈ, ਕਿ ਇਹ ਵੀ ਕਿ ਜੇ ਬਾਲੀ ਨਾਲ ਉਹ ਵਿਆਹ ਦੀ ਫਾਹੀ 'ਚ ਨਾ ਫਸ ਚੁੱਕਾ ਹੁੰਦਾ ਤਾਂ ਜ਼ਰੂਰ ਉਹ ਮਾਸਟਰ ਨਾਲ ਜਾ ਰਲਦਾ। ਸੁਣ ਕੇ ਬਾਲੀ ਦਾ ਰੰਗ ਉੱਡ ਜਿਹਾ ਗਿਆ। ਮੰਗਤੂ ਨੇ ਭਾਵੇਂ ਸਧਾਰਨ ਤੌਰ 'ਤੇ ਗੱਲਾਂ ਕਥਾਂ ਦੇ ਸਿਲਸਿਲੇ 'ਚ ਇੰਨੀ ਗੱਲ ਆਖਤੀ, ਪਰ ਬਾਲੀ ਦੇ ਅੰਦਰ ਹੋਰ ਹੀ ਚੋਰ ਵੜ ਗਿਆ। ਉਹ ਖਿਆਲ ਕਰਨ ਲੱਗੀ, ਕਿਤੇ ਮੈਂ ਇਸ ਲਈ ਬੋਝ ਤਾਂ ਨਹੀਂ ਸਾਬਤ ਹੋ ਰਹੀ, ਕਿਤੇ ਮੇਰੇ ਪਿਛਲੇ ਕੁਕਰਮਾਂ ਦੇ ਖਿਆਲ ਨਾਲ ਇਹ ਮੈਥੋਂ ਦੂਰ ਤਾਂ ਨਹੀਂ ਭੱਜਣਾ ਚਾਹੁੰਦਾ, ਕਿਤੇ ਆਪਣੀ ਅਤੇ ਆਪਣੇ ਖਾਨਦਾਨ ਦੀ ਇੱਜ਼ਤ ਦਾ ਜਜ਼ਬਾ ਇਹਨੂੰ ਮੇਰੇ ਵੱਲੋਂ ਪ੍ਰਾਮ ਤਾਂ ਨਹੀਂ ਕਰ ਰਿਹਾ। ਇਸ ਤਰ੍ਹਾਂ ਦਾ ਕਿੰਨਾ ਹੀ ਕੁਝ ਪਲ ਪਲ ਸੋਚ ਗਈ। ਮੰਗਤੂ ਨੂੰ ਚੁੱਪ ਚਾਪ ਬੈਠਾ ਤੱਕ ਕੇ ਬਾਲੀ ਨੇ ਪੁੱਛਿਆ, ਕਿਆ ਸੋਚ ਰਹੇ ਹੈ ਆਪ? ਮੰਗਤੂ ਬੋਲਿਆ, ਮੈਂ ਇਹੀ ਸੋਚ ਰਹਾ ਹੂੰ ਕਿ ਅਗਰ ਤੁਮ ਕੁਛ ਦੇਰ ਕੇ ਲਈ ਅਕੇਲੀ ਰਹਿ ਸਕੋ ਤੋ ਮੈਂ ਇੱਕ ਦਫ਼ਾ ਰਾਜਸੀ ਮੈਦਾਨ ਮੇਂ ਪੜ੍ਹ ਕਰ ਕੁਛ ਯਤਨ ਕਰੂੰ, ਮੇਰੀ ਬੜੀ ਖਾਹਿਸ਼ ਹੈ। ਬਾਲੀ ਦੇ ਦਿਲ 'ਚੋਂ ਉਹ ਸ਼ੱਕ ਦੇ ਬੱਦਲ ਜਿਹੜੇ ਉੱਡ ਚੁੱਕੇ ਸਨ, ਇੱਕ ਵਾਰੀ ਫਿਰ ਉਹਨਾਂ ਦਾ ਆਕਾਰ ਉਹਨੂੰ ਅਨੁਭਵ ਹੋਣ ਲੱਗ ਪਿਆ। ਕੀ ਸੱਚਮੁੱਚ ਹੀ ਮੈਥੋਂ ਇਹ ਕੰਨੀ ਖਿਸਕਾਉਣਾ ਚਾਹੁੰਦਾ? ਅਤੇ ਮੰਗਤੂ ਦੇ ਜਵਾਬ 'ਚ ਪੂਰੀ ਦ੍ਰਿੜਤਾ ਨਾਲ ਬੋਲੀ, ਅਗਰ ਆਪਕਾ ਐਸਾ ਵਿਚਾਰ ਹੈ ਤੋ ਮੈਂ ਪਾਛੇ ਕਿਉਂ ਰਹੂੰਗੀ? ਆਪ ਖੁਦ ਹੀ ਤੋ ਕਹਾ ਕਰਤੇ ਹੈ ਕਿ ਔਰਤ ਕੋ ਹਰੇਕ ਕਾਮ ਮੇਂ ਮਰਦ ਕੀ ਬਰਾਬਰੀ ਕਰਨੀ ਚਾਹੀਏ, ਕਿਆ ਮੈਂ ਇਸ ਕਾਮ ਮੇਂ ਆਪਕਾ ਸਾਥ ਨਹੀਂ ਦੇ ਸਕੂੰਗੀ? ਸੁਣ ਕੇ ਮੰਗਤੂ ਜਿਵੇਂ ਤ੍ਰਭਕ ਪਿਆ। ਬਾਲੀ 'ਚ ਇੰਨੀ ਜੁਰਅਤ, ਇੰਨਾ ਸਵੈ ਵਿਸ਼ਵਾਸ ਹੈ, ਇਹਦਾ ਫਲ ਰੂਪ ਬਾਲੀ ਦੇ ਸਾਹਮਣੇ ਆਪਣੇ ਆਪ ਨੂੰ ਛੋਟਾ ਛੋਟਾ ਮਹਿਸੂਸ ਕਰਨ ਲੱਗਾ, ਸੋਚਣ ਲੱਗਾ, ਜੇਕਰ ਇਹ ਗੱਲ ਹੈ ਤਾਂ ਫਿਰ ਇੱਕ ਅਤੇ ਦੋ 11 ਵਾਲੀ ਗੱਲ ਹੋਏਗੀ। ਛੇਕੜੇ ਉਹ ਫੈਸਲਾ ਹੋਇਆ ਕਿ ਇਸ ਬਾਰੇ ਭਲਕੇ ਮਾਸਟਰ ਬੇਲੀ ਰਾਮ ਨੂੰ ਇੱਕ ਚਿੱਠੀ ਲਿਖੀ ਜਾਏ ਅਤੇ ਉਹਦੀ ਜੋ ਆਗਿਆ ਹੋਏਗੀ ਉਸ ਉੱਤੇ ਦੋਵੇਂ ਪਤੀ ਪਤਨੀ ਰਲ ਕੇ ਅਮਲ ਕਰਨਗੇ। ਅੰਗ 34ਵਾਂ। ਦਿਨ ਚੜ੍ਹਦਿਆਂ ਮੰਗਤੂ ਨੇ ਸਭ ਤੋਂ ਪਹਿਲਾਂ ਕੰਮ ਚਿੱਠੀ ਲਿਖਣ ਦਾ ਕੀਤਾ। ਖੂਬ ਲੰਮੀ ਚੌੜੀ ਚਿੱਠੀ ਉਹਨੇ ਮਾਸਟਰ ਬੇਲੀ ਰਾਮ ਨੂੰ ਲਿਖੀ। ਜਿਸਟ ਹੋਰ ਗੱਲਾਂ ਤੋਂ ਛੁੱਟ ਬਾਲੀ ਦੀ ਮਹਾਨਤਾ ਅਤੇ ਉਹਦੇ ਗੁਣਾਂ ਦਾ ਉਹਨੇ ਖੂਬ ਦਿਲ ਖੋਲ੍ਹ ਕੇ ਵਿਖਿਆਨ ਕੀਤਾ। ਇਸ ਕੰਮ ਤੋਂ ਅਤੇ ਨਾਸ਼ਤੇ ਤੋਂ ਵਿਹਲਾ ਹੋ ਕੇ ਸਬਜ਼ੀ ਮੰਡੀ ਚਲਾ ਗਿਆ, ਫਿਰ ਨਿਯਤ ਸਮੇਂ ਸਿਨੇਮਾ ਘਰ। ਪਹਿਲਾਂ ਸ਼ੋਅ ਚੱਲ ਰਿਹਾ ਸੀ। ਮੰਗਤੂ ਇੰਟਰਵਲ ਤੋਂ ਪਹਿਲਾਂ ਕੁਝ ਸੌਦਾ ਤਿਆਰ ਕਰਨ ਲਈ ਰੇਹੜੀ 'ਤੇ ਜਮਾਈ ਹੋਈ ਛੋਟੀ ਜਿਹੀ ਭੱਠੀ 'ਚ ਅੱਗ ਬਾਲ ਰਿਹਾ ਸੀ ਅਤੇ ਇਸ ਵੇਲੇ ਡਾਕੀਏ ਨੇ ਇੱਕ ਚਿੱਠੀ ਉਸ ਅੱਗੇ ਸੁੱਟੀ, ਜਿਸ 'ਤੇ ਪੇਂਡੂ ਕਿਸਮ ਦੇ ਸਿਰਨਾਵੇ ਤੋਂ ਪਹਿਲਾਂ ਵੀ ਇੱਕ ਚਿੱਠੀ ਉਹਨੂੰ ਮਾਸੀ ਵੱਲੋਂ ਆ ਚੁੱਕੀ ਸੀ, ਜਿਸ 'ਚ ਰਸਮੀ ਜੀ ਤਾਕੀਦ ਕੀਤੀ ਸੀ ਕਿ ਉਹ ਵਹੁਟੀ ਨੂੰ ਲੈ ਕੇ ਪਿੰਡ ਆਵੇ, ਅਤੇ ਹੁਣ ਦੀ ਚਿੱਠੀ 'ਤੇ ਵੀ ਉਸ ਇਹੋ ਅਨੁਮਾਨ ਲਾਇਆ, ਜਿਸ ਕਰਕੇ ਉਹਨੇ ਸਧਾਰਨ ਵੇਖ ਚਾਹ ਕੇ ਲਿਫਾਫਾ ਪਾਸੇ ਰੱਖ ਦਿੱਤਾ ਅਤੇ ਫਿਰ ਜਦ ਅੰਗੀਠੀ ਪਕਾਉਣ ਦੇ ਕੰਮ ਤੋਂ ਵਿਹਲਾ ਹੋਇਆ ਤਾਂ ਉਹਨੇ ਸਹਿਜ ਭਾਵ ਨਾਲ ਲਿਫਾਫਾ ਖੋਲ੍ਹ ਕੇ ਚਿੱਠੀ ਪੜ੍ਹਨੀ ਸ਼ੁਰੂ ਕੀਤੀ। ਪਰ ਚਿੱਠੀ ਨੂੰ ਉਹਨੇ ਜਿੰਨੀ ਸਧਾਰਨ ਸਮਝਿਆ ਸੀ ਉੱਨੀ ਇਹ ਨਾ ਕੇਵਲ ਅਸਾਧਾਰਨ ਸਗੋਂ ਉਸ ਲਈ ਪਰਲੈਕਾਰੀ ਸਾਬਤ ਹੋਈ, ਜਿਹਦੀਆਂ ਮੁੱਢਲੀਆਂ 3-4 ਸਤਰਾਂ ਪੜ੍ਹਦਿਆਂ ਹੀ ਉਹਦਾ ਰੰਗ ਫੱਕ ਹੋ ਗਿਆ। ਸਾਹ ਰੋਕੀ ਹੋਈ ਇੱਕੋ ਨਜ਼ਰ ਨਾਲ ਸਾਰੀ ਚਿੱਠੀ ਪੜ੍ਹ ਗਿਆ। ਇੱਕ ਤੋਂ ਬਾਅਦ ਦੂਜੀ ਵਾਰੀ ਤੀਜੀ ਵਾਰੀ ਉਸਨੇ ਚਿੱਠੀ ਪੜ੍ਹੀ। ਅੱਗ ਦੀ ਅੰਗੀਠੀ 'ਤੇ ਬਣਨ ਵਾਲਾ ਸੌਦਾ ਸਭ ਕੁਝ ਧਰਿਆ ਧਰਾਇਆ ਹੀ ਰਹਿ ਗਿਆ। ਮੰਗਤੂ ਜਿਉਂ ਇਸ ਹੱਥ 'ਚ ਫੜੇ ਕਾਗਜ਼ ਦੀ ਗਹਿਰਾਈ 'ਚ ਡੁੱਬਿਆ ਕਿ ਉਹਨੂੰ ਕਿਸੇ ਹੋਰ ਪਾਸੇ ਦੀ ਹੋਸ਼ ਹੀ ਨਾ ਰਹੀ। ਉਹਨੂੰ ਆਪਣੇ ਸਰੀਰ ਦਾ ਢਾਂਚਾ ਮੁੜਕਦਾ ਜਾਪਣ ਲੱਗਾ। ਉਹਦੇ ਹੱਥ ਪੈਰ ਠੰਡੇ ਹੋ ਗਏ, ਅੱਖਾਂ 'ਚ ਸਰੋਂ ਫੁੱਲ ਗਈ। ਸਾਹਮਣੇ ਵਾਲੀ ਸਿਨੇਮੇ ਦੀ ਵਿਸ਼ਾਲ ਇਮਾਰਤ
ਉਹਨੂੰ ਭੁਚਾਲ ਦੇ ਝੂਟਿਆਂ ਨਾਲ ਢਹਿੰਦੀ ਜਾਪਣ ਲੱਗੀ ਅਤੇ ਉਹਦੀ ਪਿੱਠ ਵੱਲ ਦੇ ਗਾਂਧੀ ਪਾਰਕ ਵਿੱਚੋਂ ਜਿਵੇਂ ਜਵਾਲਾਮੁਖੀ ਦਾ ਲਾਵਾ ਵਹਿ ਨਿਕਲਿਆ ਹੋਵੇ। ਖੜਿਆਂ ਖੜੋਤਿਆਂ ਉਹਦੀਆਂ ਅੱਖਾਂ ਬੰਦ ਹੋ ਗਈਆਂ ਅਤੇ ਉਹਨੇ ਡਿੱਗ ਪੈਣ ਦੇ ਡਰੋਂ ਰੇਹੜੀ ਦੇ ਪਿਛਲੇ ਹਿੱਸੇ ਨੂੰ ਘੁੱਟ ਕੇ ਫੜ ਲਿਆ। ਇੱਕ ਵਾਰੀ ਫਿਰ ਉਹਨੇ ਚੰਗੀ ਤਰ੍ਹਾਂ ਅੱਖਾਂ ਉਗੇੜ ਕੇ ਚਿੱਠੀ 'ਤੇ ਨਜ਼ਰ ਗੱਡਤੀ। ਮਤੇ ਉਸ ਗਲਤ ਪੜ੍ਹਿਆ ਹੋਵੇ, ਪਰ ਐਤਕਾਂ ਉਸ ਪਾਸੋਂ ਚਿੱਠੀ ਦੇ ਅੱਖਰ ਸਾਫ਼ ਨਹੀਂ ਸੀ ਪੜ੍ਹੇ ਜਾ ਰਹੇ, ਜਿਵੇਂ ਸਾਰੇ ਅੱਖਰ ਇੱਕ ਦੂਜੇ 'ਚ ਗੱਡ ਮੱਡ ਹੁੰਦੇ ਜਾ ਰਹੇ ਹੋ, ਜਿਵੇਂ ਸਾਰੀਆਂ ਸਤਰਾਂ ਛੋਟੇ ਛੋਟੇ ਸਪੋਲੀਏ ਬਣ ਕੇ ਚਿੱਠੀ ਦੇ ਕਾਗਜ਼ ਉੱਤੇ ਭੁੜਕ ਕੇ ਉਸ ਵੱਲ ਲਪਕ ਰਹੀਆਂ ਹਨ। ਚਿੱਠੀ ਉਹਨੇ ਤੈਅ ਕਰਕੇ ਨਹੀਂ ਉਵੇਂ ਮਰੋੜ ਕੇ ਕੋਟ ਦੀ ਜੇਬ 'ਚ ਪਾ ਲਈ। ਫਿਰ ਉਹਨੇ ਰੇਹੜੀ ਉਤਲਾ ਸਾਰਾ ਸਮਾਨ ਚੁੱਕ ਕੇ ਲਾਗਲੀ ਤੰਬੋਲੀ ਦੀ ਦੁਕਾਨ 'ਤੇ ਪਿਛਵਾੜੇ 'ਚ ਜਿੱਥੇ ਰੱਖਦਾ ਸੀ ਰੱਖਿਆ। ਅੰਗੀਠੀ ਦਾ ਬਾਲਣ ਉਹਨੇ ਖੁੰਝੇ ਉਲੱਦ ਸੁੱਟਿਆ, ਰੇਹੜੀ ਖਿੱਚ ਕੇ ਸਿਨੇਮਾ ਹਾਲ ਦੇ ਪਿਛਵਾੜੇ ਜਾ ਖੜੀ ਕੀਤੀ। ਇਸ ਕੰਮੋਂ ਵਿਹਲਾ ਹੋ ਕੇ ਉਹ ਲੜਖੜਾਉਂਦੇ ਕਦਮਾਂ ਨਾਲ ਉੱਥੋਂ ਉੱਠ ਕੇ ਘਰ ਵੱਲ ਤੁਰਿਆ। ਪਰ ਰਸਤੇ 'ਚ ਜਾ ਕੇ ਉਹਨੂੰ ਸੋਚ ਆਈ, ਬਾਲੀ ਮੈਨੂੰ ਇਸ ਹਾਲਤ 'ਚ ਵੇਖ ਕੇ ਕੀ ਕਹੇਗੀ, ਤਰ੍ਹਾਂ ਤਰ੍ਹਾਂ ਦੇ ਸਵਾਲ ਕਰਕੇ ਮੇਰੇ ਕੰਨ ਖਾਣੇ ਸ਼ੁਰੂ ਕਰ ਦੇਵੇਗੀ ਅਤੇ ਮੈਂ ਇਹਦੇ ਸਵਾਲਾਂ ਦਾ ਕੀ ਜਵਾਬ ਦੇਵਾਂਗਾ। ਅਤੇ ਘਰ ਜਾਣ ਦੀ ਥਾਂ ਉਹਨੇ ਹੋਰ ਪਾਸੇ ਰੁੱਖ ਕਰ ਲਿਆ। ਕਿੱਧਰ ਉਹਨੂੰ ਕੋਈ ਪਤਾ ਨਹੀਂ ਸੀ, ਉਹਦੇ ਦਿਮਾਗ 'ਚ ਸ਼ਾਇਦ ਇਸ ਵੇਲੇ ਕੁਝ ਸੋਚਣ ਵਿਚਾਰਨ ਦੀ ਸ਼ਕਤੀ ਵੀ ਬਾਕੀ ਨਹੀਂ ਸੀ। ਹਨੇਰਾ ਹੀ ਹਨੇਰਾ ਉਹਦੇ ਦਿਲ 'ਚ ਵੀ ਅਤੇ ਦਿਮਾਗ 'ਚ ਵੀ, ਜਿਵੇਂ ਉਹਦੇ ਅੰਦਰ ਕੋਈ ਬਾਰੂਦ ਦਾ ਜ਼ਖੀਰਾ ਫਟ ਗਿਆ ਹੋਵੇ। ਉਹ ਕਈ ਘੰਟੇ ਇੱਧਰੋਂ ਉੱਧਰ ਉੱਧਰੋਂ ਇੱਧਰ ਫਿਰੀ ਗਿਆ, ਅਜਿਹੀ ਕਿਸ਼ਤੀ ਵਾਂਗ ਜਿਹਦੇ ਵੰਝ ਚੱਪੂ ਰੁੜ ਚੁੱਕੇ ਸਨ। ਸ਼ਾਮ ਤੋਂ ਬਾਅਦ ਹਨੇਰਾ ਪੈਰ ਪੈਰ ਵੱਧਦਾ ਜਾ ਰਿਹਾ ਸੀ। ਇਸ ਹਨੇਰੇ 'ਚ ਭਟਕਦਾ ਉਹ ਕਿਹੜੇ ਵੇਲੇ ਨਹਿਰ ਦੀ ਪੁਲੀ 'ਤੇ ਆ ਬੈਠਾ ਉਹਨੂੰ ਪਤਾ ਹੀ ਨਹੀਂ ਲੱਗਿਆ। ਇਸ ਵੇਲੇ ਉਹ ਪੁਲੀ 'ਤੇ ਬੈਠਾ ਸੀ ਅਤੇ ਉਹਦੀਆਂ ਅੱਧ ਖੁੱਲ੍ਹੀਆਂ ਅੱਖਾਂ ਸਾਹਮਣੇ ਲੈਂਪ ਪੋਸਟ ਦੀ ਬੱਤੀ 'ਤੇ ਗੱਡੀਆਂ ਸਨ, ਜਿਹਦੇ ਚਾਨਣ 'ਚੋਂ ਬਿੱਲੀ ਦੀਆਂ ਮੁੱਛਾਂ ਵਰਗੀਆਂ ਕਿਰਨਾਂ ਨਿਕਲ ਕੇ ਹਿੱਲ ਰਹੀਆਂ ਸਨ, ਕਦੀ ਵੱਡੀਆਂ ਹੋ ਜਾਂਦੀਆਂ ਕਦੀ ਛੋਟੀਆਂ। ਉਹਦਾ ਦਿਲ ਡਿੱਗਦਾ ਜਾ ਰਿਹਾ ਸੀ ਅੱਤ ਡੂੰਘੇ ਰਸਾਤਲ ਵਿੱਚ। ਦਿਲ ਦੀ ਖੁਦਖੁਤੀ ਮਿਟਾਉਣ ਲਈ ਕਿ ਕੀ ਸੱਚਮੁੱਚ ਚਿੱਠੀ ਉਹਦੀ ਮਾਸੀ ਵੱਲੋਂ ਆਈ ਹੈ ਅਤੇ ਕੀ ਸੱਚਮੁੱਚ ਉਸ 'ਚ ਉਹੀ ਕੁਝ ਲਿਖਿਆ ਜੋ ਉਹਨੇ ਪੜ੍ਹਿਆ। ਉਹਨੇ ਉਹ ਮਰੁੰਡਾ ਕੀਤੀ ਹੋਈ ਚਿੱਠੀ ਜੇਬ 'ਚੋਂ ਕੱਢ ਕੇ ਫਿਰ ਪੜ੍ਹਨੀ ਸ਼ੁਰੂ ਕੀਤੀ, ਪਰ ਕੁਝ ਵੀ ਤਾਂ ਗਲਤ ਜਾਂ ਸ਼ੱਕੀ ਨਹੀਂ ਸੀ। ਜੋ ਕੁਝ ਉਹਨੇ ਪਹਿਲਾਂ ਪੜ੍ਹਿਆ ਸੋਈ ਸੀ ਇਹਨ ਬਿਨ। ਚਿੱਠੀ ਦੀਆਂ ਇਹਨਾਂ ਸਤਰਾਂ ਉੱਤੇ ਉਹਦੀ ਨਜ਼ਰ ਗੱਡੀ ਹੋਈ ਸੀ। ਤੇਰੀ ਮਾਂ ਪਿੰਡ ਆ ਗਈ ਹੈ, ਉਹ ਮਰਨ ਕਿਨਾਰੇ ਹੈ, ਮਰਨ ਤੋਂ ਪਹਿਲਾਂ ਇੱਕ ਵਾਰੀ ਤੈਨੂੰ ਵੇਖਣਾ ਚਾਹੁੰਦੀ ਹੈ, ਜੇ ਤੇਰਾ ਦਿਲ ਮੰਨੇ ਤਾਂ ਆ ਕੇ ਮਿਲ ਜਾ। ਮਾਂ ਆ ਗਈ, ਮਾਂ ਆ ਗਈ ਮਰਨ ਕਿਨਾਰੇ, ਮੈਨੂੰ ਵੇਖਣਾ ਚਾਹੁੰਦੀ ਹੈ ਮਰਨ ਤੋਂ ਪਹਿਲਾਂ। ਵਾਰੋ ਵਾਰੀ ਬੰਬ ਦੇ ਗੋਲੇ ਬਣ ਬਣ ਕੇ ਇਹ ਵਾਕ ਅੰਸ਼ ਉਹਦੇ ਸੀਨੇ 'ਚ ਵੱਜੀ ਜਾ ਰਿਹਾ ਸੀ, ਜਿਵੇਂ ਉਹਦਾ ਸਾਰਾ ਸਰੀਰ ਫੀਤੀ ਫੀਤੀ ਹੋ ਕੇ ਹਵਾ 'ਚ ਉੱਡ ਗਿਆ ਹੋਵੇ। ਚਿੱਠੀ ਉਹਨੇ ਮੁੜ ਮਰੁੰਡਾ ਕਰਕੇ ਮੁੱਠੇ 'ਚ ਘੁੱਟ ਲਈ ਅਤੇ ਇਸ ਤੋਂ ਪਹਿਲਾਂ ਕਿ ਉਹਨੂੰ ਜੇਬ ਦੇ ਹਵਾਲੇ ਕਰਦਾ, ਉਹਨੇ ਗੁੱਸੇ ਨਾਲ ਪਾੜ ਕੇ ਪੁਰਜੇ ਪੁਰਜੇ ਕਰ ਦਿੱਤੀ। ਫਿਰ ਕਾਗਜ਼ਾਂ ਦੇ ਚੁਟਕੀ ਕੁ ਚੂਰ ਭੂਰ ਨੂੰ ਉਹਨੇ ਇੱਕ ਤਰ੍ਹਾਂ ਦੂਰ ਦੂਰ ਵਗਾ ਮਾਰਿਆ, ਜਿਵੇਂ ਪਿੰਡੇ 'ਤੇ ਤੁਰੇ ਜਾਂਦੇ ਕਿਸੇ ਸੱਪ ਠੂਏ ਨੂੰ ਫੜ ਕੇ। ਕਿੰਨਾ ਹੀ ਚਿਰ ਉਹ ਮੱਥਾ ਫੜ ਕੇ ਉੱਥੇ ਹੀ ਬੈਠਾ ਰਿਹਾ। ਰਾਤ ਕਿੰਨੀ ਕੁ ਚਲੀ ਗਈ ਉਹਨੂੰ ਕੋਈ ਪਤਾ ਨਹੀਂ ਸੀ। ਉਹਦਾ ਅੰਗ ਅੰਗ ਉਹਦੀ ਨਾੜ ਨਾੜ ਉਹਦਾ ਲਹੂ ਦਾ ਟਿੱਪਾ ਟਿੱਪਾ ਅੱਗ 'ਚ ਸੜਦਾ ਪੁਕਾਰ ਰਿਹਾ ਸੀ, ਮਾਂ ਆ ਗਈ ਉਹ ਬਦਕਾਰ ਔਰਤ ਜਿਸ ਮੈਨੂੰ ਕਿਸੇ ਪਾਸੇ ਜੋਗਾ ਨਾ ਛੱਡਿਆ, ਜਿਹਦੀ ਕਰਤੂਤ ਨੇ ਮੇਰੇ ਪਿਓ ਦਾ ਤੁਪਕਾ ਤੁਪਕਾ ਕਰਕੇ ਲਹੂ ਸਾੜਿਆ, ਉਹ ਡੈਣ ਉਹ ਕੁਲੈਣੀ ਫਿਰ ਆ ਗਈ। ਪੁੱਤਰ ਨੂੰ ਵੇਖਣਾ ਚਾਹੁੰਦੀ ਹੈ, ਪੁੱਤਰ ਦਾ ਏਡਾ ਹੇਜ, ਪਰ ਇਹ ਹੇਜ ਉਦੋਂ ਕਿੱਥੇ ਗਿਆ ਸੀ ਜਦੋਂ ਉਹਨੂੰ 1.25 ਸਾਲ ਦੇ ਨੂੰ ਛਾਤੀ ਨਾਲ ਉਹ ਤੋੜ ਕੇ ਸੁੱਟ ਗਈ ਸੀ। ਉਹ ਬਦਜ਼ਾਤ ਔਰਤ। ਮੰਗਤੂ ਦੀ ਹਾਲਤ ਅਸਹਿ ਤੋਂ ਅਸਹਿ ਹੁੰਦੀ ਜਾ ਰਹੀ ਸੀ, ਉਹਦੇ ਅੰਦਰ ਜਿਵੇਂ ਅਣਗਿਣਤ ਮਸਾਲਾ ਮਸਾਣ ਬਲ ਉੱਠੇ ਹੋਣ। ਅੱਜ ਕਾਫ਼ੀ ਚਿਰ ਪਿੱਛੋਂ ਇੱਕ ਵਾਰੀ ਫਿਰ ਉਹਨੂੰ ਆਪਣੇ ਉੱਤੇ ਪਾਗਲਪਨ ਦਾ ਗਲਬਾ ਮਹਿਸੂਸ ਹੋ ਰਿਹਾ ਸੀ। ਬਾਲੀ ਉਡੀਕਦੀ ਹੋਏਗੀ, ਜਿਉਂ ਹੀ ਇਹ ਖਿਆਲ ਉਹਨੂੰ ਆਇਆ ਕਿ ਉੱਠ ਕੇ ਘਰ ਵੱਲੋਂ ਤੁਰ ਪਿਆ, 30-40 ਕਦਮਾਂ 'ਤੇ ਜਾ ਕੇ ਰੁਕ ਗਿਆ, ਜਾਂ ਇੱਕ ਡਰਾਉਣੇ ਖਿਆਲ ਨੇ ਉਹਨੂੰ ਰੋਕ ਲਿਆ। ਉਹ ਬੜੀ ਚਿੰਤਾ ਨਾਲ ਸੋਚਣ ਲੱਗਾ, ਇਸ ਵੇਲੇ ਮੇਰਾ ਆਪਣੇ ਉੱਤੇ ਕਾਬੂ ਢਿੱਲਾ ਹੁੰਦਾ ਜਾਂਦਾ ਹੈ, ਸ਼ਾਇਦ ਘਰ ਪਹੁੰਚਦਿਆਂ ਤੱਕ ਮੇਰੀ ਹਾਲਤ ਹੋਰ ਵੀ ਖਰਾਬ ਹੋ ਜਾਏ, ਕੀ ਪਤਾ ਪਾਗਲਪਣ ਮੇਰੇ 'ਤੇ ਪੂਰੀ ਤਰ੍ਹਾਂ ਗਾਲਬ ਹੋ ਜਾਏ, ਅਤੇ ਨਾ ਜਾਣੀਏ ਉਸ ਪਾਗਲਪਣ ਦੀ ਹਾਲਤ 'ਚ ਮੈਂ ਕੀ ਕਰ ਸੁੱਟਾਂ। ਮਤੇ ਬਾਲੀ ਦਾ ਗਲ ਘੁੱਟ ਸੁੱਟਾਂ ਅਤੇ ਮਤੇ ਘਰ ਨੂੰ ਅੱਗ ਲਾ ਦਿਆਂ, ਜਾਂ ਕੋਈ ਹੋਰ ਇਹੋ ਜਿਹਾ ਅਨਰਥ ਹੋ ਜਾਏ ਮੇਰੇ ਕੋਲੋਂ। ਪਰ ਘਰ ਜਾਣਾ ਤਾਂ ਜ਼ਰੂਰੀ ਸੀ, ਬਾਲੀ ਵਿਚਾਰੀ ਉਡੀਕਦੀ ਹੋਏਗੀ, ਇਹ ਸੋਚ ਕੇ ਉਹਨੇ ਕਦਮ ਫੇਰ ਘਰ ਵੱਲ ਤੋਰ ਲਏ। ਤੂਫਾਨ ਕੁਝ ਥੰਮਦਾ ਜਾ ਰਿਹਾ ਸੀ। ਮੰਗਤੂ ਨੂੰ ਇਸ ਖਿਆਲ ਨੇ ਕੁਝ ਧੀਰਜ ਬਣਾਇਆ। ਦਫ਼ਾ ਕਰੋ, ਆਈ ਹੈ ਤਾਂ ਮੈਨੂੰ ਕੀ, ਮਰਦੀ ਹੈ ਤਾਂ ਮਰੀ, ਮੇਰੇ ਭਾਣੇ ਤੋਂ ਕਦੇ ਦੀ ਮਰ ਚੁੱਕੀ ਹੈ, ਫਿਰ ਮੈਂ ਕਿਉਂ ਮੁਫ਼ਤ 'ਚ ਆਪਣਾ ਆਪ ਗਾਲਾਂ ਉਹਦੀਆਂ ਸੋਚਾਂ 'ਚ। ਘਰ ਕੋਲ ਜਾ ਪਹੁੰਚਣ 'ਤੇ ਵੀ ਉਹਦੇ ਦਿਮਾਗ ਵਿੱਚ ਖਿਆਲਾਂ ਦੀ ਦੌੜ ਬਰਾਬਰ ਲੱਗੀ ਹੋਈ ਸੀ, ਉਹਦੇ ਰੋਕਣ 'ਤੇ ਵੀ ਨਹੀਂ ਰੁਕੀ। ਉਹ ਜੇ ਮਰਨ ਹੀ ਲੱਗੀ ਹੈ ਤਾਂ ਕੀ ਮਰਨ ਤੋਂ ਪਹਿਲਾਂ ਮੈਨੂੰ ਵੀ ਮਾਰ ਦੇਣਾ ਚਾਹੁੰਦੀ ਹੈ? ਮੈਂ ਉਸ ਪਾਪਣ ਦੇ ਮੱਥੇ ਲੱਗਾਂ ਜਾ ਕੇ? ਅੱਗੇ ਘੱਟ ਉਹਨੇ ਮੇਰਾ ਲਹੂ ਪੀਤਾ ਜਿਹਦਾ ਸਦਮਾ ਹਮੇਸ਼ਾ ਹੀ ਜ਼ਖਮ ਬਣ ਕੇ ਮੇਰੇ ਸੀਨੇ 'ਚ ਰਿਸਦਾ ਰਿਹਾ।
ਹੁਣ ਉਹ ਮੈਨੂੰ ਰਹਿੰਦੇ ਖੁੰਦੇ ਨੂੰ ਵੀ ਖਤਮ ਕਰਨ ਆਈ ਹੈ। ਸਾਰੀ ਉਮਰ ਖੇਖ ਖਾ ਖਾ ਕੇ ਹੁਣ ਪੁੱਤਰ 'ਤੇ ਆਪਣਾ ਨਾਪਾਕ ਪਰਛਾਵਾਂ ਪਾਉਣਾ ਬਾਕੀ ਸੀ ਉਸ ਲਈ ਮੇਰੀ ਜੁੱਤੀ ਤੋਂ। ਕੱਲ੍ਹ ਮਰਦੀ ਅੱਜ ਮਰੇ, ਲੋਕਾਂ ਦੀਆਂ ਮਾਵਾਂ ਨਹੀਂ ਮਰਦੀਆਂ ਹੁੰਦੀਆਂ। ਇਸ ਨੀਚਣੀ ਨੇ ਤਾਂ ਮੈਨੂੰ ਜਿਉਂਦਿਆਂ 'ਚ ਛੱਡਿਆ ਹੀ ਨਾ। ਘਰ ਦੇ ਨੇੜੇ ਪਹੁੰਚ ਕੇ ਉਹਨੇ ਮਹਿਸੂਸ ਕੀਤਾ ਜਿਵੇਂ ਜੁੱਸੇ ਦਾ ਸਾਰਾ ਲਹੂ ਉਹਦੇ ਸਿਰ 'ਚ ਜਾ ਇਕੱਠਾ ਹੋਇਆ ਹੋਵੇ। ਉਹਦੀਆਂ ਅੱਖਾਂ ਅੰਗਿਆਰਾਂ ਵਾਂਗ ਤਪ ਰਹੀਆਂ ਸਨ। ਉਹਦੀਆਂ ਪੁੜਪੁੜੀਆਂ 'ਚ ਕੋਈ ਚੀਜ਼ ਟੱਕ ਟੱਕ ਕਰਕੇ ਵੱਜ ਰਹੀ ਸੀ। ਉਹਦੇ ਹੱਥਾਂ ਦੀਆਂ ਉਂਗਲਾਂ ਸੌਂਦੀਆਂ ਜਾ ਰਹੀਆਂ ਸੀ। ਇਸ ਵੇਲੇ ਉਹਦੇ ਚੇਤੇ ਦੀ ਤਖਤੀ ਤੋਂ ਮਾਂ ਦਾ ਮਜ਼ਬੂਨ ਸ਼ਾਇਦ ਮਿਟ ਚੁੱਕਾ ਸੀ। ਹੁਣ ਉਹਦੇ ਦਿਮਾਗ 'ਚ ਕੁਝ ਨਹੀਂ ਸੀ, ਨਿਰਾ ਸ਼ੋਮ, ਨਿਰਾ ਖਿਆਲ, ਇੱਕ ਭਿਆਨਕ ਕਿਸਮ ਦੀ ਬਦਅਮਨੀ, ਇੱਕ ਖਤਰਨਾਕ ਕਿਸਮ ਦਾ ਬੋਝਲਪਣ। ਉਹਦੇ ਅੰਦਰ ਇਸ ਵੇਲੇ ਕੀ ਹੋ ਰਿਹਾ ਹੈ ਉਹਦੀ ਸਮਝ ਤੋਂ ਬਾਹਰ ਸੀ। ਕੀ ਉਹ ਸੜ ਰਿਹਾ ਸੀ, ਕੀ ਉਹ ਡੁੱਬ ਰਿਹਾ ਸੀ, ਜਾਂ ਕੀ ਉਹ ਜ਼ਮੀਨ 'ਚ ਧੱਸਦਾ ਜਾ ਰਿਹਾ ਸੀ। ਕੁਝ ਵੀ ਤਾਂ ਉਹਦੀ ਸਮਝ 'ਚ ਨਹੀਂ ਸੀ ਆਉਂਦਾ, ਪਰ ਅਜੇ ਤੱਕ ਵੀ ਇੰਨਾ ਮਹਿਸੂਸ ਕਰਨ ਦੀ ਸੁੱਧ ਉਹਨੂੰ ਹੈ ਸੀ ਕਿ ਉਹ ਮੰਗਤੂ ਹੈ। ਉਹਦੇ ਘਰ 'ਚ ਇੱਕ ਬਾਲੀ ਨਾਂ ਦੀ ਪਤਨੀ ਹੈ, ਬਸ ਹੋਰ ਨਹੀਂ। ਇਸ ਸਾਰੀ ਦੁਨੀਆ 'ਚ ਹੋਰ ਕੁਝ ਨਹੀਂ, ਜਾਂ ਇਹ ਕਿ ਉਹ ਜ਼ਰੂਰ ਹੁਣ ਪਾਗਲ ਹੋ ਕੇ ਪਾਗਲਖਾਨੇ 'ਚ ਡੱਕ ਦਿੱਤਾ ਜਾਏਗਾ। ਫਿਰ ਬਾਲੀ ਉਸ ਲਈ ਰੋਏਗੀ, ਕਲਪੇਗੀ, ਬਾਲੀ ਮਰ ਜਾਏਗੀ, ਫਿਰ ਉਹ ਵੀ ਪਾਗਲਪਨ 'ਚ ਡੱਕਿਆ ਡੱਕਿਆ ਬਾਲੀ ਦੀ ਹਵੇ 'ਚ ਮਰ ਜਾਏਗਾ, ਬਸ ਦੁਨੀਆ ਮੁੱਕ ਜਾਏਗੀ। ਮੰਗਤੂ ਹੁਣ ਘਰ ਦੇ ਬੂਹੇ ਅੱਗੇ ਖੜਾ ਸੀ। ਜਿਉਂ ਹੀ ਬਾਲੀ ਨੇ ਕਦਮਾਂ ਦਾ ਖੜਾਕ ਸੁਣਿਆ, ਉਹ ਹੱਥਲਾ ਕੰਮ ਛੱਡ ਕੇ ਬਾਹਰ ਵੱਲ ਭੱਜੀ ਅਤੇ ਮੰਗਤੂ ਨੂੰ ਵੇਖ ਕੇ ਉਹਨੂੰ ਹੈਰਾਨੀ ਹੋਈ, ਕਿਉਂਕਿ ਇਹ ਵਕਤ ਤਾਂ ਉਹਦੇ ਆਉਣ ਦਾ ਨਹੀਂ ਸੀ। ਪਰ ਨੇੜੇ ਆ ਕੇ ਬਾਲੀ ਦੰਗ ਹੀ ਰਹਿ ਗਈ। ਅੱਬੜਵਾਈ ਉਸ 'ਤੇ ਜਿਵੇਂ ਆ ਟੱਠੇ ਹੋਵੇ। ਮੈਂ ਆਪਕੋ ਕਿਆ ਹੋ ਗਿਆ ਜੀ, ਹੈਂ ਆਪਕੋ ਕਿਆ ਹੋ ਗਿਆ, ਐਸੀ ਕਿਉਂ ਹੋ ਰਹੇ ਆਪ, ਕਹਿੰਦੀ ਹੋਈ ਉਹਨੂੰ ਥੰਮ ਸੰਭਾਲ ਕੇ ਅੰਦਰ ਲੈ ਗਈ। ਬਾਲੀ ਤਰਲੋ ਮੱਛੀ ਹੁੰਦੀ ਜਾ ਰਹੀ ਸੀ ਅਤੇ ਉਹਦਾ ਹਾਲ ਵੇਖ ਕੇ ਬਾਲੀ ਨੇ ਉਹਦਾ ਕੋਟ ਉਤਾਰ ਕੇ ਕਿੱਲੀ 'ਤੇ ਟੰਗਿਆ। ਮੰਜੇ 'ਤੇ ਲਟਾਉਣ ਤੋਂ ਬਾਅਦ ਗੌਰ ਨਾਲ ਉਹਦੀਆਂ ਅੱਖਾਂ ਵੱਲ ਤੱਕੀ। ਕਿਸੇ ਖੂਨੀ ਵਰਗੀ ਜਾਂ ਪਾਗਲ ਜਾਂ ਸ਼ਰਾਬੀ ਵਰਗੀ ਤਲਕ 'ਤੇ ਡਰਾਉਣੀ ਜਿਹੀ ਚਮਕ ਸੀ ਇਹਨਾਂ 'ਚ। ਬਾਲੀ ਬਰਾਬਰ ਉਹਨੂੰ ਝੰਝੋੜਦੀ ਹੋਈ ਸਵਾਲ 'ਤੇ ਸਵਾਲ ਕਰੀ ਜਾ ਰਹੀ ਸੀ। ਜਵਾਬ 'ਚ ਮੰਗਤੂ ਕੁਝ ਨਹੀਂ ਸੀ ਬੋਲ ਰਿਹਾ, ਛੁੱਟ ਅੱਖਾਂ ਫੈਲਾ ਕੇ ਤੱਕੀ ਜਾਣ ਤੋਂ। ਕਿਤੇ ਸ਼ਰਾਬ ਤਾਂ ਨਹੀਂ ਸੀ ਪੀ ਆਇਆ, ਇਹ ਖਿਆਲ ਕਰਕੇ ਬਾਲੀ ਉਹਦੇ ਸਾਹਾਂ ਦੀ ਹਵਾੜ ਸੁੰਘਣ ਲੱਗੀ, ਜਿਹਨੂੰ ਭਾਂਪ ਕੇ ਉਸ ਵੱਲ ਬਿੱਤਰ ਬਿੱਤਰ ਤੱਕਦਾ ਮੰਗਤੂ ਬੋਲਿਆ, ਕਿਉਂ ਸੁੰਘ ਰਹੀ ਹੈ, ਸ਼ਰਾਬ ਕਭੀ ਪੀ ਹੈ ਮੈਨੇ ਅੱਜ ਤੱਕ, ਔਰ ਫਿਰ ਕਿਆ ਔਰ ਕਿਆ ਹੈ, ਆਪਕੀ ਤਬੀਅਤ ਕਿਉਂ ਇੱਕਦਮ ਖਰਾਬ ਹੈ, ਬੁਖਾਰ ਤੋਂ ਨਹੀਂ ਹੈ। ਅਤੇ ਫਿਰ ਉਹਦੇ ਮੱਥੇ 'ਤੇ ਨਬਜ਼ ਟੋਲਣ ਲੱਗ ਪਈ। ਬਾਲੀ ਦੇ ਸਪਰਸ਼ ਨੇ, ਉਹਦੇ ਸਨੇਹ ਨੇ, ਨਾਲੇ ਉਹਦੀ ਘਬਰਾਹਟ ਨੇ ਮੰਗਤੂ ਦੀ ਹਾਲਤ 'ਚ ਕੁਝ ਨਾ ਕੁਝ ਫਰਕ ਲੈ ਆਉਂਦਾ। ਉਹ ਬੋਲਿਆ, ਬੁਖਾਰ ਨਹੀਂ ਹੈ ਬਾਲੀ, ਘਬਰਾਓ ਮਤ। ਤਾਂ ਫਿਰ ਕਿਆ ਹੋ ਗਿਆ ਆਪਕੋ, ਬਤਾਤੇ ਕਿਉਂ ਨਹੀਂ। ਬਾਲੀ ਦੀ ਘਬਰਾਹਟ ਵੇਖ ਕੇ ਮੰਗਤੂ ਡਰ ਗਿਆ। ਬਾਲੀ ਦੀਆਂ ਅੱਖਾਂ 'ਚੋਂ ਅੱਥਰੂ ਢਲਕ ਰਹੇ ਸਨ। ਕੁਛ ਨਹੀਂ, ਮੰਗਤੂ ਉੱਠ ਕੇ ਸਿੱਧਾ ਬੈਠ ਗਿਆ ਅਤੇ ਬਾਲੀ ਦਾ ਤੌਫਲਾ ਮਿਟਾਉਣ ਲਈ ਉਸ ਗਿਆ। ਚਿੱਠੀ ਆਈ ਹੈ। ਚਿੱਠੀ ਕਾਂ ਸੇ, ਗਾਉਂ ਸੇ, ਕਿਆ ਲਿਖਿਆ? ਮਾਂ ਬਿਮਾਰ ਹੈ। ਬਾਲੀ ਨੂੰ ਕੰਬਣੀ ਆਈ, ਬਹੁਤ ਬਿਮਾਰ ਹੈ। ਮੰਗਤੂ ਨੇ ਸਿਰ ਦੇ ਇਸ਼ਾਰੇ ਨਾਲ ਹਾਂ 'ਚ ਜਵਾਬ ਦਿੱਤਾ। ਕਬ ਆਈ ਚਿੱਠੀ? ਦੁਪਹਿਰ ਕੋ ਆਈ ਥੀ। ਬਾਲੀ ਸੋਚਾਂ 'ਚ ਡੁੱਬ ਗਈ, ਫਿਰ ਬੋਲੀ, ਤਬ ਤੋ ਹਮੇ ਜਾਣਾ ਹੋਗਾ। ਨਹੀਂ ਨਹੀਂ, ਇਹ ਕਿਆ ਕਹਿ ਰਹੇ ਆਪ, ਜਾਏਂਗੇ ਕੈਸੇ? ਨਹੀਂ, ਅੱਛਾ ਅਬ ਮੁਝੇ ਜ਼ਰਾ ਅਕੇਲਾ ਰਹਿਣੇ ਦੋ ਬਾਲੀ, ਤਬੀਅਤ ਠੀਕ ਨਹੀਂ ਹੈ, ਅੱਛਾ ਤੋ ਪਹਿਲੇ ਰੋਟੀ ਖਾ ਲਓ, ਨਹੀਂ ਅੱਜ ਭੁੱਖ ਨਹੀਂ ਹੈ। ਬਾਲੀ ਨੇ ਹੱਠ ਕਰਨਾ ਮੁਨਾਸਬ ਨਹੀਂ ਸਮਝਿਆ। ਮੰਗਤੂ ਨੇ ਲਾਲਟਨ ਬੁਝਾ ਦਿੱਤੀ, ਮੰਜੇ 'ਤੇ ਲੇਟ ਗਿਆ, ਪਰ ਉਸ ਲਈ ਅੱਜ ਦੀ ਰਾਤ ਕਿਆਮਤ ਜਿੰਨੀ ਲੰਮੀ ਅਤੇ ਅਸਹਿ ਹੋ ਗਈ। ਨੀਂਦ ਆਉਣੀ ਤਾਂ ਦੂਰ, ਉਸ ਲਈ ਮੰਜੇ 'ਤੇ ਲੇਟਿਆ ਰਹਿਣਾ ਵੀ ਮੁਸ਼ਕਲ ਹੋ ਰਿਹਾ ਸੀ। 2 ਕੁ ਘੰਟੇ ਉਸ ਮੱਛੀ ਵਾਂਗ ਤੜਫਦਿਆਂ ਗੁਜ਼ਾਰਤੇ। ਉਹਦੀ ਇਸ ਵੇਲੇ ਇਹ ਹਾਲਤ ਸੀ ਕਿ ਕੋਈ ਖਿਆਲ ਵੀ ਉਹਨੂੰ ਸਪਸ਼ਟ ਤੌਰ 'ਤੇ ਨਹੀਂ ਸੀ ਆ ਰਿਹਾ। ਜੋ ਕੁਝ ਉਹਦੇ ਅੰਦਰ ਉੱਠਦਾ, ਜਿਵੇਂ ਭੁਆਂਡਣੀਆਂ ਖਾਂਦਾ ਹੋਇਆ, ਚੱਕਰ ਖਾਂਦਾ ਹੋਇਆ, ਅਤੇ ਜਦ ਉਸ ਲਈ ਲੰਮੇ ਪਏ ਰਹਿਣਾ ਉੱਕਾ ਹੀ ਦੁੱਬਰ ਹੋ ਗਿਆ ਤਾਂ ਉੱਠ ਬੈਠਾ, ਸ਼ਾਇਦ ਫਿਰ ਬਾਹਰ ਜਾਣ ਲਈ। ਜਿਵੇਂ ਉਸ ਪੁਲੀ ਲਾਗੇ ਮਸਲੇ ਹੋਏ ਕਾਗਜ਼ ਦੇ ਪੁਰਜੇ ਉਹਨੂੰ ਬਦੋ ਬਦੀ ਖਿੱਚੀ ਲੈ ਜਾ ਰਹੇ ਸਨ। ਜਿਉਂ ਹੀ ਉਹਨੇ ਲੈਂਪ ਜਗਾਉਣ ਦੀ ਲਈ ਮਾਚਿਸ ਬਾਲੀ ਕੇ ਬਾਲੀ ਨੂੰ ਵੇਖ ਕੇ ਹੱਕਾ ਬੱਕਾ ਰਹਿ ਗਿਆ। ਬਾਲੀ ਉਹਦੀ ਪੈਂਦ ਵੱਲ ਭੁੰਜੇ ਬੈਠੀ, ਪਾਵੇ ਨਾਲ ਲੱਗੀ ਊਂਘ ਰਹੀ ਸੀ। ਬਾਲੀ, ਉਸ ਬਾਂਹ ਝਟਕੀ, ਯਾਂ ਕਿਆ ਕਰ ਰਹੀ ਹੋ? ਬਾਲੀ ਨੇ ਅੱਖਾਂ ਮਲੀਆਂ ਅਤੇ ਇੱਕ ਉਬਾਸੀ ਲਈ, ਫਿਰ ਬੋਲੀ, ਕੁਛ ਨਹੀਂ ਜੀ, ਸੋਈ ਨਹੀਂ, ਸੋ ਜਾਊਂਗੀ। ਇਸ ਤੋਂ ਅੱਗੋਂ ਬਾਲੀ ਉੱਤੇ ਕੋਈ ਸਵਾਲ ਨਹੀਂ ਕਰ ਸਕਿਆ। ਹੋਰ ਕੋਈ ਵਕਤ ਹੁੰਦਾ ਤਾਂ ਬਾਲੀ ਦੀ ਅਕਥਨੀ ਤਪੱਸਿਆ ਵੇਖ ਕੇ ਉਧਰਾ ਉੱਠਦਾ, ਪਰ ਇਸ ਵੇਲੇ ਤਾਂ ਆਪਣੇ ਆਪ 'ਚ ਹੀ ਨਹੀਂ ਸੀ। ਮੰਗਤੂ ਨੂੰ ਬੂਟ ਪਾਉਂਦਿਆਂ ਵੇਖ ਕੇ ਬਾਲੀ ਨੇ ਸਵਾਲ ਕੀਤਾ, ਕਾਂ ਚਲੇ ਇਸ ਵਕਤ? ਕਹੀਂ ਨਹੀਂ, ਮੈਂ ਨਹੀਂ ਜਾਣੇ ਦੂੰਗੀ। ਬਾਲੀ ਨੇ ਉਹਦੀ ਬਾਂਹ ਫੜ ਕੇ ਮੁੜ ਉਹਨੂੰ ਮੰਜੇ 'ਤੇ ਲਿਆ ਬਿਠਾਇਆ। ਮੰਗਤੂ ਇਸ ਵੇਲੇ ਹੀਲ ਹੁੱਜਤ ਕਰਨ ਜੋਗਾ ਸ਼ਾਇਦ ਨਹੀਂ ਸੀ। ਬਾਲੀ ਉੱਤੇ ਸਖਤੀ ਕਰੇ,
ਉਹਦੇ ਜਜ਼ਬਿਆਂ ਨੂੰ ਮਧੋਲ ਕੇ ਕੋਈ ਮਨਮਰਜ਼ੀ ਕਰੇ ਐਸੀ ਸਮਰੱਥਾ ਵੀ ਉਸ 'ਚ ਨਹੀਂ ਸੀ। ਉਹ ਕਠਪੁਤਲੀ ਵਾਂਗ ਮੰਜੇ ਦੇ ਜਿਸ ਹਿੱਸੇ 'ਤੇ ਬਾਲੀ ਨੇ ਉਹਨੂੰ ਲਟਾਇਆ ਲੇਟ ਗਿਆ, ਬਾਲੀ ਵੀ ਮੰਜੇ 'ਤੇ ਪੈ ਗਈ। ਦੋਵੇਂ ਆਪੋ ਆਪਣੇ ਮੰਜਿਆਂ 'ਤੇ ਲੇਟੇ ਸਨ ਅਤੇ ਸ਼ਾਇਦ ਦੋਵੇਂ ਅਨੀਂਦੇ ਦੀ ਹਾਲਤ ਵਿੱਚ ਸਨ। ਇਸ ਨਵੀਂ ਅਤੇ ਅਚੰਬਿਤ ਜਿਹੀ ਘਟਨਾ ਨੇ ਬਾਲੀ ਦੇ ਦਿਲ 'ਤੇ ਬੜੀ ਸਖਤ ਕਿਸਮ ਦਾ ਪ੍ਰਹਾਰ ਕੀਤਾ। ਉਹ ਲੰਮੀ ਪਈ ਕਿਸੇ ਹੋਰ ਵਹਿਮ ਦੇ ਖੂਹ 'ਚ ਡੁੱਬਦੀ ਜਾ ਰਹੀ ਸੀ। ਸੋਚ ਰਹੀ ਸੀ ਜਿਹਨੂੰ ਆਪਣੀ ਮਾਂ ਦੀ ਬਿਮਾਰੀ ਦਾ ਖੱਤ ਆਵੇ ਉਹਦੀਆਂ ਅੱਖਾਂ 'ਚ ਤਾਂ ਦੁੱਖ ਸੰਤਾਪ ਦੀ ਗਿੱਲ ਹੁੰਦੀ ਹੈ, ਚਿਹਰੇ 'ਤੇ ਡੂੰਘੀ ਚਿੰਤਾ ਦੇ ਨਿਸ਼ਾਨ ਹੁੰਦੇ ਆ, ਫਿਰ ਇਹਨਾਂ ਦੀਆਂ ਅੱਖਾਂ 'ਚ ਤਾਂ ਕੁਝ ਹੋਰ ਜਿਹਾ ਦਿਸਿਆ ਸੀ ਮੈਨੂੰ, ਕਿਸੇ ਖੂਨੀ ਵਰਗੀ ਖੁਸ਼ਕ ਅਤੇ ਡਰਾਉਣੀ ਜਿਹੀ ਚਮਕ। ਮਾਂ ਦੀ ਮਮਤਾ ਦਾ ਕਿਤੇ ਨਾ ਥੇ ਨਹੀਂ ਸੀ ਲੱਗਦਾ ਉਹਨਾਂ 'ਚ। ਸ਼ਾਇਦ ਇਹ ਜੋ ਕੁਝ ਮੈਨੂੰ ਦੱਸਿਆ ਗਿਆ ਸਿਰਿਓਂ ਹੀ ਗਲਤ ਹੋਵੇ, ਮੇਰਾ ਪੂਰਾ ਬਹਾਨਾ ਹੋਵੇ। ਆਪ ਹੀ ਤਾਂ ਕਈ ਵਾਰੀ ਦੱਸਦੇ ਹੁੰਦੇ ਸੀ ਕਿ ਉਹਨਾਂ ਦੀ ਮਾਂ ਮਰ ਚੁੱਕੀ ਹੈ, ਪਰ ਅੱਜ ਮਾਂ ਕਿੱਥੋਂ ਉਗਮ ਪਈ ਅਤੇ ਮਾਂ ਦੀ ਬਿਮਾਰੀ ਦੀ ਚਿੱਠੀ, ਇਹਦਾ ਕੀ ਮਤਲਬ? ਕਿਤੇ ਮੇਰਾ ਸ਼ੱਕ ਠੀਕ ਹੈ ਤਾਂ ਨਹੀਂ ਕਿ ਮੇਰੇ ਸਾਥ ਤੋਂ ਤੰਗ ਆ ਗਏ ਨੇ? ਕੱਲ੍ਹ ਵੀ ਤਾਂ ਇਹਨਾਂ ਦੀਆਂ ਗੱਲਾਂ ਤੋਂ ਮੈਨੂੰ ਕੁਝ ਇੱਦਾਂ ਹੀ ਸ਼ੱਕ ਪਿਆ ਸੀ। ਜੇ ਸੱਚਮੁੱਚ ਇਹੋ ਗੱਲ ਹੈ, ਜੇ ਇਹ ਮੈਨੂੰ ਛੱਡ ਕੇ ਭੱਜ ਜਾਣਾ ਚਾਹੁੰਦੇ ਨੇ, ਤਾਂ ਕੀ ਮੈਨੂੰ ਆਪ ਹੀ ਇਹਨਾਂ ਦਾ ਰਸਤਾ ਨਹੀਂ ਸਾਫ਼ ਕਰ ਦੇਣਾ ਚਾਹੀਦਾ? ਅਤੇ ਫਿਰ ਇਸ ਚਿੱਠੀ ਵਾਲੀ ਸੱਚਾਈ ਨੂੰ ਪਰਖਣ ਦਾ ਖਿਆਲ ਉਹਦੇ ਦਿਮਾਗ 'ਚ ਘੁੰਮਣ ਲੱਗਾ। ਜ਼ਰੂਰ ਉਹ ਚਿੱਠੀ ਇਹਨਾਂ ਦੇ ਕੋਟ ਦੀ ਜੇਬ 'ਚ ਹੋਏਗੀ। ਇਸ ਖਿਆਲ ਦੇ ਆਉਂਦੀਆਂ ਹੀ ਬਾਲੀ ਦੱਬੇ ਪੈਰੀ ਮੰਜੇ ਤੋਂ ਉਤਰੀ, ਲਾਗਲੇ ਮੰਜੇ ਤੋਂ ਆ ਰਹੀ ਸਵਾਸਾਂ ਦੀ ਆਵਾਜ਼ ਤੋਂ ਮੰਗਤੂ ਦੇ ਸੁੱਤੇ ਹੋਣ ਦਾ ਉਹਨੂੰ ਵਿਸ਼ਵਾਸ ਹੋ ਗਿਆ। ਫਿਰ ਉਵੇਂ ਹੀ ਹਨੇਰੇ 'ਚ ਕਿੱਲੀ ਦਾ ਜਾਇਜ਼ਾ ਲੈਂਦੀ ਕੰਧ ਵੱਲ ਸਰਕ ਪਈ। ਕੋਟ ਪਾਸ ਪਹੁੰਚ ਕੇ ਉਹਨੇ ਉੱਪਰੋਂ ਥੱਲੇ ਜੇਬਾਂ ਫਰੋਲਣੀਆਂ ਸ਼ੁਰੂ ਕੀਤੀਆਂ। ਚਿੱਠੀ ਕਿਤੇ ਨਹੀਂ ਸੀ ਉਹਨੂੰ ਦਿਸੀ। ਉਹਦਾ ਸ਼ੱਕ ਹੌਲੀ ਹੌਲੀ ਨਿਸ਼ਚੇ 'ਚ ਬਦਲਣ ਲੱਗਾ। ਮੁੜ ਆਪਣੇ ਮੰਜੇ 'ਤੇ ਆ ਲੇਟੀ, ਮੰਜੇ 'ਤੇ ਨਹੀਂ ਬਲਦੇ ਭਾਂਬੜ 'ਚ। ਸਾਰੀ ਰਾਤ ਬਾਲੀ ਦੀ ਅੱਖ ਨਹੀਂ ਜੁੜ ਸਕੀ, ਉਵੇਂ ਹੀ ਉਸਲ ਵੱਟੇ ਲੈਂਦਿਆਂ ਉਸ ਰਾਤ ਗੁਜ਼ਾਰਤੀ। ਕਿਤੇ ਦਿਨ ਚੜ੍ਹੇ ਬਾਲੀ ਦੀ ਮਾੜੀ ਜਿਹੀ ਅੱਖ ਲੱਗੀ, ਕਿਸੇ ਖੜਾਕ ਨੇ ਉਹਨੂੰ ਜਗਾਤਾ। ਉੱਠ ਕੇ ਉਹਨੇ ਜੋ ਕੁਝ ਤੱਕਿਆ ਉਸ ਨਾਲ ਉਹਦੀ ਰਹਿੰਦੀ ਖੁੰਹਦੀ ਆਸ ਵੀ ਡਿੱਗ ਪਈ। ਮੰਗਤੂ ਬਿਸਤਰਾ ਬਣ ਰਿਹਾ ਸੀ, ਉੱਠ ਕੇ ਉਸ ਵੱਲ ਵਧੀ। ਜਾਓਗੇ? ਔਰ ਮੁਝੇ ਵੀ ਤੂੰ ਜਾਣਾ ਹੋਗਾ ਨਾ? ਨਹੀਂ। ਅਤੇ ਇਸ ਨਹੀਂ ਦੇ ਜਵਾਬ 'ਚ ਬਾਲੀ ਦੇ ਬੁੱਲ ਨਹੀਂ ਖੁੱਲ੍ਹੇ, ਜਿਵੇਂ ਅੜਨ ਜਾਂ ਜ਼ਿੱਦ ਕਰਨ ਦਾ ਹੁਣ ਉਹਦਾ ਹੱਕ ਖਤਮ ਹੋ ਚੁੱਕਾ ਹੋਵੇ। ਉਹ ਟੁੱਟੇ ਦਿਲ ਨਾਲ ਬੋਲੀ, ਕਿਸ ਗਾੜੀ ਮੈਂ ਜਾਓਗੇ? 8:30 ਕੇ। ਤਬ ਤੋਂ ਅਭੀ ਬਹੁਤ ਵਕਤ ਹੈ, ਅੱਛਾ ਮੈਂ ਰੋਟੀ ਤਿਆਰ ਕਰ ਲੈਤੀ ਹੂੰ ਤਬ ਤੱਕ। ਉਹ ਰਸੋਈ ਵੱਲ ਚਲੀ ਗਈ। ਬਾਲੀ ਨੇ ਰੋਟੀ ਤਿਆਰ ਕੀਤੀ, ਚਾਹ ਬਣਾਈ। ਮੰਗਤੂ ਨੇ ਇੱਕ ਪਿਆਲੀ ਚਾਹ ਪੀ ਕੇ ਇੱਕ ਫੁਲਕਾ ਖਾ ਕੇ ਹੱਥ ਖਿੱਚ ਲਿਆ। ਬਾਲੀ ਨੇ ਵੀ ਅੱਜ ਮਜਬੂਰ ਨਹੀਂ ਕੀਤਾ, ਉਹ ਜਾਣਦੀ ਸੀ ਇਸ ਵੇਲੇ ਕੁਝ ਵੀ ਕਹਿਣਾ ਬੇਅਰਥ ਹੋਏਗਾ। ਉਹਨੇ ਰੋਟੀ ਨਾਲ ਬੰਨ੍ਹ ਦਿੱਤੀ। ਜਦ ਮੰਗਤੂ ਜਾਣ ਲਈ ਤਿਆਰ ਹੋ ਗਿਆ ਤਾਂ ਇੱਕ ਵਾਰੀ ਉਹਦੀ ਨਜ਼ਰ ਬਾਲੀ ਦੀਆਂ ਭਿੱਜੀਆਂ ਅੱਖਾਂ 'ਤੇ ਜਾ ਪਈ। ਉਹਦੀ ਖਾਹਿਸ਼ ਹੋਈ ਜਾਣ ਤੋਂ ਪਹਿਲਾਂ ਬਾਲੀ ਨੂੰ ਰੱਜਵਾਂ ਪਿਆਰ ਦਿਲਾਸਾ ਦੇਵੇ, ਪਰ ਨਹੀਂ ਦੇ ਸਕਿਆ। ਉਹਦੇ ਅੰਦਰ ਝੁੱਲ ਰਹੇ ਤੂਫਾਨ ਨੇ ਉਹਦੀ ਕੋਈ ਪੇਸ਼ ਨਾ ਜਾਣ ਦਿੱਤੀ। ਮੰਗਤੂ ਨੇ ਜਦ ਬਿਸਤਰਾ ਕੱਛੇ ਮਾਰ ਲਿਆ ਤਾਂ ਬਾਲੀ ਉਹਦੇ ਸਾਹਮਣੇ ਆ ਖੜੋਤੀ। ਇੱਕ ਬਾਤ ਬਤਾਤੇ ਜਾਓਗੇ? ਕਹੋ। ਆਪਨੇ ਉਸ ਰੋਜ਼ ਮੁਝਸੇ ਪੂਛਾ ਥਾ ਕਿ ਬਾਲੀ ਮੁਝੇ ਧੋਖਾ ਤੋ ਨਹੀਂ ਦੇ ਜਾਊਗੀ? ਹਾਂ ਪੂਛਾ ਥਾ, ਔਰ ਆਜ ਵਹੀ ਬਾਤ ਮੈਂ ਵੀ ਆਪਸੇ ਪੂਛਤੀ। ਕਿਆ ਮੁਝਸੇ ਧੋਖਾ ਤੋ ਨਹੀਂ ਕੀਏ ਜਾ ਰਹੇ ਹੋ? ਅਤੇ ਬਾਲੀ ਦੀ ਭੁੱਬ ਨਿਕਲ ਗਈ, ਜਿਹਨੂੰ ਉਸ ਮੂੰਹ ਅੱਗੇ ਹੱਥ ਦੇ ਕੇ ਰੋਕਣ ਦਾ ਬੇਅਰਥ ਯਤਨ ਕੀਤਾ। ਮੰਗਤੂ ਦੀ ਜਿਵੇਂ ਹੋਸ਼ ਪਰਤ ਆਈ ਹੋਵੇ। ਪਾਗਲ ਕਹੀ ਕੀ, ਐਸਾ ਕਿਉਂ ਸੋਚਦੀ ਹੈ? ਉਹਨੇ ਬਾਲੀ ਨੂੰ ਬਾਹਾਂ 'ਚ ਬੰਨ ਲਿਆ। ਕੈਸੇ ਨਾ ਸੋਚੂੰ, ਬਾਲੀ ਦੇ ਅੱਥਰੂ ਵਹਿ ਰਹੇ ਸੀ। ਮੇਰਾ ਇਸ ਦੁਨੀਆ ਮੇਂ ਕੋਈ ਨਹੀਂ ਹੈ, ਅਗਰ ਆਪ ਵੀ ਛੋੜ ਜਾਓਗੇ ਤੋ ਪਗਲੀ। ਮੰਗਤੂ ਨੇ ਉਹਦਾ ਸਿਰ ਹਿੱਕ ਨਾ ਲਾ ਲਿਆ। ਐਸਾ ਉਚੱਕਾ ਸਮਝਿਆ ਤੁਮਨੇ ਮੁਝੇ? ਬਾਲੀ ਨੇ ਉਹਦੀ ਗੱਲ ਨਹੀਂ ਸੁਣੀ, ਪਰ ਉਵੇਂ ਹੀ ਉਹਦੀ ਛਾਤੀ ਨਾਲ ਸਿਰ ਜੋੜੀ ਸਿਸਕਦੀ ਰਹੀ। ਮੇਰਾ ਔਰ ਕੋਈ ਨਹੀਂ ਹੈ ਜੀ, ਮੁਝੇ ਛੋੜ ਮਤ ਜਾਣਾ। ਪਾਗਲ ਮਤ ਬਣੋ ਬਾਲੀ। ਮੰਗਤੂ ਉਹਦਾ ਸਿਰ ਪਲੋਸਣ ਲੱਗਾ। ਮੈਂ ਰਾਕਸ਼ ਨਹੀਂ ਹੂੰ, ਆਦਮੀ ਹੂੰ। ਅੱਛਾ, ਉਹ ਅੱਖਾਂ ਪੂੰਝਦੀ ਬੋਲੀ, ਦਿਖਾਓ ਤੋ ਉਹ ਕਹਾਂ ਹੈ ਚਿੱਠੀ? ਆਪਕੀ ਜੇਬ ਮੇਂ ਤੋ ਨਹੀਂ ਮਿਲੀ? ਮੰਗਤੂ ਦੀ ਸਮਝ 'ਚ ਆ ਗਿਆ ਬਾਲੀ ਦੇ ਸ਼ੱਕ ਦਾ ਕਾਰਨ। ਉਸ ਖਿਆਲ ਕੀਤਾ, ਬਾਲੀ ਦਾ ਐਸਾ ਸੋਚਣਾ ਸੁਭਾਵਕ ਹੀ ਤਾਂ ਹੈ, ਜਦਕਿ ਮੈਂ ਅਚਾਨਕ ਅੱਜ ਉਸ ਪਾਸ ਮਾਂ ਦਾ ਕਿੱਸਾ ਲਿਆ ਛੇੜਿਆ, ਜਿਸ ਬਾਬਤ ਮੈਂ ਆਪ ਹੀ ਉਹਨੂੰ ਦੱਸ ਚੁੱਕਾ ਹਾਂ ਕਿ ਮੇਰੇ ਮਾਪੇ ਮਰ ਚੁੱਕੇ ਨੇ। ਫਿਰ ਚਿੱਠੀ ਵੀ ਤਾਂ ਉਹਨੂੰ ਮੇਰੀ ਕਿਸੇ ਜੇਬ 'ਚੋਂ ਨਹੀਂ ਮਿਲੀ। ਚਿੱਠੀ? ਮੰਗਤੂ ਬਗਲਾਂ ਝਾਕਦਾ ਬੋਲਿਆ, ਉਹ ਤਾਂ ਮੈਨੇ ਰਾਸਤੇ ਮੇਂ ਫਾੜ ਕਰ ਫੇਂਕ ਦੀ ਥੀ। ਫੇਂਕ ਦੀ ਥੀ? ਬਾਲੀ ਦਾ ਸ਼ੱਕ ਨਹੀਂ ਮਿਟਿਆ। ਮਾਤਾ ਜੀ ਕੀ ਚਿੱਠੀ ਫਾੜ ਕਰ ਫੇਂਕ ਦੀ? ਬਾਲੀ, ਮੰਗਤੂ ਨੇ ਉਹਦੀ ਹਾਲਤ ਨੂੰ ਮਹਿਸੂਸ ਦਿਆਂ ਕਿਹਾ, ਇੱਧਰ ਦੇਖ ਮੇਰੀ ਅੱਖੋਂ ਮੇਂ। ਬਾਲੀ ਖੂਬ ਨੀਝ ਲਾ ਕੇ ਤੱਕੀ, ਕੁਛ ਦਿਖਾਈ ਦਿਆ? ਹਾਂ। ਕਿਆ? ਭਗਵਾਨ? ਭਗਵਾਨ ਨਹੀਂ ਬਾਲੀ, ਮਨੁੱਖ। ਖੈਰ ਜੋ ਕੁਛ ਵੀ ਹੈ, ਕਿਆ ਇਹ ਤੁਮੇ ਧੋਖਾ ਦੇਗਾ? ਮੈਂ ਭੁੱਲ ਗਈ ਥੀ। ਬਾਲੀ ਉਹਦੇ ਕਦਮਾਂ 'ਤੇ ਝੁੱਕ ਗਈ। ਸ਼ਾਇਦ ਸੱਚਮੁੱਚ ਮੰਗਤੂ ਦੀਆਂ ਅੱਖਾਂ 'ਚ ਉਹਨੂੰ ਭਗਵਾਨ ਦਾ
ਚੌਲਾ ਪਿਆ ਸੀ ਜਿਹਨੇ ਉਹਦੇ ਅੰਦਰੋਂ ਸਾਰੇ ਸ਼ੱਕ ਅੱਖ ਦੇ ਫੋਰ 'ਚ ਬੁਹਾਰ ਸੁੱਟੇ। ਮੰਗਤੂ ਲਈ ਸ਼ਾਇਦ ਅਜੇ ਹੋਰ ਵੀ ਬਾਲੀ ਦੀ ਤਸੱਲੀ ਲਈ ਕੁਝ ਕਹਿਣਾ ਬਾਕੀ ਸੀ। ਉਹ ਬੋਲਿਆ, ਵੋ ਨਹਿਰ ਕੀ ਪੁਲੀ ਜਾਣਤੀ ਹੋ ਨਾ, ਜਹਾਂ ਹਮ ਲੋਕ ਕਈ ਦਫ਼ਾ ਸੈਰ ਕੋ ਜਾਇਆ ਕਰਤੇ ਹੈਂ। ਜਾਣਤੀ ਹੋ, ਉਸਕੇ ਦਾਹਿਨੀ ਤਰਫ ਮੈਨੇ ਰਾਤ ਕੋ ਵੋ ਚਿੱਠੀ ਫਾੜ ਕਰ ਫੇਂਕੀ ਥੀ, ਵਹਾਂ ਜਾ ਕਰ ਦੇਖਣਾ, ਵੋ ਟੁਕੜੇ ਤੁਮੇ ਮਿਲ ਜਾਏਂਗੇ, ਸਮਝੀ। ਮੁਝੇ ਕੁਛ ਨਹੀਂ ਦੇਖਣਾ ਹੈ ਜੀ, ਮੈਨੇ ਤੋ ਆਪਕੀ ਆਂਖੋਂ ਮੇਂ ਸਭ ਕੁਝ ਦੇਖ ਲਿਆ। ਬਿਸਤਰਾ ਕੱਛੇ ਮਾਰ ਕੇ ਮੰਗਤੂ ਘਰ ਚੋਂ ਨਿਕਲਿਆ, ਉਹਦੇ ਨਾਲ ਨਾਲ ਬਾਲੀ ਵੀ। 15-20 ਕਦਮ ਜਾ ਕੇ ਮੰਗਤੂ ਰੁਕਿਆ, ਅੱਛਾ ਬਾਲੀ, ਅਬ ਤੁਮ ਲੇਟ ਜਾਓ, ਅਬ ਤੁਮ ਲੌਟ ਜਾਓ। ਬਾਲੀ ਉਹਨਾਂ ਹੀ ਕਦਮਾਂ 'ਤੇ ਰੁਕ ਗਈ। ਉਹਨੇ ਆਪਣੀਆਂ ਸਿਮਦੀਆਂ ਅੱਖਾਂ ਆਕਾਸ਼ ਵੱਲ ਉਠਾਈਆਂ, ਹੱਥ ਜੋੜ ਕੇ ਥਰਕ ਦੇ ਬੁੱਲਾਂ 'ਚ ਬੋਲੀ, ਮਾਤਾ ਜੀ ਕੋ ਜੀਤੀ ਰੱਖਣਾ, ਮੈਨੇ ਮਾਂ ਕਾ ਸੁੱਖ ਨਹੀਂ ਦੇਖਿਆ ਹੈ ਪ੍ਰਭੂ, ਮੇਰਾ ਮੇਰੀ ਜਨਮ ਜਨਮ ਕੀ ਸਾਧ ਪੂਰੀ ਕਰਨਾ ਭਵਾਨੀ ਮਈਆ, ਉਨਕੀ ਸੇਵਾ ਕਾ ਅਵਸਰ ਦੇਣਾ ਮੁਝੇ। ਅਤੇ ਜਦ ਮੰਗਤੂ ਉਹਨੂੰ ਰਜਵਾਂ ਪਿਆਰ ਦੇ ਕੇ ਤੁਰ ਪਿਆ ਤਾਂ ਬਾਲੀ ਨੇ ਚੇਤਾਵਨੀ ਕੀਤੀ, ਮਾਤਾ ਜੀ ਕੋ ਛੋੜ ਕਰ ਮਤ ਆਉਣਾ, ਜੈਸੀ ਵੀ ਉਹ ਸਾਥ ਲੈ ਕਰ ਆਉਣਾ। ਅੱਛਾ ਬਾਲੀ, ਕਹਿ ਕੇ ਮੰਗਤੂ ਤੁਰ ਪਿਆ, ਪਰ ਕੁਝ ਹੀ ਕਦਮਾਂ 'ਤੇ ਜਾ ਕੇ ਉਹਨੇ ਮੁੜ ਬਾਲੀ ਨੂੰ ਮਗਰ ਆਉਂਦੀ ਤੱਕਿਆ, ਫਿਰ ਕਿਉਂ ਲੌਟ ਆਈ, ਇੱਕ ਬਾਤ ਕਹਿਣਾ ਭੁੱਲ ਗਈ ਥੀ ਕਿਆ, ਮਾਤਾ ਜੀ ਕੋ ਮੇਰੀ ਪਿਛਲੀ ਬਾਤੇ ਤੂੰ ਨਹੀਂ ਬਤਾਓਗੇ ਨਾ, ਪੱਗਲੀ ਐਸਾ ਮੂਰਖ ਸਮਝਿਆ ਮੁਝੇ। ਅਤੇ ਉਹ ਆਪਣੇ ਰਾਹ ਪੈ ਗਿਆ। 35ਵਾਂ ਅੰਗ। ਰੇਲ ਦਾ ਸਫ਼ਰ ਲੰਮਾ ਸੀ, ਦੇਹਰਾਦੂਨ ਤੋਂ ਜਲੰਧਰ ਤੱਕ, ਅਤੇ ਸਾਰਾ ਸਫ਼ਰ ਮੰਗਤੂ ਨੇ ਬੜੀ ਮੁਸ਼ਕਲ ਨਾਲ ਕੱਟਿਆ। ਕਈ ਤਰ੍ਹਾਂ ਦੇ ਪਰਸਪਰ ਵਿਰੋਧੀ ਭਾਵਾਂ 'ਚ ਡੱਕੇ ਡੋਲੇ ਖਾਂਦਿਆਂ ਸਾਰੇ ਰਾਹ ਉਹਨੇ ਕਿਸੇ ਹਮ ਸਫ਼ਰ ਨਾਲ ਗੱਲ ਕੱਥ ਨਹੀਂ ਕੀਤੀ, ਨਾ ਹੀ ਕੁਝ ਖਾਧਾ ਪੀਤਾ। ਰੋਟੀ ਜਿਹੜੀ ਉਹ ਲਿਆਇਆ ਸੀ ਉਹ ਜਿਉਂ ਦੀ ਤਿਉਂ ਪਈ ਰਹੀ। ਉਹਦੇ ਅੰਦਰ ਇੱਕ ਪ੍ਰਸ਼ਨ ਵਾਰ ਵਾਰ ਉੱਠ ਹੀ ਜਾਂਦਾ, ਮੈਂ ਕਿੱਧਰ ਜਾ ਰਿਹਾ, ਕਿਉਂ ਜਾ ਰਿਹਾ, ਕੀ ਉਹ ਉਸੇ ਨੂੰ ਮਿਲਣ ਜਿਹਨੇ ਮੇਰਾ ਪੋਟਾ ਪੋਟਾ ਨਫ਼ਰਤ ਜਿਹਨੂੰ ਮੇਰਾ ਪੋਟਾ ਪੋਟਾ ਨਫ਼ਰਤ ਕਰਦਾ। ਉਹਨੂੰ ਯਾਦ ਆਇਆ ਚਿੱਠੀ ਆਉਣ ਤੋਂ ਲੈ ਕੇ ਦਿਨ ਚੜ੍ਹਦੇ ਤੀਕ ਉਹਦਾ ਨਿਸ਼ਚਾ ਇਸੇ ਗੱਲ 'ਤੇ ਕਾਇਮ ਰਿਹਾ ਸੀ ਕਿ ਉਹ ਨਹੀਂ ਜਾਏਗਾ, ਪਰ ਫਿਰ ਵੀ ਜਿਹੜੀ ਚੀਜ਼ ਨੇ ਜ਼ੋਰੋ ਜ਼ੋਰੀ ਬੰਨ੍ਹ ਕੇ ਉਹਨੂੰ ਰੇਲ 'ਚ ਲਿਆ ਸੁੱਟਿਆ ਉਹ ਕੀ ਸੀ, ਇਸੇ ਸਵਾਲ ਉੱਤੇ ਉਹ ਲਗਾਤਾਰ ਸੋਚਦਾ ਰਿਹਾ, ਪਰ ਕੁਛ ਵੀ ਉਹਦੀ ਸਮਝ 'ਚ ਨਹੀਂ ਸੀ ਆਉਂਦਾ। ਫਿਰ ਖਿਆਲ ਕਰਦਾ, ਤਾਂ ਕਿ ਇਹ ਮੇਰੇ ਪਾਗਲਪਨ ਦੀ ਨਿਸ਼ਾਨੀ ਹੈ ਕਿ ਇੰਨੇ ਚਿਰ ਤੋਂ ਹਟੀ ਹੋਈ ਇਹ ਨਾ ਮੁਰਾਦ ਦੌਰੇ ਦੀ ਬਿਮਾਰੀ ਫਿਰ ਮੇਰੇ ਅੰਦਰ ਜਾਗ ਉੱਠੀ। ਗੱਡੀ ਜਲੰਧਰ ਪਹੁੰਚੀ ਤੋਂ ਥੋੜ੍ਹਾ ਚਿਰ ਬਾਅਦ ਉਹ ਬੱਸ 'ਤੇ ਸਵਾਰ ਹੋ ਕੇ ਸੂਰਾਨਸੀ ਸਟੇਸ਼ਨ 'ਤੇ ਪੁੱਜਾ, ਕਿਉਂਕਿ ਗੱਡੀ ਛੋਟੇ ਛੋਟੇ ਸਟੇਸ਼ਨਾਂ 'ਤੇ ਨਹੀਂ ਸੀ ਠਹਿਰਦੀ। ਫਿਰ ਉਹ ਆਪਣਾ ਬਿਸਤਰਾ ਕੱਛੇ ਮਾਰੀ ਮੋਟਰ 'ਚੋਂ ਉਤਰਿਆ ਅਤੇ ਬਿਧੀਪੁਰ ਜਾਣ ਵਾਲੇ ਇੱਕ ਬੰਬੂ ਘਾਟ 'ਤੇ ਸਵਾਰ ਹੋਇਆ। ਟਾਂਗਾ ਪੱਕੀ ਸੜਕ ਛੱਡ ਕੇ ਕੱਚੀ 'ਤੇ ਪੈ ਗਿਆ। ਮੰਗਤੂ ਇਹਦੀ ਪਿਛਲੀ ਸੀਟ 'ਤੇ ਬੈਠਾ ਮੁੜ ਮੁੜ ਸੋਚੀ ਜਾ ਰਿਹਾ ਸੀ, ਮੈਂ ਕਿੱਧਰ ਜਾ ਰਿਹਾ, ਕਿਉਂ ਜਾ ਰਿਹਾ, ਕਿਹੜੀ ਚੀਜ਼ ਮੈਨੂੰ ਉਸ ਪਾਸੇ ਖਿੱਚੀ ਲਈ ਜਾ ਰਹੀ ਹੈ। ਮਾਂ ਕੌਣ, ਮਾਂ ਕਿਹਦੀ ਮਾਂ, ਉਹ ਕਿੰਨੀ ਬੇਵਕੂਫੀ ਕੀਤੀ ਜੋ ਬਿਨਾਂ ਸੋਚੇ ਸਮਝੇ ਉੱਠ ਤੁਰਿਆ ਮੈਂ। ਅਤੇ ਫਿਰ ਉਹਨੂੰ ਆਪਣੇ ਆਪ ਤੋਂ ਡਰ ਆਉਣ ਲੱਗ ਪਿਆ, ਮਤੇ ਉੱਥੇ ਜਾ ਕੇ ਕੋਈ ਬੇਹੂਦਗੀ ਕਰ ਬੈਠਾ, ਮਤੇ ਉਸ ਚੰਡਾਲੀਨੀ ਨੂੰ ਵੇਖਦੇ ਹੀ ਮੇਰੇ 'ਤੇ ਪਾਗਲਪਨ ਦਾ ਦੌਰਾ ਸਵਾਰ ਹੋ ਜਾਏ, ਮਤੇ ਮੈਂ ਉਹਦਾ ਗਲਾ ਘੁੱਟ ਸੁੱਟਾਂ, ਮਤੇ ਕੋਈ ਭਾਰੀ ਚੀਜ਼ ਚੁੱਕ ਕੇ ਉਹਦੇ ਸਿਰ 'ਚ ਮਾਰ ਦੇ, ਫਿਰ ਕੀ ਹੋਏਗਾ, ਉਹ ਮਰ ਜਾਏਗੀ ਅਤੇ ਮੈਨੂੰ ਪੁਲਿਸ ਫੜ ਕੇ ਲੈ ਜਾਏਗੀ, ਅਤੇ ਉੱਧਰ ਵਿਚਾਰੀ ਬਾਲੀ ਦਾ ਕੀ ਬਣੇਗਾ। ਨਹੀਂ, ਮੈਂ ਹਰਗਿਜ਼ ਇਹੋ ਜਿਹੀ ਕੋਈ ਹਰਕਤ ਨਹੀਂ ਕਰਾਂਗਾ ਜਿਸ ਨਾਲ ਬਾਲੀ ਦੀ ਜ਼ਿੰਦਗੀ ਤਬਾਹ ਹੋ ਜਾਏ। ਪਿੰਡ ਆ ਗਿਆ, ਟਾਂਗੇ ਤੋਂ ਉਤਰਿਆ, ਬਿਸਤਰਾ ਕੱਚੇ ਮਾਰਿਆ, ਉਹਦੇ ਦਿਲ ਦੀ ਧੜਕਣ ਤੇਜ਼ ਹੋਣੀ ਸ਼ੁਰੂ ਹੋ ਗਈ, ਹੋਰ ਤੇਜ਼ ਹੋਰ ਤੇਜ਼, ਜਿਵੇਂ ਛਾਤੀ ਉਹਦੀ ਪਾੜ ਚੱਲੀ ਹੋਵੇ। ਮਾਸੀ ਦਾ ਘਰ ਆ ਗਿਆ, ਮੰਗਤੂ ਨੇ ਦਲੀਜ਼ ਟੱਪੀ, ਉਹਨੂੰ ਵੇਖ ਕੇ ਸਾਰਾ ਪਰਿਵਾਰ ਉਹਦੇ ਦੁਆਲੇ ਆ ਜੁੜਿਆ, ਕੈਲਾ ਅਤੇ ਉਹਦੇ ਮੁੰਡੇ ਕੁੜੀਆਂ ਸਭਨਾਂ ਨੇ ਉਹਨੂੰ ਘੇਰ ਲਿਆ। ਮੰਗਤੂ ਨੇ ਮਿਲਣ ਗਿਲਣ ਦਾ ਫਰਜ਼ ਕਿਸੇ ਤਰ੍ਹਾਂ ਪੂਰਾ ਕੀਤਾ, ਪਰ ਆਪਣੇ ਆਪ ਉੱਤੇ ਸਾਰਾ ਜ਼ੋਰ ਲਾ ਕੇ ਸਭ ਕੁਝ ਉਹਨੂੰ ਉਪਰਾ ਉਪਰਾ ਜਾਪ ਰਿਹਾ ਸੀ। ਉਹਨੂੰ ਵਿਆਹ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ, ਪਰ ਨਿਰਉਤਸ਼ਾਹ ਅਤੇ ਟੁੱਟੇ ਖੁੱਸੇ ਲਹਿਜੇ 'ਚ ਮੰਗਤੂ ਸਮਝ ਰਿਹਾ ਸੀ, ਜੇ ਮਾਂ ਦਾ ਨਹਿਸ਼ ਜਿਹਾ ਸਵਾਲ ਵਿੱਚ ਨਾ ਆਖ ਲਾਉਂਦਾ ਤਾਂ ਕਿੰਨੀ ਖੁਸ਼ੀ 'ਤੇ ਉਹ ਮਾਂ ਨਾਲ ਉਹਨੂੰ ਵਧਾਈਆਂ ਮਿਲਦੀਆਂ ਸਨ। ਇਸ ਸਵਾਲ ਨੇ ਸਾਰਿਆਂ ਦੇ ਚਿਹਰਿਆਂ 'ਤੇ ਜਿਵੇਂ ਖੁਸ਼ੀ ਜਾਂ ਹਾਸੇ ਦੇ ਨਕਸ਼ ਚੂਸ ਲਏ ਸਨ। ਉਹਨੂੰ ਅੰਦਰ ਲਿਜਾ ਕੇ ਬਿਠਾਇਆ ਗਿਆ ਅਤੇ ਫਿਰ ਉਹਦੀ ਸੁੱਖ ਸਾਂਤ ਪੁੱਛੀ ਜਾਣ ਲੱਗੀ, ਖਾਸ ਕਰਕੇ ਮਾਸੀ ਵੱਲੋਂ ਉਸ ਉੱਤੇ ਤਰ੍ਹਾਂ ਤਰ੍ਹਾਂ ਦੇ ਸਵਾਲਾਂ ਦੀ ਵਿਛਾੜ ਹੀ ਪੈ ਗਈ। ਪਰ ਮੰਗਤੂ ਤੋਂ ਮੂੰਹੋਂ ਛੁੱਟ ਹੋਂ ਹਾਂ ਤੋਂ ਹੋਰ ਕੁਝ ਨਹੀਂ ਸੀ ਨਿਕਲਦਾ। ਉਹਦੀਆਂ ਅੱਖਾਂ ਤੌਰ ਬਤੌਰੀਆਂ ਹੋ ਕੇ ਘਰ ਦੀ ਹਰ ਨੁੱਕਰ ਖੂੰਜੇ 'ਤੇ ਫਿਰ ਰਹੀਆਂ ਸਨ। ਉਹਦਾ ਖਿਆਲ ਸੀ ਹੁਣੇ ਕੋਈ ਉਹਦੀ ਮਾਂ ਦਾ ਜ਼ਿਕਰ ਚਲਾਏਗਾ, ਪਰ ਜਦ ਕਾਫ਼ੀ ਦੇਰ ਕਿਸੇ ਨੇ ਇਸ ਗੱਲ ਦਾ ਭੋਗ ਨਾ ਪਾਇਆ ਤਾਂ ਉਹਨੂੰ ਸ਼ੱਕ ਪਿਆ, ਕਿਤੇ ਕਿਸੇ ਝੂਠ ਮੂਠ ਤਾਂ ਨਹੀਂ ਸੀ ਚਿੱਠੀ ਲਿਖ ਦਿੱਤੀ।
ਛੇਕੜੂ ਨੇ ਆਪ ਹੀ ਪੁੱਛਿਆ, ਮਾਸੀ ਕਿੱਥੇ ਹੈ? ਇਹ ਤੋਂ ਅਗਲਾ ਅੱਖਰ ਮਾਂ ਉਹਦੇ ਹੋਠਾਂ 'ਚ ਗੁੰਮ ਹੋ ਗਿਆ। ਮਾਸੀ ਕਿੱਥੇ ਹੈ? ਜਿਵੇਂ ਇਸ ਅੱਖਰ ਦੇ ਮੂੰਹ ਨਿਕਲਦੇ ਮੰਗਤੂ ਦੀ ਜ਼ਬਾਨ ਭ੍ਰਿਸ਼ਟ ਹੋ ਜਾਏਗੀ। ਮਾਸੀ ਵੀ ਉਹਦੀ ਬੇਬਲਤਾ ਨੂੰ ਸਮਝ ਰਹੀ ਸੀ। ਉਹ ਪੀੜ੍ਹੀ ਤੋਂ ਉੱਠਦੀ ਬੋਲੀ, ਚੱਲ ਤੈਨੂੰ ਲੈ ਚੱਲਾਂ ਉਸ ਕੋਲ। ਕਿੱਥੇ ਹੈ ਉਹ? ਮੰਗਤੂ ਨੇ ਬੂਟ ਪਾਉਂਦਿਆਂ ਸਵਾਲ ਕੀਤਾ। ਆਪਣੇ ਘਰ। ਮਾਸੀ ਨੇ ਟੁੱਟਾ ਗੁੱਸਾ ਜਿਹਾ ਜਵਾਬ ਦਿੱਤਾ। ਕੀ ਹਾਲ ਹੈ ਉਹਦਾ? ਜਾਨ ਅੜੀ ਹੋਈ ਸੂ ਅਜੇ ਥੋੜ੍ਹੀ, ਅਤੇ ਮੰਗਤੂ ਨੂੰ ਵੇਖਿਆ। ਕਹਿੰਦਿਆਂ ਕਹਿੰਦਿਆਂ ਮਾਸੀ ਦੇ ਚਿਹਰੇ 'ਤੇ ਡੂੰਘੀ ਘਿਰਣਾ ਦੇ ਭਾਵ ਪ੍ਰਗਟ ਹੋ ਆਏ। ਉਹਨੂੰ ਸੋਚ ਆਈ, ਜੇ ਇੰਨੀ ਬੁਰੀ ਹਾਲਤ ਹੈ ਉਹਦੀ ਕਿ ਮਸੇ ਜਾਨ ਹੀ ਅੜੀ ਹੋਈ ਤਾਂ ਕਿਉਂ ਉਹਨੂੰ ਉਸ ਢੱਠੇ ਹੋਏ ਢਾਰੇ 'ਚ ਕੱਲਮ ਕੱਲੀ ਸੁੱਟ ਦਿੱਤਾ ਗਿਆ? ਅਤੇ ਫਿਰ ਉਹਨੂੰ ਆਪ ਹੀ ਆਪਣੇ ਸਵਾਲ ਦਾ ਜਵਾਬ ਮਿਲਿਆ। ਸੱਚਮੁੱਚੀ ਤਾਂ ਉਸ ਵਤੀਰੇ ਦੇ ਲਾਇਕ ਸੀ। ਇਹੋ ਜਿਹੀਆਂ ਨੂੰ ਘਰ 'ਚ ਲਿਆ ਕੇ ਕੌਣ ਆਪਣੇ ਪਰਿਵਾਰ 'ਤੇ ਇਹਦਾ ਪਰਛਾਵਾਂ ਪੈਣ ਦੇਵੇਗਾ? ਕੌਣ ਲੋਕਾਂ ਦੀਆਂ ਤੂਤ ਭੀਤੀਆਂ ਦਾ ਸ਼ਿਕਾਰ ਬਣੇਗਾ? ਸ਼ਾਇਦ ਉਹਦੀ ਮਾਸੀ ਬਹੁਤ ਕੁਝ ਮੰਗਤੂ ਨੂੰ ਦੱਸਣਾ ਚਾਹੁੰਦੀ ਸੀ, ਉਹਦੀ ਮਾਂ ਬਾਰੇ, ਕਿਵੇਂ ਆਈ, ਕਦੋਂ ਅਤੇ ਕਿਹਨਾਂ ਹਾਲਤਾਂ 'ਚ ਆਈ, ਕੀ ਗੱਲਾਂ ਉਸ ਕੀਤੀਆਂ। ਪਰ ਮੰਗਤੂ ਨੂੰ ਇਸ ਵੇਲੇ ਕੁਝ ਸੁਣਨ ਦੀ ਵਿਹਲ ਨਹੀਂ ਸੀ। ਉਹ ਜਿਸ ਚੀਜ਼ ਨੂੰ ਵੇਖਣ ਲਈ ਐਡੀ ਦੂਰੋਂ ਚਲਾ ਆਇਆ ਸੀ, ਪੁਰ ਨਫ਼ਰਤ ਨਾਲ ਭਰਿਆ, ਹੁਣ 'ਤੇ ਵੀ ਇਸ ਵੇਲੇ ਉਹਨੂੰ ਵੇਖਣ ਲਈ ਉਹਦਾ ਦਿਲ ਕਾਲਾ ਹੋ ਰਿਹਾ ਸੀ। ਮਾਸੀ ਜਦ ਉੱਠ ਕੇ ਉਹਦੇ ਨਾਲ ਤੁਰੀ ਤਾਂ ਪਤਾ ਨਹੀਂ ਕੀ ਸੋਚ ਕੇ ਮੰਗਤੂ ਨੇ ਉਹਨੂੰ ਨਾਲ ਜਾਣੋ ਰੋਕ ਦਿੱਤਾ। ਸ਼ਾਇਦ ਉਸ ਮਨਹੂਸ ਦ੍ਰਿਸ਼ ਨੂੰ ਵੇਖਣ 'ਚ ਕਿਸੇ ਨੂੰ ਭਾਈਵਾਲ ਨਹੀਂ ਸੀ ਬਣਾਉਣਾ ਚਾਹੁੰਦਾ। ਅਤੇ ਜਦ ਉਹ ਇਕੱਲਾ ਹੀ ਉੱਠ ਕੇ ਆਪਣੇ ਘਰ ਵੱਲ ਤੁਰ ਪਿਆ ਤਾਂ ਬਾਹਰਲੇ ਬੂਹੇ ਤੱਕ ਜਾ ਕੇ ਫਿਰ ਰੁਕ ਗਿਆ। ਉਹਨੂੰ ਡਰ ਜਿਹਾ ਪੈਦਾ ਹੋ ਗਿਆ, ਮਤੇ ਉਸ ਪਾਪੜ ਨੂੰ ਵੇਖਦੇ ਹੀ ਮੈਨੂੰ ਉੱਦਾਂ ਦਾ ਹੀ ਪਾਗਲਪੁਣ ਦਾ ਦੌਰਾ ਪੈ ਜਾਏ ਜਿਵੇਂ ਪਹਿਲਾਂ ਕਈ ਵਾਰ ਪੈ ਚੁੱਕਾ। ਅਤੇ ਉਹਨੇ ਫਿਰ ਮਾਸੀ ਨੂੰ ਆਵਾਜ਼ ਮਾਰ ਕੇ ਨਾਲ ਲੈ ਲਿਆ। ਦੋਵੇਂ ਮਾਸੀ ਭਣੇਵਾਂ ਜਦ ਗਲੀ 'ਚੋਂ ਲੰਘ ਤੁਰੇ ਤੋਂ ਇੱਕ ਵਾਰੀ ਫਿਰ ਰੁਕ ਗਿਆ। ਮਾਸੀ, ਮੇਰੀ ਸਲਾਹ, ਕੈਲੇ ਨੂੰ ਵੀ ਨਾਲ ਲੈ ਲਈਏ। ਮਾਸੀ ਨੇ ਪਿਛਾਂ ਪਰਤ ਕੇ ਕੈਲੇ ਨੂੰ ਸੱਦ ਲਿਆ। ਉਹ ਦੋਵਾਂ ਦੇ ਨਾਲ ਨਾਲ ਤੁਰਿਆ ਜਾਂਦਾ ਸੋਚ ਰਿਹਾ ਸੀ, ਚੰਗਾ ਹੋਇਆ ਇੱਕ ਤਕੜਾ ਗੱਭਰੂ ਨਾਲ ਹੈ, ਜੇ ਮੈਂ ਉੱਥੇ ਜਾ ਕੇ ਕੋਈ ਸੁਦਾਪਣਾ ਕਰਨ ਵੀ ਲੱਗਾ ਤਾਂ ਇਸ ਬੁੱਢੜੀ ਮਾਸੀ ਨੇ ਰੋਕਿਆ, ਮੈਂ ਥੋੜ੍ਹਾ ਹੀ ਰੁਕਣ ਲੱਗਾ ਸੀ। ਘਰ ਦਾ ਬੂਹਾ ਆ ਗਿਆ। ਮੰਗਤੂ ਦੀਆਂ ਨਾੜਾਂ 'ਚ ਲਹੂ ਉਬਲ ਰਿਹਾ ਸੀ। ਦਹਿਲੀਜ਼ ਅੰਦਰ ਪੈਰ ਰੱਖਣ ਵੇਲੇ ਉਹਨੇ ਇੱਕ ਬਹੁਤ ਜ਼ੋਰ ਦਾ ਸਾਹ ਅੰਦਰ ਵੱਲ ਖਿੱਚਿਆ, ਸ਼ਾਇਦ ਇਸ ਕੋਸ਼ਿਸ਼ ਵਿੱਚ ਕਿ ਜੇ ਜੋ ਤੂਫਾਨ ਇਸ ਵੇਲੇ ਉਹਦੇ ਅੰਦਰ ਉੱਠ ਰਹੇ ਸਨ, ਇਹ ਹਵਾ ਦਾ ਬੁੱਲਾ ਅੰਦਰ ਜਾ ਕੇ ਸਭਨਾਂ ਨੂੰ ਦਬਾ ਲਵੇ। ਘਰ ਦਾ ਇਹ ਕਿੱਸਾ, ਜਿਸ 'ਚ ਇੱਕ ਢਿੱਲੀ ਜਿਹੀ ਮੰਜੀ ਉੱਤੇ ਕੋਈ ਗੁੱਛਾ ਮੁੱਛਾ ਹੋਇਆ ਪਿਆ ਸੀ, ਬੜੀ ਖਸਤਾ ਹਾਲਤ ਵਿੱਚ ਸੀ। ਥਾਂ ਥਾਂ ਕੂੜਾ ਕਰਕਟ ਇਕੱਠਾ ਹੋਇਆ ਸੀ। ਅੰਦਰ ਨਾ ਕੋਈ ਚੱਜ ਦੀ ਚੀਜ਼, ਨਾ ਕੋਈ ਰਹਿਣ ਬਹਿਣ ਲਾਇਕ ਥਾਂ। ਅਮਰੋ ਨਹੀਂ ਅਮਰੋ, ਮਾਸੀ ਨੇ ਸਖ਼ਤ ਕੁੜੇ ਹੋਏ ਲਹਿਜੇ 'ਚ ਆਵਾਜ਼ ਦਿੱਤੀ। ਆ ਗਿਆ ਹੀ ਮੰਗਤੂ। ਚਾਦਰ ਦੀ ਕੰਨੀ ਹੇਠੋਂ ਇੱਕ ਮੁਰਦੇ ਵਰਗਾ ਚਿਹਰਾ ਨੰਗਾ ਹੋਇਆ, ਜਿਸ 'ਚ ਲਹੂ ਦੀ ਬੂੰਦ ਤੱਕ ਬਾਕੀ ਨਹੀਂ ਸੀ। ਹੱਡੀਆਂ ਦਾ ਖਖਵਾੜਾ ਜਿਹਾ, ਅੱਖਾਂ ਦੋ ਡੂੰਘੇ ਟੋਇਆਂ ਵਿੱਚ ਧੱਸੀਆਂ ਹੋਈਆਂ, ਅਗਲੇ ਦੰਦ ਕੁਝ ਉੱਚੇ ਅਤੇ ਕਾਫ਼ੀ ਵਿਰਲੇ। ਮੰਗਤੂ ਇਸ ਵੇਲੇ ਮਾਸੀ ਦੇ ਪਿੱਛੇ ਖੜਾ ਸੀ, ਕੈਲੇ ਨਾਲ ਲੱਗਿਆ ਹੋਇਆ। ਜੋ ਕੁਝ ਉਹਦੇ ਸਾਹਮਣੇ ਆਉਣ ਵਾਲਾ ਸੀ, ਇਹਨੂੰ ਸਹਾਰਨ ਦੀ ਤਿਆਰੀ ਲਈ ਜਿਵੇਂ ਆਪਣੇ ਖੰਭ ਤੋਲ ਰਿਹਾ ਹੋਵੇ। ਰੋਗਣ ਦੀ ਨਜ਼ਰ ਫਿਰਦੀ ਮੰਗਤੂ 'ਤੇ ਜਾ ਕੇ ਰੁਕ ਗਈ। ਰੁਕਣੀ ਜੰਮ ਗਈ। ਮੰਗਤੂ ਨੇ ਪਹਿਲੀ ਨਜ਼ਰ ਤੱਕਿਆ, ਤੱਕਦਿਆਂ ਹੀ ਜਿਵੇਂ ਉਹ ਸਾਰੇ ਦਾ ਸਾਰਾ ਕਿਸੇ ਸੂਖਮ ਰੂਪ 'ਚ ਬਦਲ ਕੇ ਉਹਨਾਂ ਦੋ ਅੱਖਾਂ 'ਚ ਉਤਰ ਗਿਆ। ਅੱਖਾਂ ਜਿਹੜੀਆਂ ਨਿਰੀ ਮਮਤਾ, ਨਿਰੇ ਵਾਤਸਲ 'ਚ ਡੁੱਬੀਆਂ ਸਨ, ਜਿਹੜੀਆਂ ਝਿਮਣੀਆਂ ਤੀਕ ਕਿਸੇ ਸਿੱਖ ਦੀ ਬੇਬਲਤਾ 'ਚ ਸ਼ਰਾਬੋਰ ਸਨ, ਸਮੁੱਚੇ ਮੰਗਤੂ ਨੂੰ ਉਹਨਾਂ ਦੋ ਅੱਖਾਂ ਨੇ ਆਪਣੇ ਅੰਦਰ ਸਮੋ ਲਿਆ। ਮੰਗਤੂ ਅੱਧਾ ਕੁ ਮਿੰਟ ਉਵੇਂ ਹੀ ਅੱਖਾਂ ਫੈਲਾਈ ਮਾਂ ਦੀਆਂ ਸਨੇਹ ਰਿਸ਼ਮਾਂ ਦੇ ਪ੍ਰਕਾਸ਼ 'ਚ ਚੁੰਧਿਆਇਆ ਖੜਾ ਰਿਹਾ। ਫਿਰ ਕਿਸੇ ਗੈਬੀ ਖਿੱਚ ਦਾ ਖਿੱਚਿਆ ਹੋਇਆ ਉਹ ਮੰਜੇ ਕੋਲ ਜਾ ਪੁੱਜਾ। ਫਿਰ ਉਸੇ ਗੈਬੀ ਖਿੱਚ ਨੇ ਉਹਨੂੰ ਮਾਂ ਦੀ ਹਿੱਕ ਨਾਲ ਜੋੜ ਦਿੱਤਾ। ਜਿਨ੍ਹਾਂ ਹਿੰਸਕ ਜਜ਼ਬਿਆਂ ਦੇ ਬੋਝ ਨਾਲ ਲੱਦਿਆ ਉਹ ਇੱਥੇ ਤੀਕ ਪੁੱਜਾ ਸੀ, ਉਹ ਕਿੱਧਰ ਚਲੇ ਗਏ? ਮੰਗਤੂ ਨੂੰ ਇਹਦਾ ਚਿੱਤ ਚੇਤਾ ਨਹੀਂ ਸੀ। ਉਹਨੇ ਮਾਂ ਦੇ ਸਰੀਰ ਨੂੰ ਨਹੀਂ ਤੱਕਿਆ, ਨਾ ਹੀ ਉਹਦੇ ਚਿਹਰੇ 'ਤੇ ਬਾਕੀ ਅੰਗਾਂ ਨੂੰ, ਛੁੱਟ ਅੱਖਾਂ ਦੇ ਇਹਨਾਂ ਦੋ ਟੋਇਆਂ 'ਚ ਉਹਨੂੰ ਜਿਹੜੀ ਨਿਰਦੋਸ਼ਤਾ, ਜਿਹੜੀ ਕਰੁਣਾ ਦੀ ਚਮਕ ਦਿਖਾਈ ਦਿੱਤੀ, ਇਹਦੇ ਤੇਜ ਨੇ ਜਾਂ ਇਹਦੇ ਸ਼ਕਤੀਸ਼ਾਲੀ ਅਸਰ ਨੇ ਜਿਵੇਂ ਝੱਟ ਪਲ 'ਚ ਉਹਦੇ ਅੰਦਰ ਦੀਆਂ ਸਾਰੀਆਂ ਕਦੂਰਤਾਂ ਨੂੰ ਹੰਘਾਲ ਸੁੱਟਿਆ। ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਮਾਪਣੇ ਇਹ ਮਾਂਪਣੇ ਦੀ ਇੱਕ ਕੋਈ ਚੁੰਬਕੀ ਸ਼ਕਤੀ ਸੀ ਕਿ ਨਿਰਦੋਸ਼ਪਣੇ ਦੀ ਪ੍ਰਤਿਭਾ। ਉਹ ਬੜਾ ਅਚੰਭਿਤ ਸੀ। ਕੀਕਣ ਇੱਕ ਪਾਪਣ ਇੱਕ ਦੁਰਾਚਾਰਨੀ ਦੀਆਂ ਅੱਖਾਂ 'ਚ ਏਡੀ ਮਹਾਨਤਾ ਹੋ ਸਕਦੀ ਹੈ? ਏਡਾ ਆਕਰਸ਼ਣ! ਪੁੱਤਰ ਦੇ ਸਪਰਸ਼ ਨੇ ਜਿਵੇਂ ਮਾਂ ਦੇ ਨਿਰਬਲ ਅਤੇ ਕੰਕਾਲ ਸਰੀਰ 'ਚ ਬਰਕੀ ਤਾਕਤ ਭਰਤੀ ਹੋਵੇ। ਸਧਾਰਨ ਜੀ ਕੋਸ਼ਿਸ਼ ਨਾਲ ਉੱਠ ਬੈਠੀ। ਮੰਗਤੂ ਦਾ ਸਿਰ ਉਹਦੀ ਗੋਦ 'ਚ ਸੀ ਅਤੇ ਉਹਦੇ ਵਾਲਾਂ 'ਚ ਆਪਣੀਆਂ ਕੰਬਦੀਆਂ ਉਂਗਲਾਂ ਫੇਰਦੀ ਹੋਈ ਟੱਪ ਟੱਪ ਹੰਝੂ ਘੇਰ ਰਹੀ ਸੀ।
ਮਨੋਵੇਗ ਦੇ ਕਾਰਨ ਅਜੇ ਤੀਕ ਉਹਦੀ ਬਾਣੀ 'ਚ ਹਰਕਤ ਨਹੀਂ ਸੀ ਆ ਰਹੀ। ਕੇਵਲ ਉਹਦੇ ਹੋਠ ਫਰਕ ਰਹੇ ਸਨ ਅਤੇ ਇਹਨਾਂ ਫਰਕ ਦੇ ਹੋਠਾਂ ਉੱਤੇ ਕੁਝ ਬੂੰਦਾਂ ਥਿਰਕ ਰਹੀਆਂ ਸਨ। ਮਾਂ ਮਾਂ ਜਿਵੇਂ ਕਿਸੇ ਨੇ ਚੀਕ ਮਾਰੀ ਹੋਵੇ। ਇੱਕ ਅੱਖਰਾ ਸ਼ਬਦ ਉੱਪਰੋਂ ਥੱਲੀ ਦੋ ਵਾਰੀ ਮੰਗਤੂ ਦੇ ਬੁੱਲਾਂ 'ਚੋਂ ਨਿਕਲਿਆ। ਉਹਦੇ ਦੋਵੇਂ ਹੱਥ ਮਾਂ ਦੇ ਪਿੰਜਰ 'ਤੇ ਸਰਕ ਰਹੇ ਸਨ। ਮਾਂ ਨਾਂ ਦੀ ਚੀਜ਼ ਜਿਹੜੀ ਹੋਸ਼ ਸੰਭਾਲਣ ਤੋਂ ਲੈ ਕੇ ਅੱਜ ਤੀਕ ਉਸ ਲਈ ਇੱਕ ਖਤਰਨਾਕ ਅਤੇ ਮਾਰੂ ਹਕੀਕਤ ਬਣੀ ਰਹੀ ਸੀ। ਇਸ ਵੇਲੇ ਰਹਿਮਤਾਂ ਦੀ ਪੁੰਜ ਬਖਸ਼ਿਸ਼ਾਂ ਦੀ ਦਾਤੀ ਬਣ ਗਈ। ਅੱਜ ਮੰਗਤੂ ਨੂੰ ਸ਼ਾਇਦ ਜ਼ਿੰਦਗੀ 'ਚ ਦੂਜੀ ਵਾਰੀ ਖੁੱਲ੍ਹ ਕੇ ਰੋਣ ਆਇਆ। ਪਹਿਲੀ ਵਾਰ ਉਦੋਂ ਰੋਇਆ ਸੀ ਜਦੋਂ ਉਹਦੇ ਪਿਓ ਨੇ ਅੰਤ ਵੇਲੇ ਉਹਨੂੰ ਆਪਣੇ ਕੋਲ ਸੱਦ ਕੇ ਬਿਠਾਇਆ ਸੀ। ਮਾਂ ਮਾਂ ਉਹਦੇ ਹੱਥ ਬਰਾਬਰ ਮਾਂ ਦੇ ਸਰੀਰ 'ਤੇ ਚਿਹਰੇ 'ਤੇ ਉਹਦੇ ਸਿਰ ਦੇ ਕਰੜੇ ਬਰੜੇ ਵਾਲਾਂ 'ਤੇ ਫਿਰ ਰਹੇ ਸਨ ਅਤੇ ਮਾਂ ਮਾਂ ਆਵਾਜ਼ਾਂ ਅੱਥਰੂਆਂ ਨਾਲ ਭਿੱਜ ਭਿੱਜ ਕੇ ਉਹਦੇ ਗਲੇ 'ਚੋਂ ਨਿਕਲ ਰਹੀਆਂ ਸਨ। ਹੁਣ ਉਹਦਾ ਸਿਰ ਮਾਂ ਦੀ ਹਿੱਕ ਨਾਲ ਜੁੜਿਆ ਸੀ। ਉਸ ਉਤਾਂ ਤੱਕਿਆ ਮਾਂ ਦੀਆਂ ਡੂੰਘੀਆਂ ਅੱਖਾਂ 'ਚੋਂ ਉਵੇਂ ਧਾਰਾਂ ਵਹਿ ਰਹੀਆਂ ਸਨ। ਜ਼ਬਾਨ ਉਹਦੀ ਅਜੇ ਤੀਕ ਨਿਰਵਾਕ ਸੀ, ਬੋਲੋ ਦੇ ਅਜੇ ਤੀਕ ਖੰਜੂਆਂ ਨਾਲ ਭਿੱਜੇ ਫਰਕ ਰਹੇ ਸਨ। ਸ਼ਾਇਦ ਮਾਂ ਇਸ ਵੇਲੇ ਕੁਝ ਬੋਲਣ ਦੀ ਨਿਰਾਰਥਕ ਕੋਸ਼ਿਸ਼ 'ਚ ਸੀ। ਮੰਗਤੂ ਨੇ ਨਜ਼ਰ ਘੁਮਾ ਕੇ ਤੱਕਿਆ, ਮਾਸੀ ਅਤੇ ਕੈਲਾ ਦੋਵੇਂ ਜਾ ਚੁੱਕੇ ਸਨ। ਸ਼ਾਇਦ ਇਸ ਪਾਪਣ ਦੀ ਸ਼ਕਲ ਬਹੁਤਾ ਚਿਰ ਵੇਖਣੀ ਉਹਨਾਂ ਲਈ ਦੁੱਭਰ ਹੋ ਗਈ ਸੀ। ਮਾਂ, ਮੰਗਤੂ ਨੇ ਉਹਦੀ ਹਿੱਕ ਨਾਲ ਉਹ ਸਿਰ ਹਟਾਇਆ। ਬਸ ਕਰ ਮਾਂ, ਨਾ ਰੋ ਪੁੱਤਰ। ਬਹੁਤ ਸਾਰੀ ਕੋਸ਼ਿਸ਼ ਤੋਂ ਬਾਅਦ ਮਾਂ ਦੀ ਜ਼ਬਾਨ 'ਚ ਹਰਕਤ ਆਈ, ਪਰ ਇਸ ਤਰ੍ਹਾਂ ਅੱਖਰੇ ਸ਼ਬਦ ਤੋਂ ਵੱਧ ਉਹ ਨਹੀਂ ਸੀ ਬੋਲ ਸਕੀ। ਉਹਦੀ ਬੋਲਣ ਸ਼ਕਤੀ ਨੂੰ ਹੰਝੂਆਂ ਦੇ ਤੂਫਾਨ ਨੇ ਰੋੜ ਖੜਿਆ ਸੀ। ਸ਼ਾਇਦ ਮਾਂ ਨੂੰ ਔਖੇ ਸਾਹ ਲੈਂਦਿਆਂ ਵੇਖ ਕੇ ਮੰਗਤੂ ਨੂੰ ਖਤਰਾ ਜਿਹਾ ਪੈਦਾ ਹੋ ਗਿਆ ਕਿ ਭਾਵੇਂ ਉਹਦਾ ਅੰਤ ਸਮਾਂ ਪਹੁੰਚਿਆ, ਉਹਦੇ ਦਿਲ 'ਚ ਤਾਂ ਹਾਲੇ ਬੜਾ ਕੁਝ ਸੀ। ਉਹਨੂੰ ਅੱਜ ਜੁਗਾਂ ਜੁਗਾਤਰਾਂ ਪਿੱਛੋਂ ਮਾਂ ਮਿਲੀ। ਮਾਂ ਭਾਵੇਂ ਕਿਹੋ ਜਿਹੀ ਹੈ, ਕੁਝ ਵੀ ਹੈ, ਪਰ ਹੈ ਤਾਂ ਉਹਦੀ ਜਨਮਦਾਤੀ। ਉਹਨੇ ਤਾਂ ਅਜੇ ਆਪਣੀ ਅੰਮੀ ਨਾਲ ਰੱਜ ਕੇ ਗੱਲਾਂ ਕਰਨੀਆਂ ਨੇ। ਉਹਨੇ ਅਜੇ ਮਾਂ ਦੀ ਹਿੱਕ ਨਾਲ ਲੱਗ ਕੇ ਵਾਤਸਲ ਅੰਮ੍ਰਿਤ ਦੇ ਰਜਵੇਂ ਘੁੱਟ ਭਰਨੇ ਨੇ। ਉਹ 5, 10, 20, 50 ਵਾਰੀ ਉਹਨੂੰ ਮਾਂ ਆ ਕੇ ਬੁਲਾਉਣਾ ਚਾਹੁੰਦਾ। ਮਾਂ ਦੀ ਜਮਾਂਦਰੂ ਜੁਦਾਈ ਕਾਰਨ ਆਪਣੀ ਸੜੀ ਲੂਠੀ ਰੂਹ ਉੱਤੇ ਉਹ ਮਾਤਰੀ ਰਹਿਮਤਾਂ ਦੀ ਫੁਹਾਰ ਪੁਆ ਕੇ ਉਹਨੂੰ ਸਰਸਬਜ਼ ਕਰਨੀ ਚਾਹੁੰਦਾ। ਇਹ ਅਪ੍ਰਾਪਤ ਚੀਜ਼, ਇਹ ਅਣਲੱਭ ਰੱਬੀ ਦਾਤ ਜਿਹਦੀ ਪ੍ਰਾਪਤੀ ਦੀ ਇਹਨੂੰ ਇਸ ਜਨਮ 'ਚ ਆਸ ਹੀ ਨਹੀਂ ਸੀ ਕਿ ਇੰਝ ਪ੍ਰਾਪਤ ਹੋ ਕੇ ਉਹਦੇ ਹੱਥੋਂ ਖੁਸ ਜਾਏਗੀ। ਉਹ ਹੁਣ ਮੰਜੇ 'ਤੇ ਚੰਗੀ ਤਰ੍ਹਾਂ ਬੈਠ ਗਿਆ। ਮਾਂ ਦਾ ਉਤਲਾ ਧੜ ਉਹਨੇ ਆਪਣੀ ਗੋਦ 'ਚ ਲੈ ਲਿਆ। ਉਹਦਾ ਰੋਮ ਰੋਮ ਇਸ ਵੇਲੇ ਰੱਬ ਦੀ ਦਰਗਾਹ ਤੋਂ ਮੰਗ ਕਰ ਰਿਹਾ ਸੀ। ਮਾਂ ਦੀ ਉਮਰ 'ਚ ਥੋੜ੍ਹੇ ਜਿੰਨੇ ਵਾਧੇ ਲਈ ਉਹ ਬੜੇ ਅਸਚਰਜ ਸੀ ਕਿ ਕੀਕਣ ਇਸ ਪਿੰਜਰ ਜਿਹੇ ਉੱਤੇ ਪਹਿਲੀ ਨਜ਼ਰ ਪੈਂਦਿਆਂ ਹੀ ਉਹਦੇ ਅੰਦਰ ਮਾਂ ਬਾਰੇ ਸਦੀਵੀ ਨਫ਼ਰਤ ਦੀ ਥਾਂ ਕਿਸੇ ਦੈਵੀ ਪ੍ਰੇਮ ਦਾ ਸੋਮਾ ਫੁੱਟ ਪਿਆ। ਉਹ ਸੋਚ ਰਿਹਾ ਸੀ ਇਸ ਨਿੱਕੇ ਜਿਹੇ ਮਾਂ ਅੱਖਰ ਵਿੱਚ ਹੀ ਕੋਈ ਜਾਦੂ ਸ਼ਕਤੀ ਲੁਕੀ ਹੋਈ ਹੈ। ਉਹਦੇ ਉਚਾਰਨ ਨਾਲ ਉਹਦੀ ਸਾਰੀ ਸਮੁੱਚੀ ਆਤਮਾ ਪਰਿਵਰਤਿਤ ਹੋ ਗਈ। ਅੱਜ ਪਹਿਲੀ ਵੇਰਾ ਮੰਗਤੂ ਨੇ ਆਪਣੀ ਰੂਹ ਨੂੰ ਹੌਲੀ ਫੁੱਲ ਮਹਿਸੂਸ ਕੀਤਾ। ਰੂਹ ਜਿਹੜੀ ਉਹਨੂੰ ਅਜ਼ਲ ਤੋਂ ਮਣਾ ਮੂਈ ਭਾਰ ਥੱਲੇ ਦੱਬੀ ਹੋਈ ਜਾਪਦੀ ਹੁੰਦੀ ਸੀ। ਮਾਂ, ਉਹਨੇ ਮਾਂ ਦੇ ਸਰੀਰ ਨੂੰ ਗੋਦੀ 'ਚੋਂ ਕੱਢ ਕੇ ਆਰਾਮ ਨਾਲ ਮੰਜੇ 'ਤੇ ਲਿਟਾਉਂਦਿਆਂ ਕਿਹਾ, ਤੂੰ ਜ਼ਰਾ ਆਰਾਮ ਨਾਲ ਲੇਟ ਜਾ, ਹਾਲੇ ਅਰਾਸਤੀ ਹੋ ਲੈ ਰਤਾ, ਫਿਰ ਗੱਲਾਂ ਕਰਾਂਗੇ। ਪਰ ਅਸਲ 'ਚ ਮਾਂ ਦੀ ਹਾਲਤ ਇੰਨੀ ਖਰਾਬ ਨਹੀਂ ਸੀ ਜਿੰਨੀ ਮੰਗਤੂ ਨੇ ਸਮਝੀ ਸੀ। ਕੇਵਲ ਬਹੁਤੀ ਕਮਜ਼ੋਰੀ ਦੀ ਹਾਲਤ ਵਿੱਚ ਪੁੱਤਰ ਮਿਲਾਪ ਦੀ ਘਟਨਾ ਨੇ ਉਹਦੇ ਮਨ ਨੂੰ ਇੱਕ ਝਟਕਾ ਜਿਹਾ ਦਿੱਤਾ ਸੀ, ਜਿਸ ਕਰਕੇ ਥੋੜ੍ਹੀ ਦੇਰ ਲਈ ਉਸ ਉੱਤੇ ਇੱਦਾਂ ਦੀ ਅੱਧ ਹੋਸ਼ੀ ਜੀ ਆ ਗਈ, ਜੋ ਥੋੜ੍ਹੀ ਦੇਰ 'ਚ ਮੁੜ ਆਪਣੀ ਅਸਲੀ ਹਾਲਤ 'ਚ ਆ ਗਈ। ਮੰਗਤੂ ਦੇ ਜਵਾਬ 'ਚ ਐਤਕਾਂ ਸਪਸ਼ਟ ਬੋਲ ਪਈ, ਨਾ ਵੇ ਬੱਚਿਆ, ਫਿਰ ਨਹੀਂ, ਇੰਨਾ ਹੀ ਸ਼ੁਕਰ ਹੈ ਜੋ ਤੇਰੇ ਆਉਣ ਤੱਕ ਮੇਰੀ ਜਾਨ ਨਹੀਂ ਨਿਕਲੀ। ਛੇਤੀ ਛੇਤੀ ਮੇਰੀਆਂ 2-4 ਗੱਲਾਂ ਸੁਣ ਲੈ, ਨਾ ਜਾਣੀਏ ਫਿਰ ਮੌਕਾ ਮਿਲੇ ਕਿ ਨਾ। ਪਰ ਮੰਗਤੂ ਨੂੰ ਮਾਂ ਦੀ ਹਾਲਤ ਆਗਿਆ ਨਹੀਂ ਸੀ ਦਿੰਦੀ ਕਿ ਉਹ ਹੋਰ ਬੋਲੇ। ਮਾਂ ਦਾ ਸਾਹ ਕਾਫ਼ੀ ਤੇਜ਼ ਚੱਲ ਰਿਹਾ ਸੀ, ਅਜੇ ਤੱਕ ਉਹਦੀ ਆਵਾਜ਼ ਪਾਟ ਪਾਟ ਕੇ ਨਿਕਲ ਰਹੀ ਸੀ। ਮੰਗਤੂ ਨੇ ਉਹਨੂੰ ਹੋਰ ਨਹੀਂ ਬੋਲਣ ਦਿੱਤਾ ਅਤੇ ਬੜੀ ਕੋਮਲਤਾ ਨਾਲ ਉਹਦੇ ਮੋਢੇ ਘੁੱਟਦਾ ਬੋਲਿਆ, ਜ਼ਰਾ ਕੁ ਅਰਾਸਤੀ ਹੋ ਲੈ ਮਾਂ, ਖੈਰ ਮੇਰੇ ਚਾਰੇ ਬੰਨੇ ਸਾਵੇ ਨੇ ਤੇਰੇ। ਜਿਹੜੀ ਸ਼ਕਤੀ ਮੈਨੂੰ ਤੇਰੇ ਕੋਲ ਖਿੱਚ ਲਿਆਈ ਉਹ ਏਡੀ ਜ਼ਾਲਮ ਨਹੀਂ ਕਿ ਸਾਨੂੰ ਮਾਂ ਪੁੱਤਾਂ ਨੂੰ ਰੱਜ ਕੇ ਗੱਲ ਵੀ ਨਾ ਕਰਨ ਦੇਵੇਗੀ। ਤੂੰ ਤਸੱਲੀ ਰੱਖ ਮਾਂ, ਮੈਂ ਤੇਰੇ ਕੋਲ ਹਾਂ। ਮਾਂ ਨੇ ਅੱਖਾਂ ਬੰਦ ਕਰ ਲਈਆਂ, ਸ਼ਾਇਦ ਚਿਰ ਵਿਛੁੰਨੇ ਪੁੱਤਰ ਦੇ ਇਹਨਾਂ ਪਿਆਰ ਗੁੱਦੇ ਵਾਕਾਂ ਨੇ ਉਹਦੇ ਅੰਦਰ ਸਰੂਰ ਜਿਹੇ ਦੀ ਹਾਲਤ ਪੈਦਾ ਕਰਤੀ ਸੀ। ਉਵੇਂ ਹੀ ਬੰਦ ਅੱਖਾਂ ਦੀ ਹਾਲਤ ਵਿੱਚ ਉਹਨੇ ਉਹਦੇ ਬੁੱਲ ਫਰਕੀ ਗਏ, ਮੇਰਾ ਦਿਲ ਸ਼ਾਦੀ ਦਿੰਦਾ ਸੀ ਮੇਰੇ ਲਾਲ, ਉਹ ਆਏਗਾ ਜ਼ਰੂਰ। ਮੈਂ ਇੱਕ ਵਾਰੀ ਦਿਲ ਦੇ ਸਾਰੇ ਉਹ ਅਤੇ ਮਾਂ ਦੀ ਆਵਾਜ਼ ਰੁਕ ਗਈ। ਮੰਗਤੂ ਨੂੰ ਫਿਕਰ ਪੈ ਗਿਆ, ਮਾਂ ਤੂੰ ਨਾ ਬੋਲ, ਆਪੇ ਸੁਣ ਲਵਾਂਗਾ ਸਭੋ ਕੁਝ। ਅਤੇ ਉਹਦਾ ਉਹ ਮਾਂ ਦਾ ਚਿਹਰਾ ਚਾਦਰ ਨਾਲ ਢੱਕ ਦਿੱਤਾ। ਫਿਰ ਉਸ ਲਈ ਮਾਸੀ ਦੇ ਘਰੋਂ ਦੁੱਧ ਲੈਣ ਚਲਾ।
ਅੰਗ 36ਵਾਂ ਲਾ ਲਿਆਈ ਵਿਰਾਗ ਮਾਂ ਦਾ। ਮੰਗਤੂ ਜਦ ਮਾਸੀ ਦੇ ਘਰ ਪੁੱਜਾ ਤਾਂ ਉਸ ਟਿਚਕਰ ਭਰਿਆ ਸਵਾਲ ਉਸ ਤੇ ਕੀਤਾ। ਮੰਗਤੂ ਨੇ ਵੇਖਿਆ ਮਾਸੀ ਦੇ ਚਿਹਰੇ 'ਤੇ ਵਿਅੰਗ ਦਾ ਡੂੰਘਾ ਰੰਗ ਸੀ, ਉਹਦੇ ਤਨ ਬਦਨ ਨੂੰ ਫਲੂਏ ਪਾ ਗਿਆ ਇਹ ਵਾਕ, ਪਰ ਉਹਨੇ ਇੱਟ ਦੇ ਜਵਾਬ 'ਚ ਪੱਥਰ ਨਹੀਂ ਚੁੱਕਿਆ। ਸਹਿਜ ਭਾਅ 'ਚ ਬੋਲਿਆ, ਹਾਂ ਆਹੋ ਮਾਸੀ, ਹੇਜ ਕੁੱਦ ਪਿਆ ਸੀ ਪੁੱਤਰ ਦਾ ਅੱਜ। ਮਾਸੀ ਬੋਲਦੀ ਗਈ, ਸੱਤਾਂ ਚੁੱਲ੍ਹਿਆਂ ਦੀ ਸੁਆਹ ਸਿਰ 'ਚ ਪਵਾ ਕੇ ਆਈ, ਨੱਕ ਵੱਡੀ ਛੇਕੜ ਦੀ, ਬਾਕੀ ਅਣ ਸੁਣਿਆ ਨੂੰ ਸੁਣਾਉਣ, ਤੇਰੇ ਲਿਹਾਜ਼ ਨੂੰ ਦੜ ਵੱਟ ਗਈ ਸਾਂ, ਨਹੀਂ ਤਾਂ ਇਹੋ ਜਿਹੀ ਕਪੱਤੀ ਨੂੰ ਮੈਂ ਪਿੰਡ ਵੜਨ ਦਿੰਦੀ? ਬਿਸ਼ਰਮ ਕੁੱਤੀ, ਮਰ ਜਾਂਦੀ ਪਰੇ ਉੱਧਰੇ ਕਿਤੇ, ਅਤੇ ਨਾ ਸਾਡੇ ਫੱਟਾਂ 'ਤੇ ਮੁੜ ਲੂਣ ਪੈਂਦਾ। ਪਿੰਡ 'ਚ ਨਵੇਂ ਸਿਰੇ ਕਥਾ ਸ਼ੁਰੂ ਹੋ ਪਈ ਹੈ, ਮਸੇ ਮਸੇ ਭੁੱਲੇ ਸੀ ਲੋਕ। ਮੰਗਤੂ ਪਾਸੋਂ ਮਾਸੀ ਦੀ ਇਹ ਪੜਚੋਲ ਸਹਾਰੀ ਨਹੀਂ ਗਈ, ਉਹ ਮਾਂ ਵਾਸਤੇ ਦੁੱਧ ਲੈਣ ਆਇਆ ਸੀ, ਪਰ ਮਾਸੀ ਦੀਆਂ ਗੱਲਾਂ ਸੁਣ ਕੇ ਉਹਦਾ ਦਿਲ ਕੀਤਾ ਪਿਛਲੇ ਪੈਰੀ ਮੁੜ ਜਾਏ, ਪਰ ਨਹੀਂ ਮੁੜ ਸਕਿਆ। ਮਾਸੀ ਦੇ ਜਵਾਬ 'ਚ ਹੂੰ ਹਾਂ ਕਰੀ ਗਿਆ ਅਤੇ ਦੁੱਧ ਲੈ ਕੇ ਝਟਪਟ ਬਾਹਰ ਨਿਕਲ ਗਿਆ। ਮੰਗਤੂ ਸਿਰੋਂ ਪੈਰੋਂ ਲਾਹ ਕੇ ਘਰ ਦੀ ਸਫਾਈ 'ਚ ਜੁੱਟ ਗਿਆ। ਥੋੜ੍ਹੇ ਚਿਰ ਦੀ ਮਿਹਨਤ ਨਾਲ ਉਹਨੇ ਘਰ ਨੂੰ ਬੋਕਰ ਸੰਭਰ ਕੇ ਬਹਿਣ ਖਲੋਣ ਜੋਗਾ ਬਣਾ ਲਿਆ। ਫਿਰ ਉਹ ਮਾਸੀ ਦੇ ਘਰੋਂ ਜਾ ਕੇ ਆਪਣਾ ਸਮਾਨ ਜਿਹੜਾ ਇੱਕ ਕੋਠੜੀ 'ਚ ਬੰਦ ਪਿਆ ਸੀ ਚੰਗਾ ਚੰਗਾ ਚੁਣ ਕੇ ਕੱਢ ਲਿਆ ਆ। ਇਸ ਤਰ੍ਹਾਂ ਮੰਗਤੂ ਦਾ ਘਰ ਹੁਣ ਖੋਲੇ ਤੋਂ ਬਦਲ ਕੇ ਮਾੜਾ ਮੋਟਾ ਘਰ ਜਾਪਣ ਲੱਗ ਪਿਆ। ਉਹਨੇ ਇੱਕ ਚੰਗੇਰਾ ਮੰਜਾ ਚੁਣ ਕੇ ਉਹਦੀ ਪੈਂਦ ਕੱਸਤੀ, ਉਸ 'ਤੇ ਮਾਂ ਦੀ ਉਚਾਈ ਕਰ ਦਿੱਤੀ, ਉਹਦੇ ਗਲੋਂ ਕੱਪੜੇ ਉਤਰਵਾਏ, ਖੂਹ 'ਤੇ ਜਾ ਕੇ ਧੋ ਲਿਆ ਆ। ਫਿਰ ਉਹਨੇ ਮਾਂ ਦੇ ਸਿਰ ਨੂੰ ਤੇਲ ਝੱਸਿਆ, ਕੰਘੀ ਵਾਹੀ, ਉਹਨੂੰ ਪੂਰੇ ਆਰਾਮ 'ਚ ਲਟਾ ਦਿੱਤਾ। ਇਹ ਕੰਮ ਕਰਦਿਆਂ ਉਹਦੀ ਰੂਹ ਨੂੰ ਕਿੰਨਾ ਸੁੱਖ ਮਿਲ ਰਿਹਾ ਸੀ, ਜਿਵੇਂ ਪੁਜਾਰੀ ਨੂੰ ਪੂਜਾ ਕਰਕੇ ਮਿਲਦਾ। ਦੂਜੇ ਦਿਨ ਉਹਨੇ ਪਿੰਡ ਦੇ ਇੱਕ ਕਮੀ ਨੂੰ ਸਦਕੇ ਕਹਾਣੀ ਬਣਾਈ, ਕੰਧਾਂ ਨੂੰ ਲੇਬੀ ਕਰਾਈ, ਛੱਤ ਨੂੰ ਵੀ। ਵੇਖਦਿਆਂ ਵੇਖਦਿਆਂ ਉਹ ਢੱਠਾ ਢਾਰਾ ਜਿਸ 'ਚ ਡੰਗਰ ਬੰਨਣ ਲਈ ਵੀ ਥਾਂ ਨਹੀਂ ਸੀ, ਆਦਮੀਆਂ ਦੇ ਵਸੇ ਬੇਜਗਾ ਹੋ ਗਿਆ। ਗੁਆਂਢੀ ਚੁੱਪ ਚੁੱਪੀ 'ਤੇ ਅੱਖਾਂ ਫੈਲਾਈ ਮੰਗਤੂ ਦੀ ਇਸ ਅਣਥੱਕ ਲਗਨ ਨੂੰ ਵੇਖ ਰਹੇ ਸੀ। ਉਹ ਜਿਹੜੇ ਸੋਚਦੇ ਸੀ ਮੰਗਤੂ ਵਰਗਾ ਅੱਖੜ ਖਾਣ 'ਤੇ ਭੇੜੂ ਗੱਭਰੂ ਆਉਂਦਿਆਂ ਹੀ ਖੋਰੇ ਮਾਂ ਨੂੰ ਵੱਢ ਟੁੱਕ ਕੇ ਕਿਸੇ ਖੂਹ ਟੋਭੇ 'ਚ ਸੁੱਟ ਆਏਗਾ, ਇਸ ਤਰ੍ਹਾਂ ਮਾਤ ਭਗਤੀ 'ਚ ਉਹਨੂੰ ਖੱਚਤ ਵੇਖ ਕੇ ਉਂਗਲਾਂ ਮੂੰਹ 'ਚ ਪਾ ਰਹੇ ਸਨ, ਅਤੇ ਉਹਦੇ ਸੁਭਾਅ 'ਚ ਇੱਕ ਕਰਾਮਾਤੀ ਤਬਦੀਲੀ ਵੇਖ ਕੇ ਹੋਰ ਵੀ ਹੈਰਾਨ ਹੋ ਰਹੇ ਸਨ, ਅਤੇ ਫਿਰ ਹੌਲੀ ਹੌਲੀ ਉਸ ਵੱਲ ਸਰਕਦੇ ਆ ਰਹੇ ਸਨ। ਗੁਆਂਢੀਆਂ ਦੀ ਦੇਖਾ ਦੇਖੀ ਮਾਸੀ ਨੇ ਵੀ ਹੁਣ ਪਹਿਲਾਂ ਵਾਂਗ ਦੂਰ ਦੂਰ ਰਹਿਣਾ ਸ਼ਾਇਦ ਠੀਕ ਨਹੀਂ ਸਮਝਿਆ। ਉਹ ਵੇਲੇ ਕੁ ਵੇਲੇ ਆ ਕਹਿੰਦੀ, ਵੇ ਕਾਕਾ ਤੂੰ ਕਿਉਂ ਹੱਥ ਲੂਣ ਡਿਆ ਹੋਇਆ, ਚੁੱਲ੍ਹੇ 'ਚ ਛੱਡ ਦੇ, ਘਰੋਂ ਭੇਜ ਦਿਆਂਗੀ ਬਣਾ ਕੇ। 2 ਦਿਨ ਅਤੇ 2 ਰਾਤਾਂ ਲੰਘ ਗਈਆਂ। ਇਹਨਾਂ 50 ਕੁ ਘੰਟਿਆਂ 'ਚ ਮੰਗਤੂ ਨੇ ਮਹਿਸੂਸ ਕੀਤਾ ਉਹਦੀ ਮਾਂ ਆਪਣੇ ਭੇਤਾਂ ਦੀ ਗੰਢੜੀ ਖੋਲ੍ਹਣ ਲਈ ਕਿੰਨੀ ਉਤਾਵਲੀ ਹੈ, ਜਿਹੜੀ ਕਈ ਵਾਰ ਇਸ ਕੰਮ ਲਈ ਤਿਆਰ ਹੋਈ, ਪਰ ਹਰ ਵਾਰੀ ਮੰਗਤੂ ਨੇ ਉਹਨੂੰ ਇਹ ਕਹਿ ਕੇ ਰੋਕਤਾ, ਮਾਂ ਜ਼ਰਾ ਹੋਰ ਬੋਲਣ ਜੋਗੀ ਹੋ ਲੈ। ਅੱਜ ਜਦ ਮੰਗਤੂ ਨੇ ਵੇਖਿਆ ਮਾਂ ਸੱਚਮੁੱਚ ਬੋਲਣ ਜੋਗੀ ਹੋ ਗਈ, ਤਾਂ ਰਾਤੀ ਉਹਨੂੰ ਉਹਦੇ ਮੰਜੇ 'ਤੇ ਬੈਠਦਾ ਬੋਲਿਆ, ਲੈ ਮਾਂ ਦੱਸ ਜੋ ਕੁਝ ਸੁਣਾਉਣਾ ਚਾਹੁੰਦੀ। ਅਮਰੋ ਪੁੱਤਰ ਦੇ ਸਰੀਰ ਨਾਲ ਢਾਸਣਾ ਲਾ ਕੇ ਬੈਠ ਗਈ। ਉਸ ਕਹਿਣਾ ਸ਼ੁਰੂ ਕੀਤਾ, ਪੁੱਤਰ ਇਸ ਦੁਨੀਆਂ 'ਤੇ ਕਿਸੇ ਨਹੀਂ ਰਹਿਣਾ, ਮੌਤ ਸਾਰਿਆਂ ਉੱਤੇ ਆਉਣੀ ਹੈ। ਮੈਂ ਤਾਂ ਉਸਨੂੰ ਹੀ ਹੁਣ ਮੌਤ ਦੇ ਮੂੰਹ ਵਿੱਚ ਹਾਂ। ਮੈਂ ਬੜੇ ਪਾਪ ਕੀਤੇ ਨੇ ਚੰਨਾ, ਕੋਈ ਪਾਪ ਨਹੀਂ ਜਿਹੜਾ ਮੈਥੋਂ ਨਾ ਹੋਇਆ ਹੋਵੇ, ਪਰ ਹੁਣ ਮੇਰਾ ਅੰਤ ਵੇਲਾ, ਝੂਠ ਬੋਲ ਕੇ ਮੈਂ ਆਪਣੀ ਗੰਢੜੀ ਹੋਰ ਭਾਰੀ ਨਹੀਂ ਕਰਾਂਗੀ। ਮਾਂ, ਮੰਗਤੂ ਡੱਡੋ ਲਿੱਕਾ ਹੋ ਉੱਠਿਆ, ਇਹੋ ਜਿਹੀਆਂ ਗੱਲਾਂ ਨਾ ਕਰ, ਤੈਨੂੰ 7 ਸੁੱਖਾਂ ਨੇ, ਤੂੰ ਨਿਸੰਗ ਹੋ ਕੇ ਦੱਸ, ਤੇਰੀਆਂ ਗੱਲਾਂ ਦਾ ਮੈਨੂੰ ਰੱਬ ਜਿੰਨਾ ਇਤਬਾਰ ਹੈ। ਮਾਂ ਬੋਲੀ, ਸਾਰਾ ਜੱਗ ਮੈਨੂੰ ਪਾਪਣ ਆਖਦਾ ਹੈ ਨਾ, ਮੇਰੇ ਮਾਂ ਪਿਓ ਜਾਈ ਭੈਣ ਵੀ ਇਹੋ ਕਹਿੰਦੀ ਹੈ, ਜੋ ਮੈਂ ਆਪਣੀ ਮਰਜ਼ੀ ਨਾਲ ਨਿਕਲ ਗਈ ਸਾਂ, ਪਏ ਆਖਣ, ਮੈਨੂੰ ਉਹਨਾਂ ਉੱਤੇ ਹਰਖ ਕੋਈ ਨਹੀਂ। ਉਹਨਾਂ ਦੇ ਕੰਨਾਂ ਨੇ ਜੋ ਕੁਝ ਸੁਣਿਆ ਉਹਨਾਂ ਆਖਣਾ ਹੀ ਸੀ। ਮੈਂ ਉਹਨਾਂ ਨੂੰ ਪਤਿਆਉਣ ਲਈ ਨਹੀਂ ਇੱਥੇ ਆਈ, ਨਾ ਮੇਰੀ ਗੱਲ ਉੱਤੇ ਕੋਈ ਭਤੀਜੇਗਾ, ਪਰ ਪੁੱਤਰ ਮੈਨੂੰ ਇੱਕੋ ਸਿੱਖ ਸੀ, ਜੋ ਤੇਰੇ ਦਿਲ 'ਚੋਂ ਇੱਕ ਵਾਰੀ ਇਹ ਕੂੜਾ ਵਹਿਮ ਕੱਢ ਕੇ ਮਰਾਂ। ਕੂੜਾ ਵਹਿਮ? ਮੰਗਤੂ ਦੀਆਂ ਅੱਖਾਂ ਮਾਂ ਦੇ ਚਿਹਰੇ 'ਤੇ ਫੈਲ ਗਈਆਂ। ਹਾਂ ਪੁੱਤਰ, ਖੰਘ ਕੇ ਬੋਲੀ, ਮੇਰਾ ਇਸ 'ਚ ਇੰਨਾ ਕਸੂਰ ਨਹੀਂ ਜਿੰਨਾ ਮਾਂ ਉੱਤੇ ਸਫੈਦੀ। ਮੈਨੂੰ ਉਸ ਪਾਪੀ ਨੇ, ਅਤੇ ਬੋਲਦੀ ਬੋਲਦੀ ਦਾ ਗਲਾ ਧਰੂਆਂ ਨਾਲ ਭਰ ਗਿਆ। ਕਿਹੜੇ ਪਾਪੀ ਨੇ ਮਾਂ? ਮੰਗਤੂ ਦੇ ਹੱਥ ਨੂੰ ਕੁੜਲ ਚੜ ਰਹੇ ਸਨ। ਕਿਸ ਦੀ ਗੱਲ ਕਰਨੀ? ਉਹ ਮਾਂ ਨੇ ਆਪਣੇ ਆਪ ਨੂੰ ਸੰਭਾਲਿਆ, ਜਿਹੜਾ ਜਿਹੜਾ ਪਤਾ ਨਹੀਂ ਕਿੱਥੋਂ ਮੇਰਾ ਕਾਲ ਬਣ ਕੇ ਆਇਆ ਸੀ, ਜਿਸ ਕਈ ਵਾਸਤੇ ਘਰ ਉਜਾੜੇ ਸਨ, ਵਗਦੀ ਵਾਰੀ ਜਿਹੜਾ ਲੋਕਾਂ ਦੀਆਂ ਕੁੜੀਆਂ ਚੁਕਵਾ ਖੜਦਾ ਸੀ, ਅਤੇ ਕੋਈ ਉਹਦੀ ਵਾਹ ਵੱਲ ਨਹੀਂ ਸੀ ਤੱਕਦਾ। ਪਿੰਡ ਦੇ ਜ਼ੈਲਦਾਰ ਦਾ ਦੋਸਤ ਇਕਬਾਲ ਸਿੰਘ ਕਦੀ ਕਦਾਈ ਪਿੰਡ ਆਉਂਦਾ ਹੁੰਦਾ ਸੀ, ਪਤਾ ਨਹੀਂ ਕਿਹੜੀ ਚੰਦਰੀ ਘੜੀ ਮੈਂ ਉਹਦੀ ਨਜ਼ਰੀ ਪੈ ਗਈ, ਬਸ ਗੱਲ ਦਾ ਹਾਰ ਹੀ ਬਣ ਗਿਆ। ਕਈ ਦਿਨ ਪਿੱਛਾ ਕਰਦਾ ਫਿਰਿਆ, ਜਿੱਧਰ ਜਾਵਾਂ ਮਗਰੇ ਮਗਰ, ਸ਼ਰਮ ਦੀ ਮਾਰੀ ਕਿਸੇ ਅੱਗੇ ਹੁੱਤ ਨਾ ਕੱਢੀ, ਵੀ ਸੁਣਨ ਵਾਲੇ ਕੀ ਆਖਣਗੇ। ਫਿਰ ਇੱਕ ਦਿਨ ਉਸ ਨਾਮਰਾਦ ਨੇ ਉਹ ਕੁਝ ਕਰ ਵਿਖਾਇਆ ਜਿਹਦਾ ਮੈਨੂੰ ਚਿੱਤ ਚੇਤਾ ਵੀ ਨਹੀਂ ਸੀ। ਸੰਧਿਆ ਵੇਲੇ ਪਾਣੀ ਨੂੰ ਗਈ, ਤੈਨੂੰ ਘਰ ਤੇਰੇ ਚਾਚੇ ਕੋਲ ਛੱਡ ਗਈ, ਪਤਾ ਨਹੀਂ ਕਿੱਥੇ ਘਾਤ ਲਾਈ ਬੈਠੇ ਸੀ ਉਹਦੇ ਚੋਬਰ,
ਅਚਨਚੇਤ ਪੈਲੀਆਂ 'ਚੋਂ ਨਿਕਲ ਆਏ। ਮੇਰੇ ਮੂੰਹ ਅੱਗੇ ਕੱਪੜਾ ਬੰਨ੍ਹ ਕੇ ਮੈਨੂੰ ਕੰਬਲ 'ਚ ਵਲੇਟ ਲਏ ਉਹਨੇ, ਅਤੇ ਪਤਾ ਨਹੀਂ ਕੀ ਸੁੰਘਾ ਕੇ ਮੈਨੂੰ ਬੇਹੋਸ਼ ਕਰ ਦਿੱਤੇ ਉਹਨੇ, ਅਤੇ ਮੋਟਰ 'ਚ ਸੁੱਟ ਕੇ ਉੱਡਦੇ ਬਣੇ। ਹੈਂ, ਪਰ ਮਾਂ ਲੋਕ ਤਾਂ ਕੁਝ ਹੋਰ ਕਹਿੰਦੇ। ਬਾਪੂ ਵੀ, ਮੰਗਤੂ ਦੀ ਆਵਾਜ਼ ਥਥਿਆ ਰਹੀ ਸੀ। ਲੋਕਾਂ 'ਤੇ ਆਪੇ ਕਹਿਣਾ ਸੀ। ਜ਼ੈਲਦਾਰ ਨੇ ਕਈ ਦਿਨ ਪਹਿਲਾਂ ਹੀ ਪਿੰਡ 'ਚ ਧੁਮਾਣਾ ਸ਼ੁਰੂ ਕਰਤਾ ਕਿ ਇਹ ਕਿਸੇ ਨਾਲ ਨੱਸਣ ਨੂੰ ਫਿਰਦੀ ਹੈ, ਤਾਂ ਜੋ ਉਸ ਉੱਤੇ ਜਾਂ ਉਹਦੇ ਦੋਸਤ ਉੱਤੇ ਕੋਈ ਸ਼ੱਕ ਨਾ ਕਰੇ। ਫਿਰ ਉਸ ਦੋ ਚੋਂ ਬੰਦਿਆਂ ਦੀ ਰਾਹੀ ਤੇਰੇ ਚਾਚੇ ਨੂੰ ਵੀ ਇਹ ਕੁਝ ਅਖਵਾ ਘੱਲਿਆ। ਉਹ ਅੱਗੇ ਹੀ ਵਹਿਮੀ ਅਤੇ ਕੰਨਾਂ ਦਾ ਕੱਚਾ ਸੀ, ਮਾਰਨ ਕੁੱਟਣ ਲੱਗ ਪਿਆ। ਬਥੇਰੀਆਂ ਸੋਹਾਂ ਸੁਗੰਧਾਂ ਖਾਧੀਆਂ, ਪਰ ਉਸ ਮੇਰਾ ਇਤਬਾਰ ਨਾ ਕੀਤਾ। ਇਹੋ ਆਖੀ ਜਾਵੇ, ਤੂੰ ਜ਼ਰੂਰ ਨਿਕਲ ਜਾਣਾ ਕਿਸੇ ਨਾਲ, ਸਾਰੇ ਪਿੰਡ ਦੇ ਲੋਕ ਇਹੋ ਪਿਆ ਆਖਦੇ ਨੇ। ਮੰਗਤੂ ਦੀਆਂ ਅੱਖਾਂ ਅੱਗੇ ਨਕਸ਼ਾ ਬਦਲਦਾ ਜਾ ਰਿਹਾ ਸੀ। ਉਹ ਬੋਲਿਆ, ਫਿਰ ਕੀ ਦੱਸਾਂ ਚੰਨਾ। ਮਾਂ ਨੇ ਅੱਥਰੂ ਪੂੰਝਦਿਆਂ ਕਹਿਣਾ ਸ਼ੁਰੂ ਕੀਤਾ, ਰਾਤੋ ਰਾਤ ਮੋਟਰ ਨੇ ਦੇਸੋਂ ਪਰਦੇਸ ਪਹੁੰਚਾ ਦਿੱਤਾ। ਬਥੇਰੀਆਂ ਅੰਦਰ ਬਲਬਲ ਉੱਠਣ, ਪਰ ਉੱਥੇ ਕੌਣ ਸੁਣਦਾ ਸੀ ਮੇਰੀ ਕਸਾਈਆਂ ਨਾਲ ਜੋ ਵਾਹ ਪੈ ਗਿਆ। ਮੰਗਤੂ ਦਾ ਸਰੀਰ ਪੱਥਰ ਹੁੰਦਾ ਜਾ ਰਿਹਾ ਸੀ। ਉਹ ਸੁਣੀ ਗਿਆ, ਸੋਚੀ ਗਿਆ, ਤਾਂ ਕਿ ਇਹ ਵਿਚਾਰੀ ਨਿਰਦੋਸ਼ ਮਾਂ ਨਾ ਹੱਕੀ ਦੰਦ ਕਥਾ ਦੀ ਚੱਕੀ 'ਚ ਪਿੱਠੀ ਗਈ। ਅੱਛਾ ਫਿਰ ਮਾਂ, ਉਸ ਕਾਲਾ ਪੈ ਕੇ ਸਵਾਲ ਕੀਤਾ। ਮਾਂ ਇੱਕ ਹੌਕਾ ਭਰ ਕੇ ਬੋਲੀ, ਪੁੱਤਰ ਮੇਰਾ ਅੰਤ ਵੇਲਾ ਹੁਣ ਆ ਪਹੁੰਚਿਆ। ਰਤੀ ਰਵਾਲ ਜਿੰਨਾ ਵੀ ਝੂਠ ਨਹੀਂ ਬੋਲਾਂਗੇ ਤੇਰੇ ਅੱਗੇ। ਲੋਕਾਂ ਉੱਤੇ ਮੈਨੂੰ ਕਾਹਦਾ ਗਿਲਾ ਸੀ ਜਦ ਘਰ ਦੇ ਹੀ ਲਾਗੂ ਹੋ ਬੈਠੇ। ਤੇਰੇ ਪਿਓ ਨਾਲੋਂ ਵੱਧ ਕਿਹੜਾ ਸੀ ਮੇਰਾ? ਉਸ ਉੱਤੇ ਮਾਣ ਤਾਣ ਸੀ ਨਾ ਮੇਰਾ। ਦਿਲ ਚੀਰ ਕੇ ਨਹੀਂ ਸਭ ਵਿਖਾਲ ਸਕਦੀ, ਹੋਰ ਕਸਰ ਮੈਂ ਛੱਡੀ ਕੋਈ ਨਾ। ਪਰ ਉਸ ਸਾਈਂ ਲੋਕ ਨੂੰ ਲੋਕਾਂ ਐਸੀਆਂ ਪੱਟੀਆਂ ਪੜਾਤੀਆਂ ਕਿ ਮੇਰੀ ਕਿਸੇ ਗੱਲ ਦਾ ਇਤਬਾਰ ਨਾ ਕੀਤਾ। ਪਤਾ ਨਹੀਂ ਮੇਰੀ ਪ੍ਰਾਲਬੱਧ ਵਿੱਚ ਹੀ ਲਿਖਿਆ ਸੀ, ਘਰ ਬਾਰ ਛੁੱਟ ਗਿਆ, ਆਪਣੇ ਪਰਾਏ ਛੁੱਟ ਗਏ, ਹੌਲੀ ਹੌਲੀ ਸਭ ਕੁਝ ਵਿਸਰਦਾ ਵਿਸਰ ਗਿਆ, ਪਰ ਤੇਰੀ ਯਾਦ ਨੇ ਮੇਰਾ ਪਿੱਛਾ ਨਹੀਂ ਛੱਡਿਆ। 22-23 ਵਰੇ ਲੰਘ ਗਏ ਨੇ ਇਸ ਗੱਲ ਨੂੰ ਦੇਸਾਂ ਪਰਦੇਸਾਂ 'ਚ ਭੇਡ ਬੱਕਰੀ ਵਾਂਗ ਮੈਂ ਵਿਕਦੀ ਫਿਰੀ। ਜਿਸ ਵੀ ਮੈਨੂੰ ਵਿਹਾਜਿਆ, ਖਲੜੀ ਤੋੜ ਤੋੜ ਖਾਧੀ, ਜੋ ਨਹੀਂ ਸੀ ਵੇਖਣਾ ਸੋ ਵੇਖਿਆ, ਜੋ ਨਹੀਂ ਸੀ ਕਰਨਾ ਸੋ ਕੀਤਾ, ਸਾਰਾ ਕੁਝ ਪਿਛਲਾ ਅਗਲਾ ਵਿਸਰ ਗਿਆ, ਪਰ ਤੂੰ ਨਾ ਵਿਸਰਿਓ ਕਦੀ ਵੀ। ਰਾਤੀ ਸੁੱਤੀ ਸੁੱਤੀ ਬਰੜਾ ਉੱਠਾ, ਇੰਜ ਜਾਪੇ ਜਿਕਣੋ ਹੁਣੇ ਤੈਨੂੰ ਨਿੱਕੇ ਜਿਹੇ ਦੁੱਧ ਚੁੰਘਦੇ ਨੂੰ ਛੱਡ ਕੇ ਆਈ ਹਾਂ। ਹਿਰਸ ਦੇ ਹਲਕਾਇਆਂ ਲੋਕਾਂ ਮੇਰੀਆਂ ਬੋਟੀਆਂ ਛੱਡ ਕੇ ਹੱਡੀਆਂ ਵੀ ਝੂੰਡ ਖਾਧੀਆਂ, ਕਿੱਥੋਂ ਕਿੱਥੋਂ ਦਾ ਪਾਣੀ ਨਹੀਂ ਪੀਣਾ ਪਿਆ। ਬੰਗਾਲ ਤੋਂ ਲੈ ਕੇ ਮਦਰਾਸ ਤੀਕ ਮੈਂ ਪਾਪੜ ਬਣ ਗਈ। ਛੇਕੜ ਲੋਕਾਂ ਜਦੋਂ ਤੱਕਿਆ ਕਿ ਹੁਣ ਮੇਰੀਆਂ ਹੱਡੀਆਂ ਉੱਤੇ ਉਹਨਾਂ ਦੇ ਚੁੰਡਣ ਜੋਗਾ ਮਾਸ ਕੋਈ ਨਹੀਂ ਰਿਹਾ, ਤਾਂ ਉਹਨਾਂ ਮੈਨੂੰ ਦੁੱਧ 'ਚੋਂ ਮੱਖੀ ਵਾਂਗ ਕੱਢ ਕੇ ਸੁੱਟ ਛੱਡਿਆ। ਉਫ, ਮੰਗਤੂ ਨੇ ਇੱਕ ਡੂੰਘੀ ਕਸੀਸ ਵੱਟੀ। ਥੋੜ੍ਹਾ ਚਿਰ ਨਾ ਉਹ ਅਤੇ ਨਾ ਹੀ ਮਾਂ ਕੁਝ ਬੋਲ ਸਕੀ। ਇੱਕ ਦੀਆਂ ਅੱਖਾਂ 'ਚੋਂ ਗੰਗਾ ਜਮਨਾ ਵਗ ਰਹੀ ਸੀ ਅਤੇ ਦੂਜੇ ਦੀਆਂ 'ਚੋਂ ਅੱਗ ਦੇ ਅਲੰਬੇ ਉੱਠ ਰਹੇ ਸਨ। ਮੰਗਤੂ ਮਾਂ ਦੀਆਂ ਅੱਖਾਂ ਪੂੰਝ ਰਿਹਾ ਸੀ, ਪਰ ਮਾਂ ਤੂੰ ਉਹਨਾਂ ਦੈਂਤਾਂ ਪਾਸੋਂ ਬਚਣ ਦੀ ਕੋਈ ਕੋਸ਼ਿਸ਼ ਨਾ ਕੀਤੀ? ਇੱਕ ਕੋਸ਼ਿਸ਼, ਮਾਂ ਹਟਕੋਰਿਆਂ 'ਚ ਬੋਲ ਰਹੀ ਸੀ, ਜਿਹੜੀ ਕੋਸ਼ ਕਿਹੜੀ ਕੋਸ਼ਿਸ਼ ਹੋਏਗੀ ਜਿਹੜੀ ਮੈਂ ਨਹੀਂ ਕੀਤੀ? ਪਰ ਪੁੱਤਰ, ਅਮੀਰ ਗੁੰਡਿਆਂ ਨਾਲ ਨਾ ਰੱਬ ਵਾਹ ਪਾਏ ਕਿਸੇ ਜਨਾਨੀ ਦਾ, ਅਤੇ ਉਸ ਹਰਾਮੀ ਇਕਬਾਲ ਸਿੰਘ ਨੇ ਤੈਨੂੰ ਨਾ ਰੱਖਿਆ? ਨਹੀਂ, ਮਾਂ ਬੋਲੀ, ਵਰਾ ਘੂਸ ਮੈਨੂੰ ਅੰਦਰ ਹੀ ਡੱਕੀ ਰੱਖਿਆ। ਉਹਦਾ ਕੰਮ ਕਾਰ ਯੂਪੀ ਬੰਗਾਲ 'ਚ ਸੀ, ਬਾਹਰ ਪਿੰਡਾਂ 'ਚ ਉਸ ਠੇਕੇ ਲੈ ਰੱਖੇ ਸਨ, ਸਾਰੇ ਹੀ ਤਾਂ ਉੱਥੇ ਉਹਦੇ ਬੰਦੇ ਸਨ। ਮੇਰੀ ਦਾਦ ਫਰਿਆਦ ਸੁਣਨ ਵਾਲਾ ਉੱਥੇ ਕੌਣ ਸੀ? ਥੋੜ੍ਹੇ ਚਿਰ ਪਿੱਛੋਂ ਜਦ ਮੇਰੇ ਵੱਲੋਂ ਉਹਦਾ ਜੀ ਭਰ ਗਿਆ, ਤਾਂ ਇੱਕ ਦਿਨ ਰਾਤੋਂ ਰਾਤ ਬੰਗਾਲ ਤੋਂ ਆਸਾਮ ਪਹੁੰਚਾ ਦਿੱਤਾ। ਫਿਰ ਉਹ ਤੋਂ ਅੱਗੇ ਮੇਰੇ ਨਾਲ ਜੋ ਜੋ ਬੀਤੀ ਹੈ ਮੈਂ ਨਹੀਂ ਦੱਸਾਂਗੀ। ਤੇਰਾ ਦਿਲ ਨਾ ਪਾਟ ਜਾਏ ਸੁਣ ਕੇ। ਇਸ ਖੁੱਜਲ ਖੁਆਰੀ 'ਚ ਪੈ ਕੇ ਮੈਂ ਛੇਕੜ ਉੱਕਾ ਹੀ ਹੱਥ ਪੈਰ ਛੱਡ ਬੈਠੀ, ਅਤੇ ਮਾਂ ਮੰਗਤੂ ਦੇ ਅੰਦਰੋਂ ਜਿਵੇਂ ਚੀਰ ਕੇ ਆਵਾਜ਼ ਨਿਕਲ ਰਹੀ ਸੀ, ਜੇ ਤੂੰ ਦਾ ਬਚਾ ਕੇ ਉੱਥੋਂ ਨੱਠ ਆਉਂਦੀ ਹੋ। ਡੱਠਣ ਕੌਣ ਦਿੰਦਾ ਸੀ ਪੁੱਤਰ? ਬਗਾਨੇ ਪੁੱਤਰਾਂ ਦੀ ਨਜ਼ਰ ਹਰ ਵੇਲੇ ਸਿਰ 'ਤੇ ਤਲਵਾਰ ਟੰਗੀ ਰੱਖਦੀ ਸੀ, ਫਿਰ ਜੇ ਨੱਸ ਵੀ ਆਉਂਦੀ ਤਾਂ ਜਾਂਦੀ ਕਿੱਥੇ? ਲਾ ਪਾ ਕੇ ਤਾਂ ਇਹੋ ਪਿੰਡ ਸੀ ਨਾ, ਅਤੇ ਜਾਂ ਇਹੋ ਘਰ। ਤੂੰ ਆਪ ਸੋਚ, ਜੇ ਮੈਂ ਇੱਥੇ ਆਵੜਦੀ ਤਾਂ ਕੀ ਹਾਲ ਹੁੰਦਾ ਮੇਰਾ? ਮੋਈ ਹੋਈ ਕੁੱਤੀ ਵਾਂਗ ਕਿਸੇ ਦਲਿਤ ਕੋਲੋਂ ਕਿਸ ਵੀ ਕੱਸੀ ਟਵਾ ਕੇ ਲੋਕੀ ਸੁੱਟ ਆਉਂਦੇ, ਮੇਰੀ ਗੱਲ ਕਿਹਨੇ ਸੁਣਨੀ ਸੀ? ਠੀਕ ਹੈ ਮਾਂ, ਤੂੰ ਸੱਚ ਕਹਿੰਦੀ ਹੈ, ਮੰਗਤੂ ਨੇ ਆਹ ਦਾ ਨਾਰਾ ਮਾਰਿਆ। ਤੂੰ ਸੋਚਦਾ ਹੋਏਗਾ, ਉਹ ਬੋਲਦੀ ਗਈ, ਜੇ ਸਾਰੀ ਉਮਰ ਝਾਟੇ 'ਚ ਖੇਹ ਪਵਾਉਂਦਿਆਂ ਕੱਟ ਲਈ ਸੀ ਤਾਂ ਹੁਣ ਮਾਂ ਇਹਨਾਂ ਖੋਰੇ ਖੱਡਾਂ ਨੂੰ ਘਸੀਟਦੀ ਇੱਥੇ ਕਿਉਂ ਆ ਵੜੀ? ਤੂੰ ਨਹੀਂ ਮੰਨਣਾ ਪੁੱਤਰ, ਕਈ ਵਾਰ ਗਲ 'ਚ ਫਾਹ ਲੈ ਕੇ ਮਰਨ ਨੂੰ ਤਿਆਰ ਹੋਈ, ਪਰ ਇੱਕੋ ਤੇਰਾ ਮੂੰਹ ਵੇਖਣ ਦੀ ਸਿੱਖ ਮੈਨੂੰ ਨਹੀਂ ਸੀ ਮਰਨ ਦਿੰਦੀ। ਹਰ ਵੇਲੇ ਤੇਰੀ ਸੂਰਤ ਅੱਖਾਂ ਅੱਗੇ ਸਾਮਰ ਤੱਕ ਰਹਿੰਦੀ ਸੀ। ਦਿਲ ਇਹੋ ਕਰੇ ਇੱਕ ਵਾਰੀ ਤੇਰੀ ਸੂਰਤ ਉੱਤੇ ਝਾਤੀ ਪਾ ਕੇ ਇਸ ਜਹਾਨ ਤੋਂ ਟੁਰ ਜਾਵਾਂ, ਪਰ ਕੀਕਣ ਆਉਂਦੀ ਛੀਕਣ ਜਦੋਂ ਵੈਰੀਆਂ ਨੇ ਮੇਰਾ ਲਹੂ ਚੂਸ ਲਿਆ,
ਨਿਰਾ ਹੱਡੀਆਂ ਦਾ ਖੋਖਾ ਰਹਿ ਗਈ ਤਾਂ ਦਿਲ ਪੱਕਾ ਕਰ ਲਿਆ ਕਿ ਜੇ ਮਰਨਾ ਹੀ ਹੈ ਤਾਂ ਆਪਣੀ ਧਰਤੀ 'ਤੇ ਜਾ ਕੇ ਕਿਉਂ ਨਾ ਮਰਾਂ, ਕੀ ਪਤਾ ਵਿਛੜੇ ਹੋਏ ਲਾਲ ਨੂੰ ਇੱਕ ਵਾਰੀ ਤੱਕ ਲਵਾਂ। ਸੋਚਦੀ ਸਾਂ ਹੁਣ ਮੇਰਾ ਕਿਸੇ ਕੀ ਕਰ ਲੈਣਾ, ਮੋਈ ਮੁੱਕੀ ਤਾਂ ਮੈਂ ਅੱਗੇ ਹੀ ਹਾਂ, ਬਹੁਤਾ ਕਰਨਗੇ ਮਾਰ ਸੁੱਟਣਗੇ, ਸਗੋਂ ਸ਼ੁਕਰ ਕਰਾਂਗੇ ਇਸ ਜੂਨ ਤੋਂ ਛੁੱਟ ਕੇ। ਹਰ ਵੇਲੇ ਇਹੋ ਲਗਨ ਲੱਗੀ ਰਹੇ ਕਿਵੇਂ ਇੱਕ ਵਾਰੀ ਮੇਰਾ ਪੁੱਤਰ ਨਜ਼ਰੀ ਪੈ ਜਾਏ ਅਤੇ ਮੈਂ ਉਹਦੇ ਦਿਲ 'ਚੋਂ ਵਹਿਮ ਕੱਢ ਦਿਆਂ। ਸੋਚਦੀ ਸਾਂ ਖਬਰੇ ਕਿੱਡਾ ਕੁ ਦੁਖੀ ਹੋਏਗਾ ਮਾਂ ਦੀਆਂ ਕਰਤੂਤਾਂ ਯਾਦ ਕਰਕੇ, ਖਬਰੇ ਲੋਕਾਂ ਮੇਰੇ ਬਾਰੇ ਕੀ ਆਖ ਕੇ ਉਹਦਾ ਦਿਲ ਵਿੰਨ ਸੁੱਟਿਆ ਹੋਏਗਾ। ਮੈਨੂੰ ਪਤਾ ਸੀ ਜੋ ਪਿੰਡ ਦੇ ਲੋਕ ਮੈਨੂੰ ਕੀ ਆਖਣਗੇ, ਪਰ ਮੈਂ ਇੱਕ ਧਾਰ ਲਈ ਕਿ ਜਾਵਾਂਗੀ ਜ਼ਰੂਰ ਭਾਵੇਂ ਕੁਝ ਹੋ ਜਾਏ, ਅਤੇ ਮੈਂ ਕਿਸੇ ਤਰ੍ਹਾਂ ਆ ਪਹੁੰਚੀ। ਸੋਚਿਆ ਕੀ ਪਤਾ ਭੈਣ ਦੇ ਦਿਲ 'ਚ ਕੁਝ ਦਇਆ ਤਰਸ ਬਾਕੀ ਹੋਵੇ ਮੇਰੇ ਲਈ, ਪਰ ਉਸ ਭਲੇ ਲੋਕ ਨੇ ਮੇਰੇ ਨਾਲ ਅੱਖ ਨਾ ਮਿਲਾਈ, ਬਥੇਰਾ ਦਿਲ ਚੀਰ ਕੇ ਵਿਖਾਲ ਥੱਕੀ, ਛੇਕੜ ਆਪਣੇ ਹੀ ਢਾਰੇ 'ਚ ਆ ਟੱਠੀ। ਇੰਨਾ ਹੀ ਉਹਦਾ ਪਰ ਸਵਾਰਥ ਮੰਨਣੀਆਂ ਵੀ ਕਿਸੇ ਨਿੱਕੇ ਨਿਆਣੇ ਨੂੰ ਭੇਜ ਕੇ ਦੋ ਵੇਲੇ ਰੋਟੀ ਪੁੱਛ ਛੱਡਦੀ ਅਤੇ ਜਾਂ ਮੇਰੇ ਆਖਣ ਨਾਲ ਉਸ ਤੈਨੂੰ ਚਿੱਠੀ ਪਾ ਦਿੱਤੀ। ਪਰ ਸੋਚਦੀ ਸਾਂ ਉਸ ਵਿਚਾਰੀ ਦਾ ਕੀ ਦੋਸ਼, ਕੰਨਾਂ ਉਹਦਿਆਂ ਵਿੱਚ ਜੋ ਕੁਝ ਭਰਿਆ ਹੈ, ਸਾਰਾ ਦਿਨ ਸਾਰੀ ਸਾਰੀ ਰਾਤ ਇੱਥੇ ਕਲਮ ਕੱਲੀ ਪਈ ਰਹਿੰਦੀ ਸਾਂ, ਕਿਸੇ ਕਦੀ ਬਾਤ ਨਹੀਂ ਪੁੱਛੀ। ਜੇ ਤੂੰ ਨਾ ਆਉਂਦੋ ਤਾਂ ਹੋਰ 4 ਦਿਨ ਕੱਢ ਜਾਂਦੀ ਅਤੇ ਫਿਰ ਲੋਕਾਂ ਨੇ ਧੂ ਕੇ ਮਸਾਣਾ 'ਚ ਪਹੁੰਚਾ ਦੇਣਾ ਸੀ। ਅੱਜ ਮੇਰੀਆਂ ਸਾਰੀਆਂ ਮੁਰਾਦਾਂ ਪੁੰਨੀਆਂ ਗਈਆਂ ਜੋ ਮੇਰਾ ਪੁੱਤਰ ਮਿਲ ਗਿਆ। ਅਤੇ ਬੋਲਣਾ ਬੰਦ ਕਰਕੇ ਮਾਂ ਨੇ ਮੰਗਤੂ ਦੀਆਂ ਅੱਖਾਂ 'ਚ ਝਾਕਿਆ, ਜਿਵੇਂ ਜਾਣਨ ਦੀ ਕੋਸ਼ਿਸ਼ ਕਰ ਰਹੀ ਹੋਵੇ ਕਿ ਉਹਦੀਆਂ ਗੱਲਾਂ ਨੇ ਮੰਗਤੂ ਦੇ ਦਿਲ ਦੀ ਕਿੰਨੀ ਕੁ ਮੈਲ ਧੋਤੀ ਹੈ ਜਾਂ ਕੁਝ ਧੋਤੀ ਵੀ ਹੈ ਕਿ ਨਹੀਂ। ਕੀ ਤੱਕਣੀ ਹੈ ਮਾਂ, ਮੰਗਤੂ ਨੇ ਸਵਾਲ ਕੀਤਾ। ਇਹੋ ਤੱਕਣੀ ਆ, ਮਾਂ ਨੇ ਦਿਲ ਦੀ ਗੱਲ ਪ੍ਰਗਟ ਕਰਤੀ, ਵੀ ਮੇਰੀਆਂ ਗੱਲਾਂ ਤੈਨੂੰ ਸੱਚੀਆਂ ਜਾਪਦੀਆਂ ਨੇ ਕਿ ਝੂਠੀਆਂ। ਮਾਂ, ਮੰਗਤੂ ਇੱਕ ਵਾਰੀ ਫਿਰ ਉਹਦੀ ਹਿੱਕ ਨਾਲ ਲੱਗ ਗਿਆ। ਮਾਂ, ਤੂੰ ਗੰਗਾ ਮਾਈ ਜਿੰਨੀ ਪਵਿੱਤਰ ਹੈ ਮੇਰੇ ਲਈ, ਉੱਤੇ ਪਰਮੇਸ਼ਰ ਅਤੇ ਹੇਠ ਤੂੰ ਹੈ, ਮੈਂ ਤੇਰੇ ਚਰਨਾਂ ਦੀ ਸਹੁੰ ਖਾ ਕੇ ਕਹਿੰਦਾ ਮਾਂ, ਮੇਰੇ ਦਿਲ 'ਚ ਰੱਤੀ ਰਵਾਲ ਮੈਲ ਬਾਕੀ ਨਹੀਂ। ਮਾਂ ਨਿਰਵਾਕ ਸੀ, ਉਹਦੀਆਂ ਅੱਖਾਂ ਇੱਕ ਵਾਰੀ ਫਿਰ ਡੁੱਲ ਪਈਆਂ, ਉਸਦਾ ਰੋਮ ਰੋਮ ਕਿਰਤਾਰਥ ਹੋ ਰਿਹਾ ਸੀ। ਉਹਨੇ ਥੋੜ੍ਹੇ ਜਿਹੇ ਹੱਥ ਖੋਲ੍ਹੇ ਪਰ ਫਿਰ ਬੰਦ ਕਰ ਲਏ, ਜਿਵੇਂ ਕੁਛ ਕਹਿੰਦੀ ਕਹਿੰਦੀ ਰੁਕ ਗਈ ਹੋਵੇ। ਕੀ ਕਹਿਣ ਲੱਗੀ ਸੈ ਮਾਂ, ਮੰਗਤੂ ਨੇ ਸਿਰ ਉਹਦੇ ਹਿੱਕ ਨਾਲ ਲਾ ਕੇ ਪੁੱਛਿਆ। ਆਹਮ, ਮਾਂ ਨੇ ਖੰਗੂਰਾ ਭਰਿਆ ਪਰ ਆਵਾਜ਼ ਫਿਰ ਵੀ ਨਹੀਂ ਕੱਢ ਸਕੀ। ਦੱਸ ਮਾਂ, ਕੋਈ ਹੋਰ ਗੱਲ ਵੀ ਹੈ? ਮਾਂ ਨੇ ਸਿਰ ਦੇ ਇਸ਼ਾਰੇ ਨਾਲ ਹਾਂ 'ਚ ਉੱਤਰ ਦਿੱਤਾ। ਤੂੰ ਵੀ ਦੱਸ ਦੇਣਾ, ਪੁੱਤਰ ਕੋਲੋਂ ਸੰਗਣੀ ਹੈ ਮਾਂ? ਮਾਂ ਦੀ ਹਿੱਕ 'ਚੋਂ ਇੱਕ ਹਵਾ ਦਾ ਬੁੱਲਾ ਨਿਕਲ ਕੇ ਰਹਿ ਗਿਆ। ਦੱਸਦੀ ਕਿਉਂ ਨਹੀਂ ਮਾਂ? ਐਤਕੀ ਉਸ 'ਚ ਬੋਲਣ ਦੀ ਹਿੰਮਤ ਪੈਦਾ ਹੋ ਆਈ। ਅਜੇ ਇੱਕ ਛੇਕ ਹੈ ਮੇਰੇ ਕਾਲਜੇ 'ਚ, ਹੋਰ ਵੀ ਪੁੱਤਰ। ਹੋਰ ਛੇਕ? ਉਹ ਕਿਹੜਾ ਮਾਂ? ਮੇਰਾ ਉਸ ਨਾਲ ਮੋਹ ਤੇ ਕੋਈ ਏਡਾ ਨਹੀਂ ਸੀ, ਪਰ ਕਿਹਦੀ ਗੱਲ ਕਰਨੀ ਹੈ ਮਾਂ? ਇੱਕ ਬੱਚੀ ਦੀ। ਇੱਕ ਬੱਚੀ ਸੀ ਤੇਰੀ? ਮਾਂ ਨੇ ਸਿਰ ਦੇ ਇਸ਼ਾਰੇ ਨਾਲ ਹਾਮੀ ਭਰੀ, ਮੂੰਹ ਨਹੀਂ ਬੋਲੀ। ਫੇਰ ਕਿੱਥੇ ਆ ਉਹ? ਖੋ ਖੜੀ ਉਹਨਾਂ ਲੋਕਾਂ। ਮੇਰਾ ਉਸ ਨਾਲ ਮੂੰਹ ਤੇ ਕੋਈ ਏਡਾ ਨਹੀਂ ਸੀ, ਬਾਜ਼ਾਰੀ ਚੀਜ਼ ਜੋ ਸੀ, ਪਰ ਪੇਟੋਂ ਕੱਢੀ ਔਲਾਦ ਤਾਂ ਸੀ, ਨਿੱਕੀ ਜਿਹੀ ਸੀ ਜਦੋਂ ਛਾਈ ਮਈ ਕਰ ਲਈ ਉਹਨਾਂ। ਪਤਾ ਨਹੀਂ ਕਿੱਥੇ ਲੈ ਗਏ ਉਹਨੂੰ, ਖਬਰੇ ਕੀ ਬੀਤੀ ਉਸ ਨਾਲ। ਅਜੇ ਤੱਕ ਉਸ ਚੰਦਰੀ ਦੀ ਨੁਹਾਰ ਨਹੀਂ ਹਟੀ ਅੱਖਾਂ ਅੱਗੋਂ, ਜਦੋਂ ਵੀ ਚੇਤਾ ਆਉਂਦਾ ਡੋਬੂ ਪੈਣ ਲੱਗ ਜਾਂਦੇ ਨੇ। ਸੋਚਣੀ ਆ, ਖੌਰੇ ਮੇਰੇ ਨਾਲੋਂ ਵੀ ਭੈੜੇ ਹਾਲ ਨਹੀਂ ਜੀਂਦੀ ਹੋਏਗੀ, ਤੱਤ ਭੜੱਤੀ ਕਿਉਂ ਜੰਮੀ? ਅਤੇ ਮਾਂ ਫਿਰ ਫੁੱਟ ਫੁੱਟ ਰੋ ਪਈ, ਉਹਦੀ ਹਾਲਤ ਖਰਾਬ ਹੁੰਦੀ ਜਾ ਰਹੀ ਸੀ। ਮੰਗਤੂ ਨੂੰ ਫਿਕਰ ਪੈ ਗਿਆ, ਉਹਨੇ ਗੱਲਾਂ ਕੱਥਾਂ ਦਾ ਮਾਮਲਾ ਵਿੱਚੇ ਛੱਡ ਦਿੱਤਾ ਅਤੇ ਦੁੱਧ ਦਾ ਕੌਲ ਲਿਆ ਕੇ ਉਹਦੇ ਮੂੰਹ ਨੂੰ ਲਾਇਆ, ਫਿਰ ਉਹਨੂੰ ਆਰਾਮ ਨਾਲ ਲਿਟਾ ਦਿੱਤਾ। ਕਾਫ਼ੀ ਚਿਰ ਬਾਅਦ ਕਿਤੇ ਉਹਦੀ ਹਾਲਤ ਸੁਧਰੀ, ਪਰ ਮੰਗਤੂ ਨੇ ਮੁੜ ਉਹਨੂੰ ਬੋਲਣ ਨਹੀਂ ਦਿੱਤਾ। ਅੰਗ ਸੈਂਤੀ, ਮੌਤ ਨਾਲੋਂ ਮੁਹੱਬਤ ਜ਼ੋਰਾਵਰ ਨਿਕਲੀ, ਮੰਗਤੂ ਦੀ ਮਾਂ ਬਚ ਗਈ। ਜੇਠ ਹਾੜ ਦੀਆਂ ਲੂਆਂ ਨਾਲ ਝੁਲਸੀ ਹੋਈ ਖੇਤੀ ਨੂੰ ਜਿਸ ਤਰ੍ਹਾਂ ਸਾਉਣ ਦੀ ਬੁਹਾਰ ਫੁਹਾਰ ਇਕਦਮ ਸਰਸਬਜ਼ ਕਰ ਦਿੰਦੀ ਹੈ, ਅਮਰੋ ਦਾ ਹਿਰਦਾ ਇਸ ਤਰ੍ਹਾਂ ਨਾਲ ਝੂਮ ਉੱਠਿਆ। ਉਹ ਪਿੰਡ ਆਈ ਸੀ ਮਰਨ ਲਈ, ਪਰ ਮੌਤ ਦੀ ਥਾਂ ਉਹਨੂੰ ਜਿਹੜੀ ਚੀਜ਼ ਇੱਥੇ ਆ ਕੇ ਪ੍ਰਾਪਤ ਹੋਈ, ਇਹ ਉਸ ਲਈ ਅਮਰ ਦੇ ਅਟਲ ਨਵ ਜੀਵਨ ਤੋਂ ਘੱਟ ਨਹੀਂ ਸੀ। ਉਹਦੀ ਸਿਹਤ ਕੁਝ ਨਾ ਕੁਝ ਠੀਕ ਹੋ ਰਹੀ ਸੀ, ਉਹਦੇ ਮੋਏ ਮੁੱਕੇ ਸਰੀਰ 'ਚ ਦਿਨੋਂ ਦਿਨ ਤਾਜ਼ਗੀ ਆ ਰਹੀ ਸੀ ਅਤੇ ਉਹਦੀ ਖਤਮ ਹੋ ਚੁੱਕੀਆਂ ਖਾਬਾਂ 'ਚ ਨਵੇਂ ਸਿਰੇ ਜ਼ਿੰਦਗੀ ਦੀ ਸਰਸਰਾਹਟ ਸ਼ੁਰੂ ਹੋ ਗਈ ਸੀ। ਖਾਸ ਕਰਕੇ ਉਹਦੇ ਖਾਬਾਂ ਨੂੰ ਖੰਭ ਲੱਗ ਗਏ ਸੀ। ਠੀਕ ਕਹਿੰਦੇ ਨੇ, ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਮਾਂ ਲਈ ਪੁੱਤਰ ਤੋਂ ਵੱਧ ਮਿੱਠਾ ਫਲ ਇਸ ਦੁਨੀਆ 'ਚ ਹੋਰ ਕਿਹੜਾ ਹੋ ਸਕਦਾ ਹੈ? ਫਿਰ ਉਸ ਮਾਂ ਲਈ ਜਿਹਦੀ ਰੂਹ ਇਸ ਫਲ ਦੀ ਉਡੀਕ 'ਚ ਸਹਿਕ ਦੀ ਸਮਾਪਤੀ ਦੇ ਲਾਗੇ ਜਾ ਪਹੁੰਚੀ ਹੋਵੇ।
ਪਰ ਇਸ ਨਾਲੋਂ ਵੀ ਕਿਤੇ ਬਹੁਤੀ ਰੀਝ ਹੈ ਅਮਰੋ ਨੂੰ ਇੱਕ ਵਾਰੀ ਆਪਣੀ ਨੂੰਹ ਵੇਖਣ ਦੀ। ਨੂੰਹ ਜੀ ਦੀਆਂ ਸਿਫਤਾਂ ਕਰ ਕਰਕੇ ਮੰਗਤੂ ਨੇ ਉਹਦੀ ਤੀਬਰਤਾ ਨੂੰ ਕੰਢਿਆਂ 'ਤੇ ਇੱਕ ਛਲਕਾ ਦਿੱਤਾ। ਉਹ ਦਿਲ ਹੀ ਦਿਲ 'ਚ ਆਪਣੇ ਭਾਗਾਂ 'ਤੇ ਨਾਜ਼ ਕਰ ਰਹੀ ਸੀ। ਉੱਪਰ ਚੋਲ ਤੱਕੜੀ ਦੇ ਦੋਹਾਂ ਛਾਬਿਆਂ 'ਚ ਰੱਖ ਕੇ ਤੋਲ ਰਹੀ ਸੀ ਆਪਣੀ ਅੱਜ ਦੀ ਅਤੇ ਅੱਜ ਤੋਂ ਥੋੜ੍ਹੇ ਦਿਨ ਪਹਿਲਾਂ ਦੀ ਹਾਲਤ ਨੂੰ। ਕਿੱਥੇ ਇੱਕ ਕੁਚੀਲ ਅਤੇ ਨਾਮੁਰਾਦ ਜਿਹੀ ਭ੍ਰਿਸ਼ਟ ਆਤਮਾ ਜਿਹਦਾ ਨਾ ਕੋਈ ਵਾਲੀ ਨਾ ਵਾਰਸ, ਅਤੇ ਕਿੱਥੇ ਅੱਜ ਇਹ ਹਾਲਤ ਕਿ ਕੁਦਰਤ ਨੇ ਉਹਦੇ ਸੁੱਖਾਂ ਲਈ ਇੱਕ ਨਵੀਂ ਸੁਰਗ ਦੀ ਸਾਜਨਾ ਸਾਜ ਧਰੀ ਹੈ। ਇੰਨੀ ਤੱਤ ਫੱਟ ਜਿਵੇਂ ਵਿਸ਼ਕਰਮਾ ਦਾ ਕੋਈ ਗੈਬੀ ਹੱਥ ਆਪਣੇ ਇੱਕੋ ਸਪਰਸ਼ ਨਾਲ ਸਾਰੀ ਬਣਤਰ ਬਣਾ ਗਿਆ ਹੋਵੇ। ਉਹ ਹੁਣ ਆਪਣੇ ਗ੍ਰਹਿਸਥ ਰਾਜ ਦੀ ਸਾਮਰਾਜੀ ਬਣਨ ਦੀਆਂ ਤਿਆਰੀਆਂ 'ਚ, ਜਿੱਥੇ ਇੱਕ ਦੇਵੀ ਦੀਆਂ ਪ੍ਰੀਤਾਂ ਸਧਰਾਈਆਂ ਬਾਹਾਂ ਉਹਦੇ ਗਲ ਲਿਪਟਣ ਲਈ ਬੇਕਲ ਹੋ ਰਹੀਆਂ ਨੇ। ਉਹਦੀ ਸੁਹਾਗਵੰਤੀ ਨੂੰਹ ਦੀਆਂ ਜਿਸ ਬਾਰੇ ਮੰਗਤੂ ਨੇ ਉਹਨੂੰ ਦੱਸਿਆ ਸੀ, ਮਾਂ ਜਦੋਂ ਮੈਂ ਤੁਰਨ ਲੱਗਾ ਤਾਂ ਕਿੰਜੋ ਹੱਥ ਜੋੜ ਜੋੜ ਕੇ ਆਪਣੇ ਭਗਵਾਨ ਪਾਸੋਂ ਤੇਰੀ ਸੁੱਖ ਮੰਗਦੀ ਰਹੀ ਸੀ। ਪਿੰਡ ਆਉਣ ਤੋਂ ਚੌਥੇ ਦਿਨ ਬਾਅਦ ਮੰਗਤੂ ਨੇ ਦੋ ਚਿੱਠੀਆਂ ਲਿਖੀਆਂ, ਇੱਕ ਬਾਲੀ ਨੂੰ, ਦੂਜੀ ਮਾਸਟਰ ਬੇਲੀ ਰਾਮ ਨੂੰ। ਮਾਸਟਰ ਵਾਲੀ ਚਿੱਠੀ 'ਚ ਉਹਨੇ ਐਤਕੀ ਉਹ ਸਾਰਾ ਭੇਦ ਨਿਰਸੰਕੋਚ ਹੋ ਕੇ ਖੋਲ੍ਹ ਕੇ ਲਿਖ ਦਿੱਤਾ ਜਿਹੜਾ ਉਹਨੇ ਅੱਜ ਤੱਕ ਮਾਸਟਰ ਪਾਸੋਂ ਲੁਕਾਈ ਰੱਖਿਆ ਸੀ। ਇਹ ਤੋਂ ਛੋਟੋ ਨੇ ਆਪਣੀ ਮਾਂ ਪਾਸੋਂ ਜੋ ਕੁਝ ਸੁਣਿਆ ਸੀ ਪੂਰੇ ਵਿਸਥਾਰ ਨਾਲ ਲਿਖ ਦਿੱਤਾ ਅਤੇ ਇਸ ਗੱਲ 'ਤੇ ਉਹਨੇ ਅਫਸੋਸ ਪ੍ਰਗਟ ਕੀਤਾ ਜਿਹੜਾ ਅੱਜ ਤੀਕ ਉਹ ਮਾਸਟਰ ਪਾਸ ਹੀ ਰਾਜ਼ ਨਹੀਂ ਸੀ ਖੋਲ੍ਹ ਸਕਿਆ। ਬਾਲੀ ਦੀ ਚਿੱਠੀ 'ਚ ਉਹਨੇ ਸਭ ਤੋਂ ਵੱਡੀ ਖੁਸ਼ਖਬਰੀ ਲਿਖੀ ਕਿ ਮਾਂ ਬਚ ਗਈ ਹੈ, ਜਦੋਂ ਹੀ ਉਹ ਸਫ਼ਰ ਕਰਨ ਜੋਗੀ ਹੋਏਗੀ ਉਹਨੂੰ ਨਾਲ ਲੈ ਕੇ ਦੇਹਰਾਦੂਨ ਪਹੁੰਚ ਜਾਏਗਾ। ਮਾਸਟਰ ਵਾਲੀ ਚਿੱਠੀ ਤਾਂ ਕਾਫ਼ੀ ਲੰਮੀ ਸੀ, ਜਿਹਦਾ ਲਗਭਗ ਸਾਰਾ ਹਿੱਸਾ ਇਹਨਾਂ ਚੇਤਾਵਨੀਆਂ ਅਤੇ ਅਰਜ਼ੋਈਆਂ ਨਾਲ ਭਰਿਆ ਸੀ ਕਿ ਉਹਦੇ ਦੇਹਰਾਦੂਨ ਪਹੁੰਚਦਿਆਂ ਤੀਕ ਮਾਸਟਰ ਵੀ ਜ਼ਰੂਰ ਉੱਥੇ ਪਹੁੰਚ ਜਾਏ। ਦੋਹਾਂ ਚਿੱਠੀਆਂ ਦਾ ਜਵਾਬ ਇੱਕੋ ਦਿਨ ਇੱਕੋ ਡਾਕ 'ਚ ਉਹਨੂੰ ਮਿਲਿਆ। ਪਹਿਲਾਂ ਉਸ ਬਾਲੀ ਦਾ ਲਿਫਾਫਾ ਖੋਲ੍ਹਿਆ, ਖੁਸ਼ੀ ਦੇ ਚਾਅ ਦੇ ਅਨੁਮਾਨ 'ਚ ਝੱਲੀ ਹੋਈ ਬਾਲੀ ਦੀ ਇਹ ਚਿੱਠੀ ਕੀ ਸੀ? ਬਸ ਗੂੰਗੇ ਦੀ ਮਠਿਆਈ ਵਾਲਾ ਪ੍ਰਗਟਾਓ ਜਿਹਨੂੰ ਮੰਗਤੂ ਨੇ ਕਈ ਵਾਰ ਉਪਰੋਂ ਥੱਲੀ ਪੜਿਆ। ਮਾਸਟਰ ਦੀ ਚਿੱਠੀ ਖੋਲ੍ਹਣ ਤੋਂ ਪਹਿਲਾਂ ਮੰਗਤੂ ਨੇ ਬਾਲੂ ਦੀ ਚਿੱਠੀ ਮਾਂ ਨੂੰ ਜਾ ਕੇ ਸੁਣਾਈ। ਬਾਲੀ ਦੀ ਚਿੱਠੀ ਮਾਂ ਨੂੰ ਜਾ ਕੇ ਸੁਣਾਈ, ਜਿਹਨੂੰ ਸੁਣ ਕੇ ਮਾਂ ਦਾ ਹਿਰਦਾ ਗਦ ਗਦ ਹੋ ਉੱਠਿਆ। ਇੱਡੀ ਸੁਭਾਗੀ ਨੂੰ ਜਿਹੜੀ ਸੱਸ ਦੇ ਮਿਲਾਪ ਲਈ ਹਰ ਵੇਲੇ ਆਪਣੇ ਭਗਵਾਨ ਅੱਗੇ ਪ੍ਰਾਰਥਨਾ ਕਰਦੀ ਰਹਿੰਦੀ ਹੈ, ਕਿਉਂ ਨਾ ਸੱਸ ਦਾ ਹਿਰਦਾ ਗਦ ਗਦ ਹੁੰਦਾ ਉਹਦਾ ਸੰਦੇਸ਼ ਸੁਣ ਕੇ। ਇਸ ਕੰਮੋਂ ਵਿਹਲੀ ਹੋ ਕੇ ਉਹਨੇ ਮਾਸਟਰ ਦਾ ਲਿਫਾਫਾ ਖੋਲ੍ਹਿਆ, ਇਕਲਵੰਜੇ ਬੈਠ ਕੇ ਚਿੱਠੀ ਪੜ੍ਹਨ ਲੱਗਾ। ਪਿਆਰੇ ਮੰਗਤ ਰਾਮ ਜੀ, ਤੁਹਾਡਾ ਪਿਆਰ ਪੱਤਰ ਮਿਲਿਆ, ਤੁਹਾਨੂੰ ਮਾਤਾ ਜੀ ਮਿਲ ਗਈ ਜਿਹਦੇ ਮਿਲਣ ਦੀ ਤੁਹਾਨੂੰ ਇਸ ਜਨਮ ਚੁੱਕਾ ਆਸ ਨਹੀਂ ਸੀ। ਮਿੱਤਰ, ਤੁਸੀਂ ਭਾਗਸ਼ਾਲੀ ਹੋ, ਕੁਦਰਤ ਨੇ ਕਿੰਨੀ ਉਦਾਰਤਾ ਦਿਖਾਈ ਹੈ। ਇੱਕ ਪਾਸੇ ਤੁਹਾਨੂੰ ਬਾਲੀ ਵਰਗੀ ਧਰਮ ਪਤਨੀ ਬਖਸ਼ ਦਿੱਤੀ, ਦੂਜੇ ਪਾਸੇ ਉਹ ਚੀਜ਼ ਜਿਹਦਾ ਸਾਰੇ ਬ੍ਰਹਿਮੰਡ ਦੀਆਂ ਬਖਸ਼ਿਸ਼ਾਂ ਦਾ ਇੱਕ ਅੱਖਰਾ ਨਾਂ ਹੈ ਮਾਂ। ਮੇਰੇ ਦੋਸਤ, ਤੁਹਾਨੂੰ ਲੱਖ ਲੱਖ ਵਧਾਈ ਹੋਵੇ। ਹਾਂ, ਅਤੇ ਇਹ ਜਿਹੜਾ ਤੁਸੀਂ ਅੱਜ ਆਪਣੇ ਜੀਵਨ ਦਾ ਸਭ ਤੋਂ ਵੱਡਾ ਰਹੱਸ ਮੇਰੇ ਅੱਗੇ ਪ੍ਰਗਟ ਕੀਤਾ, ਇਹ ਤਾਂ ਮੇਰੇ ਲਈ ਕੋਈ ਅਸਚਰਜ ਵਾਲੀ ਗੱਲ ਨਹੀਂ। ਮੈਂ ਤਾਂ ਪਹਿਲਾਂ ਤੋਂ ਹੀ ਜਾਣਦਾ ਸਾਂ ਕਿ ਤੁਹਾਡੇ ਸੀਨੇ 'ਚ ਕੋਈ ਐਸਾ ਭੇਤ ਦੱਬਿਆ ਹੋਇਆ ਜਿਹੜਾ ਤੁਸੀਂ ਅੱਜ ਤੀਕ ਛੁਪਾਈ ਜਾ ਰਹੇ ਸੋ, ਜਿਹਦੇ ਅਸਹਿ ਸੇਕ ਨਾਲ ਹਰ ਵੇਲੇ ਤੁਹਾਡੀ ਆਤਮਾ ਸੜਦੀ ਰਹਿੰਦੀ ਸੀ। ਸੋ ਤੁਸੀਂ ਬੜਾ ਚੰਗਾ ਕੀਤਾ ਇਹਨੂੰ ਉਗਲ ਸੁੱਟਿਆ। ਇਦੋਂ ਵੀ ਵੱਡੀ ਖੁਸ਼ੀ ਮੈਨੂੰ ਇਸ ਗੱਲ ਦੀ ਹੈ ਕਿ ਤੁਹਾਡੀ ਮਾਤਾ ਜੀ ਤੁਹਾਡੀਆਂ ਨਜ਼ਰਾਂ 'ਚ ਅੱਜ ਪੂਰਨ ਨਿਰਦੋਸ਼ ਸਾਬਤ ਹੋਏ। ਪਰ ਜੇ ਦੋਸ਼ੀ ਵੀ ਹੁੰਦੇ ਜਾਂ ਪਾਪ ਕਰਨ ਲਈ ਸਾਨੂੰ ਜਿਹੜੀ ਤਾਕਤ ਉਕਸਾਉਂਦੀ ਜਾਂ ਮਜਬੂਰ ਕਰਦੀ ਹੈ ਉਹ ਹੋ ਰਹੀ ਹੈ, ਅਤੇ ਜਦ ਤੀਕ ਉਸ ਤਾਕਤ ਜਾਂ ਉਸ ਮੰਬੇ ਦਾ ਖੁਰਾ ਖੋਜ ਨਹੀਂ ਮਿਟਾਇਆ ਜਾਏਗਾ ਤਦ ਤੀਕ ਇਹੋ ਜਿਹੇ ਪਾਪ ਅਪਰਾਧ ਹੁੰਦੇ ਹੀ ਰਹਿਣਗੇ। ਦੂਜਾ, ਤੁਸੀਂ ਮੈਨੂੰ ਦੇਹਰਾਦੂਨ ਪਹੁੰਚਣ ਲਈ ਤਾਕੀਦ ਕੀਤੀ ਹੈ, ਪਰ ਜੇ ਤੁਸੀਂ ਨਾ ਲਿਖਦੇ ਤਾਂ ਵੀ ਮੈਂ ਅਵਸ਼ ਉੱਤੇ ਪਹੁੰਚਣਾ ਸੀ, ਖਾਸ ਕਰਕੇ ਆਪਣੀ ਧਰਮ ਪੁੱਤਰੀ ਬਾਲੀ ਨੂੰ ਮਿਲਣ ਲਈ। ਮੇਰਾ ਬੜਾ ਹੀ ਦਿਲ ਕਰਦਾ। ਕੱਲ੍ਹ ਦੀ ਡਾਕ 'ਚ ਮੈਨੂੰ ਬਾਲੀ ਦੀ ਇੱਕ ਚਿੱਠੀ ਆਈ ਹੈ ਜਿਸ 'ਚ ਉਹਨੇ ਲਿਖਿਆ ਕਿ ਤੁਹਾਡੇ ਚਲੇ ਜਾਣ ਤੋਂ ਬਾਅਦ ਉਹਦਾ ਦਿਲ ਸਖ਼ਤ ਉਦਾਸ ਰਹਿੰਦਾ। ਉਹਨੇ ਖਾਹਿਸ਼ ਪ੍ਰਗਟ ਕੀਤੀ ਹੈ ਮੈਂ ਜਲਦੀ ਉਸ ਪਾਸ ਪਹੁੰਚਾਂ, ਮੈਂ ਜ਼ਰੂਰ ਪਹੁੰਚ ਜਾਂਦਾ, ਪਰ ਇਹਦਾ ਕਾਰਨ ਇਹ ਹੈ ਕਿ ਮੈਂ ਬੋਰਡ ਟੀਚਰ ਯੂਨੀਅਨ ਦੇ ਕੰਮਾਂ 'ਚ ਕਾਫ਼ੀ ਉਲਝਿਆ ਹੋਇਆ। ਹਕੂਮਤ ਨੇ ਸਾਡੀ ਮੁਲਾਕਾਤ ਜੇ ਪੂਰੇ ਨਹੀਂ ਤਾਂ ਅਧੂਰੇ ਸਹੀ ਮੰਨ ਲਏ ਨੇ, ਅਤੇ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ। ਇਹਦਾ ਪੰਜਾਬ ਹਕੂਮਤ ਵੱਲੋਂ ਐਲਾਨ ਹੋ ਚੁੱਕਾ। ਤੁਸੀਂ ਜ਼ਰੂਰੀ ਜਾਣਨਾ ਚਾਹੋਗੇ ਇਸ ਐਲਾਨ ਦੇ ਵੇਰਵੇ ਨੂੰ, ਸੋ ਮੈਂ ਸੰਖੇਪ 'ਚ ਦੱਸਦਾ। ਡਿਸਟ੍ਰਿਕਟ ਬੋਰਡ ਟੀਚਰਾਂ ਦੀਆਂ ਤਨਖਾਹਾਂ 'ਚ ਤਰੱਕੀ ਹੋ ਜਾਏਗੀ, ਮਹਿੰਗਾਈ ਅਲਾਉਂਸ ਵੀ ਮਿਲਣ ਲੱਗ ਪਏਗਾ, ਸ਼ਰਨਾਰਥੀ ਟੀਚਰਾਂ ਦੀ ਮੁਲਾਜ਼ਮਤ ਵੀ ਮੁਸਲਸਲ ਉਦੋਂ ਤੋਂ ਸ਼ੁਮਾਰ ਕੀਤੀ ਜਾਏਗੀ ਜਦ ਤੋਂ ਪਾਕਿਸਤਾਨ ਤੋਂ ਆਏ ਨੇ, ਅਤੇ ਉਸੇ ਸਕੇਲ ਅਨੁਸਾਰ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਜਾਣਗੀਆਂ। ਜਿਹੜਾ ਡਿਸਟ੍ਰਿਕਟ ਬੋਰਡ ਇਹ ਰਿਆਇਤਾਂ ਟੀਚਰਾਂ ਨੂੰ ਨਹੀਂ ਦੇਵੇਗਾ ਜਾਂ ਨਹੀਂ ਦੇ ਸਕੇਗਾ ਉਹਨੂੰ ਤੋੜ ਦਿੱਤਾ ਜਾਏਗਾ। ਇਸ ਤੋਂ ਛੁੱਟ ਡਿਸਟ੍ਰਿਕਟ ਬੋਰਡ ਐਕਟ ਦੀਆਂ ਕੁਝ ਐਸੀਆਂ
ਦਫਾਵਾਂ ਵੀ ਤਬਦੀਲ ਕੀਤੀਆਂ ਜਾਣਗੀਆਂ ਜਿਹੜੀਆਂ ਟੀਚਰਾਂ ਤੋਂ ਦੇ ਮੁਫਾਦ ਦੇ ਵਿਰੁੱਧ ਜਾਂਦੀਆਂ। ਇਸ 'ਚ ਕੋਈ ਸ਼ੱਕ ਨਹੀਂ ਦੋਸਤ ਕਿ ਹਕੂਮਤ ਨੇ ਛੇਕੜ ਅਕਲਮੰਦੀ ਤੋਂ ਕੰਮ ਲੈਂਦਿਆਂ ਵਕਤ ਨੂੰ ਸੰਭਾਲ ਲਿਆ, ਨਹੀਂ ਤਾਂ ਇਹਦਾ ਨਤੀਜਾ ਬੜਾ ਖਤਰਨਾਕ ਹੋਣਾ ਸੀ। ਅਤੇ ਇਸ ਸੰਗਰਾਮ ਲਈ ਬਹੁਤ ਵੱਡੀ ਜਮਾਤੀ ਤਿਆਰੀ ਦੀ ਲੋੜ ਹੈ, ਦੇਸ਼ ਵਿਆਪੀ ਜਥੇਬੰਦੀ ਦੀ। ਜੇ ਪੰਜਾਬ ਦੇ ਕੁਝ ਹਜ਼ਾਰ ਟੀਚਰਾਂ ਨੇ ਰੋਟੀ ਦਾ ਟੁਕੜਾ ਮਿਲ ਵੀ ਗਿਆ ਤਾਂ ਇਹਦਾ ਇਹ ਮਤਲਬ ਨਹੀਂ ਕਿ ਸਾਰੇ ਦੇਸ਼ ਦਾ ਸੰਕਟ ਦੂਰ ਹੋ ਗਿਆ। ਮੰਗਤ ਰਾਮ ਜੀ, ਅਜੇ ਅਸਾਂ ਉਹਨਾਂ ਕਰੋੜਾਂ ਮਨੁੱਖਾਂ ਦੀਆਂ ਮੁਸ਼ਕਲਾਂ ਦਾ ਹੱਲ ਸੋਚਣਾ ਹੈ, ਜਿਹੜੇ ਭੁੱਖ, ਬੇਰੁਜ਼ਗਾਰੀ, ਬੇਇੱਜ਼ਤੀ ਅਤੇ ਨਾਮੁਰਾਦੀ ਨਾਲ ਘੋਲ ਕਰਦੇ ਹੋਏ ਪੇਟ ਦੇ ਪੱਥਰ ਬੰਨ ਕੇ ਸੌਂਦੇ ਨੇ। ਅਸਾਂ ਉਹਨਾਂ ਸਰਮਾਏਦਾਰਾਂ ਦੀ ਧੌਣ 'ਚੋਂ ਕਿੱਲਾ ਕੱਢਣਾ ਹੈ ਜਿਹੜੇ ਸਾਰੇ ਦੇਸ਼ ਦੀ ਪੂੰਜੀ ਆਪਣੇ ਗੋਗੜਾਂ ਹੇਠ ਦਬਾਈ ਬੈਠੇ ਨੇ। ਤੁਸੀਂ ਪਹਿਲੇ ਚਿੱਠੀ 'ਚ ਜੋ ਜੋ ਗੱਲਾਂ ਲਿਖੀਆਂ ਸੀ, ਕਿਵੇਂ ਸਾਡੇ ਦੇਸ਼ ਦੀ ਹੋਣ ਹਾਰ ਪਨੀਰੀ ਪੁੰਗਰ ਦੀਆਂ ਹੀ ਬਦਫੈਲੀਆਂ 'ਚ ਪੈ ਕੇ ਆਪਣੀ ਜਵਾਨੀ ਨੂੰ ਅਤੇ ਬਚਪਨ ਨੂੰ ਬਰਬਾਦ ਕਰ ਰਹੇ ਹਨ, ਪਰ ਇਹ ਸਭ ਕੁਛ ਤਾਤਿਕ ਹੁੰਦਾ ਹੀ ਰਹੇਗਾ ਜਦ ਤੱਕ ਦੇਸ਼ 'ਚ ਆਰਥਿਕਤਾ ਦੇ ਮਸਲੇ ਦਾ ਹੱਲ ਨਹੀਂ ਹੋਏਗਾ। ਅਤੇ ਤੁਹਾਨੂੰ ਯਕੀਨ ਰੱਖਣਾ ਚਾਹੀਦਾ ਕਿ ਇਹ ਵਸ਼ ਹੋ ਕੇ ਰਹੇਗਾ। ਹਾਂ, ਤੁਹਾਡੇ ਪਹੁੰਚਦਿਆਂ ਤੀਕ ਜ਼ਰੂਰ ਮੈਂ ਦੇਹਰਾਦੂਨ ਪਹੁੰਚ ਜਾਵਾਂਗਾ, ਨਾਲੇ ਮਾਤਾ ਜੀ ਦੇ ਦਰਸ਼ਨ ਵੀ ਕਰਾਂਗਾ, ਨਾਲੇ ਅਸੀਂ ਭਵਿੱਖ ਲਈ ਬਹੁਤ ਕੁਝ ਸੋਚਾਂਗੇ, ਕੋਈ ਨਿੱਗਰ ਅਤੇ ਅਮਲੀ ਕਦਮ ਉਠਾਉਣ ਦੀ ਸਕੀਮ ਤਿਆਰ ਕਰਾਂਗੇ। ਤੁਹਾਡਾ ਬੇਲੀ ਰਾਮ। ਦੋਵਾਂ ਚਿੱਠੀਆਂ ਦੇ ਯਥਾ ਯੋਗ ਜਵਾਬ ਲਿਖ ਕੇ ਮੰਗਤੂ ਨੇ ਪੋਸਟ ਕਰਤੇ। ਬੜੀ ਸਰਗਰਮੀ ਨਾਲ ਉਹ ਮਾਂ ਦੀ ਸੇਵਾ 'ਚ ਜੁੱਟ ਗਿਆ ਤਾਂ ਜੋ ਛੇਤੀ ਤੋਂ ਛੇਤੀ ਉਹਨੂੰ ਲੈ ਕੇ ਦੇਹਰਾਦੂਨ ਪਹੁੰਚ ਜਾਏ। ਬੇਲੀ ਰਾਮ ਦੇ ਪੁੱਜਦਿਆਂ